ਤੇ ਹਣੋ ਭਰਾਓ, ਪਿਛਲੀ ਵਾਰੀ ਜਿਹੜਾ ਅਸੀਂ ਕੀਤਾ ਸੀ ਸ਼ੁਰੂ ਲੈਕਚਰ, ਪਹਿਲਾ ਜਿਹੜਾ ਲੈਕਚਰ ਸੀ ਉਹਦੇ ਵਿੱਚ ਅਸੀਂ ਇਹਦੇ ਉੱਤੇ ਗੱਲ ਕੀਤੀ ਸੀ ਕਿ ਤਾਰੀਖ ਕੀ ਹੁੰਦੀ ਹੈ ਔਰ ਤਾਰੀਖ ਨੂੰ ਵੇਖਣ ਦੇ ਮੁੱਢਲੇ ਢੰਗ ਕੀ ਹੁੰਦੇ ਨੇ। ਤੇ ਅਸੀਂ ਕਿਹਾ ਇੱਕ ਤੇ ਹੈ ਖਿਆਲ ਪ੍ਰਸਤੀ ਆਈਡੀਅਲਿਜ਼ਮ, ਔਰ ਦੂਸਰੀ ਹੈਗਾ ਸਾਇੰਸੀ ਤਰੀਕਾ, ਯਾਨੀ ਮਤਲਬ ਕਿ ਬਕਾਇਦਾ ਕੋਈ ਸ਼ਹਾਦਤ ਹੋਵੇ, ਮੌਜੂਦ ਸ਼ਹਾਦਤ ਹੋਵੇ ਸਾਡੇ ਕੋਲ ਜਿਹਦੀ ਬੁਨਿਆਦ ਤੇ ਅਸੀਂ ਉਹ ਕਹਿ ਸਕੀਏ, ਅਸੀਂ ਐਵੇਂ ਟੁੱਲਾ ਨਾ ਮਾਰੀਏ ਕਿ ਫਲਾਣੇ ਵੇਲੇ ਆਇਆ ਹੋਇਆ ਸੀ ਕਿ ਫਲਾਣੇ ਵੇਲੇ ਆਇਆ ਹੋਇਆ। ਉਹਦੇ ਲਈ ਮੈਂ ਤੁਹਾਨੂੰ ਕਿਹਾ ਸੀਗਾ ਕਿ ਮਿਹਰਬਾਨੀ ਫਰਮਾ ਕੇ ਤੁਸੀਂ ਉਹਦੀ ਵੀ ਕਿਤਾਬ ਦੇਖ ਲੈਣਾ, ਡੀਡੀ ਕੁਸਾਂਬੀ ਦੀ ਪਹਿਲਾ ਚੈਪਟਰ, ਤੇ ਉਹਦੇ ਵਿੱਚ ਉਹਨਾਂ ਨੇ ਤਾਰੀਖ ਨੂੰ ਦੇਖਣ ਦੇ ਮੁਖਤਲਿਫ ਜਿਹੜੇ ਵਸੀਲੇ ਨੇ ਉਹ ਦੱਸੇ ਨੇ, ਤੇ ਉਹ ਜਿਹੜੇ ਤਾਰੀਖ ਲੋਕਾਂ ਦੀ ਅਗਰ ਲਿਖਣੀ ਹੈ ਤੇ ਉਹਦੇ ਵਿੱਚ ਜਿਹੜੇ ਵਸੀਲੇ ਚਾਹੀਦੇ ਨੇ ਉਹਨਾਂ ਵਿੱਚ ਲੋਕਾਂ ਦੀ ਲੋਕਾਂ ਦਾ ਜਿਹੜਾ ਤਹਿਜ਼ੀਬੋ ਤਮੱਦਨ ਹੈ, ਉਹਨਾਂ ਦਾ ਰਹਿਣ ਸਹਿਣ ਹੈ, ਉਹਨਾਂ ਨੂੰ ਵੇਖਣਾ ਹੈ, ਉਹਨਾਂ ਦੀਆਂ ਰਸਮਾਂ ਨੂੰ ਵੇਖਣਾ ਹੈ, ਵਗੈਰਾ ਵਗੈਰਾ, ਇਹ ਸਾਰੇ ਜਿਹੜੇ ਤਰੀਕੇ ਨੇ ਇਹਨਾਂ ਨੂੰ ਵੇਖਣੇ ਚਾਹੀਦੇ ਔਰ ਇਹ ਵੇਖਣਾ। ਵਾਈਫਾਈ ਦਾ ਪਾਸਵਰਡ ਕੀ? ਹਾਂਜੀ, ਤੇ ਇਹ ਦੇਖਣਾ ਮਿਸਾਲ ਦੇ ਤੌਰ ਤੇ ਮੈਂ ਇਹਦੇ ਚ ਜਿਹੜੀ ਕਿਤਾਬ ਹੈ ਉਹਦੇ ਤੁਸੀਂ ਅਗਰ ਲੈ ਲਈ ਹੈ ਤੇ ਤੁਸੀਂ ਵੇਖੋਗੇ ਕਿ ਉਹਦੇ ਵਿੱਚ ਮੈਂ ਕਿਹਾ ਹੈ। ਸੀ ਇਹ ਛੋਟਾ ਹੈ? ਨਹੀਂ ਜੀ, ਵਿੱਚ ਹੁਣ ਸੁਣ ਸਾਰੇ, ਹੁਣ ਸਾਰੇ ਮਿਊਟ ਕਰ ਲਓ ਪਲੀਜ਼। ਅੱਛਾ, ਤੇ ਮੈਂ ਇਹ ਕਿਹਾ, ਮੈਂ ਉਸ ਕਿਤਾਬ ਚ ਮੁਸਲਿਮ ਨੇ ਕਿਹਾ ਕਿ ਜੇ ਪੰਜਾਬ ਦੇ ਵਿੱਚ ਪਿਛਲੇ 2-2.5 ਹਜ਼ਾਰ ਸਾਲ ਤੋਂ ਜੇ ਮੁੱਢਲੀ ਤਹਿਜ਼ੀਬ ਨਹੀਂ ਬਦਲੀ, ਪਿੰਡ ਉਹੋ ਹੀ ਹੈ ਜਿਹੜਾ ਕਿ ਮੋਰੀਆ ਸ਼ਾਹੀ ਦੇ ਵੇਲੇ ਸੀ, ਤੇ ਫਿਰ ਅਸੀਂ ਅੱਜ ਦੇ ਪਿੰਡ ਦੀਆਂ ਮੁਖਤਲਿਫ ਪੱਖਾਂ ਨੂੰ, ਯਾਨੀ ਜਿਹੜੇ 60 ਤੱਕ ਦਾ ਪਿੰਡ, 1960 ਤੱਕ ਦਾ ਪਿੰਡ ਸੀ, ਅਸੀਂ ਉਹਦੀਆਂ ਮੁੱਢੀਆਂ ਪੱਖਾਂ ਨੂੰ ਵੇਖ ਕੇ ਤੇ ਅਸੀਂ ਤਾਰੀਖ ਦਾ ਤੈਅ ਕਰ ਸਕਦੇ ਹਾਂ ਕਿ 2 ਹਜ਼ਾਰ ਸਾਲ ਪਹਿਲੇ ਕੀ ਹੋਏਗਾ। ਮਿਸਾਲ ਦੇ ਤੌਰ ਤੇ ਅਗਰ ਕੱਚੇ ਗਾਰੇ ਨਾਲ ਘਰ ਬਣ ਰਹੇ ਨੇ, ਉਹਨਾਂ ਦਾ ਇੱਕ ਹੀ ਬੂਹਾ ਹੈ, ਬਾਰੀ ਕੋਈ ਨਹੀਂ ਹੁੰਦੀ, ਵਗੈਰਾ ਵਗੈਰਾ, ਤੇ ਸਾਨੂੰ ਇਹ ਪਤਾ ਹੈ ਕਿ ਇਹ 2 ਹਜ਼ਾਰ ਸਾਲ ਪਹਿਲੇ ਇੰਜ ਹੋਏਗਾ, ਜਾਂ ਸਿਵਰੇਜ ਨਹੀਂ ਹੈਗਾ ਤੇ ਇਹ ਸਾਰੀਆਂ ਅਲਾਮਤਾਂ ਨੇ ਕਿ ਕਿਵੇਂ ਕਿਵੇਂ ਹੋਏਗਾ। ਇਸ ਲਈ ਸਾਨੂੰ ਲੋਕਾਂ ਦੀ ਜਾਂ ਸਹੀ ਤਾਰੀਖ ਲਿਖਣ ਲਈ ਜਿਹੜੀ ਫਿਜ਼ੀਕਲ, ਜਿਹੜੀ ਮਾਦੀ ਸ਼ਹਾਦਤਾਂ ਨੇ, ਫਿਜ਼ੀਕਲ ਐਵੀਡੈਂਸ ਨੇ, ਉਹਨਾਂ ਨੂੰ ਪਹਿਲ ਦੇਣੀ ਹੈ, ਔਰ ਜਿਹੜੀ ਸਪੈਕੂਲੇਟਿਵ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਪਹਿਲ ਨਹੀਂ ਦੇਣੀ, ਜਿਹੜੀਆਂ ਖਿਆਲੀ ਤਸਵਰਾਤੀ ਚੀਜ਼ਾਂ ਨੇ ਕਿ ਸ਼ਾਇਦ ਇੰਜ ਹੋਇਆ ਹੈ ਤੇ ਸ਼ਾਇਦ ਇੰਜ ਹੋਇਆ। ਫਿਰ ਮੈਂ ਦੂਜੀ ਗੱਲ ਇਹ ਕੀਤੀ ਸੀ ਕਿ ਜਿਹੜੀ ਅਹਿਮ ਗੱਲ ਮੈਂ ਦੁਬਾਰਾ ਦੁਹਰਾ ਰਿਹਾ ਹਾਂ, ਉਹ ਇਹ ਸੀ ਕਿ ਜਿਹੜੀ ਪੂਰੀ ਇਨਸਾਨ ਦੀ ਜਿਹੜੀ ਤਹਿਜ਼ੀਬ ਹੈ ਔਰ ਜਿਵੇਂ ਜਿਵੇਂ ਉਹਨੇ ਤਰੱਕੀ ਕੀਤੀ ਹੈ, ਉਹ ਮੈਂ ਕਿਹਾ ਸੀ ਕਿ ਕੁਝ ਮੰਜ਼ਲਾਂ ਤੋਂ ਗੁਜ਼ਰੀ ਹੈ। ਉਹਨਾਂ ਮੰਜ਼ਲਾਂ ਦੇ ਵਿੱਚ ਪਹਿਲੀ ਮੰਜ਼ਲ ਜਿਹੜੀ ਹੈ ਉਹ ਸ਼ਿਕਾਰ ਕਰਨਾ, ਸੌਰੀ, ਖੁਰਾਕ ਇਕੱਠੀ ਕਰਨਾ, ਮਤਲਬ ਜੰਗਲਾਂ ਤੋਂ, ਜੰਗਲਾਂ ਦੇ ਬੂਟਿਆਂ ਤੋਂ, ਜੰਗਲਾਂ ਦੇ ਫਲਾਂ ਤੋਂ ਤੋੜ ਕੇ ਖਾਣਾ, ਤੇ ਦੂਜੀ, ਫਿਰ ਦੂਜੀ ਮੰਜ਼ਲ ਆਈ ਉਹਦੇ ਵਿੱਚ ਹੀ ਸ਼ਿਕਾਰ ਕਰਨ ਦੀ, ਜਦੋਂ ਪੱਥਰ ਦੇ ਹਥਿਆਰ ਜਾਂ ਥੋੜੇ ਬਹੁਤ ਉਹਨੇ ਬਣਾ ਲਏ ਇਨਸਾਨ ਨੇ, ਤੇ ਫਿਰ ਉਹਨੇ ਸ਼ਿਕਾਰ ਵੀ ਕਰਨਾ ਸ਼ੁਰੂ ਕਰ ਦਿੱਤਾ। ਤੇ ਇਹ ਸੀ ਪਹਿਲੀ ਸਟੇਜ। ਦੂਜੀ ਸਟੇਜ ਜਿਹੜੀ ਹੈ ਉਹ ਜ਼ਰਾਤ ਦੀ ਆਈ, ਵਾਈ ਬੀਜੀ ਦੀ ਆਈ, ਐਗਰੀਕਲਚਰ ਦੀ ਆਈ। ਐਗਰੀਕਲਚਰ ਦੇ ਵਿੱਚ ਨਿਜ਼ਾਮ ਜਿਹੜਾ ਹੈ ਉਹ ਬਿਲਕੁਲ ਬਦਲ ਗਿਆ, ਔਰ ਜਿਹੜੇ ਅਦਾਰੇ ਪਹਿਲੀ ਮੰਜ਼ਿਲ ਤੇ ਨਹੀਂ ਸਨ ਹੈਗੇ, ਮਸਲਨ ਪ੍ਰਾਪਰਟੀ ਨਹੀਂ ਸੀ ਹੈਗੀ, ਮਸਲਨ ਔਰਤ ਜਿਹੜੀ ਹੈ ਉਹ ਕਿਸੇ ਦੀ ਜਾਇਦਾਦ ਨਹੀਂ ਸੀ ਹੁੰਦੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਐਗਰੀਕਲਚਰ ਦੇ ਨਾਲ ਆ ਗਈਆਂ। ਇੱਥੇ ਮੈਂ ਇੱਕ ਗੱਲ ਜਿਹੜੀ ਹੈ ਉਹ ਹੋਰ ਪੁਆਇੰਟ ਆਊਟ ਕਰਦਿਆਂ ਕਿ ਜਿਹੜੀ ਜ਼ਰਾਤ ਸੀਗੀ, ਜਿਵੇਂ ਪਿਛਲੀ ਵਾਰੀ ਮੈਂ ਦੱਸਿਆ ਸੀ ਕਿ ਜ਼ਰਾਤ ਜਿਹੜੀ ਸੀ ਉਹ ਔਰਤਾਂ ਨੇ ਇਜਾਦ ਕੀਤੀ ਸੀ, ਔਰ ਕਿਉਂਕਿ ਮਰਦ ਜਿਹੜੇ ਸਨ ਉਹ ਤੇ ਸ਼ਿਕਾਰ ਕਰਨ ਜਾਂਦੇ ਸਨ, ਤੇ ਜਿਹੜੀਆਂ ਔਰਤਾਂ ਸਨ ਉਹ ਆਪਣੇ ਘਰਾਂ ਦੇ ਨਾਲ ਨਾਲ ਬੂਟੇ ਉਹਨਾਂ ਨੇ ਲਾਉਣੇ ਸ਼ੁਰੂ ਕਰ ਦਿੱਤੇ। ਅੱਛਾ, ਲੇਕਿਨ ਇਹ ਹੈ ਕਿ ਉਹਨਾਂ ਨੂੰ
ਜਿਵੇਂ ਸਾਨੂੰ ਪਤਾ ਕਿ ਬੂਟੇ ਕਿਉਂ ਉੱਗਦੇ ਨੇ ਤੇ ਕਿਵੇਂ ਉੱਗਦੇ ਨੇ, ਉਹਨਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ। ਉਹਨਾਂ ਵਾਸਤੇ ਇਹ ਇੱਕ ਮੌਜਜ਼ਾ ਸੀ, ਇੱਕ ਕਰਾਮਤ ਹੁੰਦੀ ਸੀ ਕਿ ਅਸੀਂ ਬੂਟੇ ਲਾਏ, ਫਸਲ ਲਾਈ ਤੇ ਉਹ ਉੱਗ ਪਈ ਤੇ ਉਹ ਹੋ ਗਈ। ਤੇ ਉਹਨਾਂ ਵਾਸਤੇ ਇਹ ਬੜਾ ਇੱਕ ਮਿਸਟੀਰੀਅਸ, ਇੱਕ ਬੜਾ ਰਾਜ਼ਾਂ ਭਰਿਆ ਅਮਲ ਹੁੰਦਾ ਸੀ। ਤੇ ਇਸ ਲਈ ਜਿਹੜੀ ਤੁਸੀਂ ਇਹ ਦੇਖੋ ਕਿ ਜਿਹੜੀ ਜ਼ਰਾਤ ਦੀ ਪਹਿਲੀ ਮੰਜ਼ਿਲ ਹੈ ਉਹਦੇ ਵਿੱਚ ਕਿਉਂਕਿ ਔਰਤਾਂ ਜਿਹੜੀਆਂ ਉਹਨਾਂ ਨੇ ਸ਼ੁਰੂ ਕੀਤੀ ਸੀ, ਇਸ ਵਾਸਤੇ ਜਿਹੜਾ ਨਿਜ਼ਾਮ ਸੀ ਉਹ ਮਾਦਰੀ ਨਿਜ਼ਾਮ, ਮਟੀਰੀਅਲਿਸਟਿਕ ਨਿਜ਼ਾਮ ਸੀ, ਜਿਹਦੇ 'ਚ ਔਰਤ ਜਿਹੜੀ ਹੈ ਉਹ ਸਭ ਤੋਂ ਉੱਤੇ ਮੰਨੀ ਜਾਂਦੀ ਸੀ। ਔਰਤਾਂ ਹੀ ਜਿਹੜੀਆਂ ਨੇ ਉਹ ਪੁਜਾਰੀ ਸਨ, ਔਰਤਾਂ ਹੀ ਜਿਹੜੀਆਂ ਨੇ ਉਹ ਦੇਵੀਆਂ ਸਨ। ਜਿਹੜੇ ਮਰਦ ਦੇਵਤਾ ਨੇ ਜਾਂ ਮਰਦ ਪੈਗੰਬਰ ਜਾਂ ਮਰਦ ਵਲੀ ਜੋ ਵੀ ਤੁਸੀਂ ਕਹਿ ਲਓ, ਉਹ ਬਹੁਤ ਬਾਅਦ 'ਚ ਆਏ, ਬਹੁਤ ਬਾਅਦ 'ਚ ਆਏ। ਸ਼ੁਰੂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਜਿਹੜੀਆਂ ਆਪਣਾ ਵੱਡੀਆਂ ਹਸਤੀਆਂ ਨੇ ਉਹ ਦੇਵੀਆਂ ਨੇ, ਔਰਤਾਂ ਨੇ। ਉਹਦੀ ਵਜ੍ਹਾ ਇਹ ਹੈ ਕਿ ਜ਼ਰਾਤ ਦੇ ਪਹਿਲੇ ਦੌਰ ਦੇ ਵਿੱਚ ਔਰਤਾਂ ਹੀ ਉੱਤੇ ਸਨ, ਪਰ ਫਿਰ ਜ਼ਰਾਤ ਦਾ ਜਦੋਂ ਦੂਸਰਾ ਦੌਰ ਆਇਆ ਤੇ ਉਹਦੇ ਵਿੱਚ ਜਦੋਂ ਜਾਨਵਰ ਇਸਤੇਮਾਲ ਹੋਣੇ ਸ਼ੁਰੂ ਹੋਏ ਵਾਹੀ ਵਿੱਚ, ਮਿਸਾਲ ਦੇ ਤੌਰ 'ਤੇ ਢੱਗੇ ਜਾਂ ਦੂਜੇ ਜਾਨਵਰ ਜਦੋਂ ਇਸਤੇਮਾਲ ਹੋਣਾ ਸ਼ੁਰੂ ਹੋ ਗਏ, ਤੇ ਫਿਰ ਉਹ ਮਰਦਾਂ ਦੇ ਹੱਥ ਆ ਗਿਆ, ਕਿਉਂਕਿ ਉਹਨਾਂ ਜਾਨਵਰਾਂ ਨੂੰ ਦੀ ਤਾਕਤ ਨੂੰ ਮੈਨੇਜ ਕਰਨਾ ਜਿਹੜਾ ਸੀ ਉਹ ਮਰਦ ਬਿਹਤਰ ਕਰਦੇ ਸਨ, ਔਰਤਾਂ ਕੋਲ ਨਹੀਂ ਸੀ ਹੁੰਦਾ। ਤੇ ਉਹ ਮਰਦ ਸ਼ਾਹੀ ਨਿਜ਼ਾਮ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਉਸ ਤੋਂ ਬਾਅਦ। ਤੇ ਜਿਹੜਾ ਮਰਦ ਹੈ ਉਹ ਉਹਦੀ ਲੱਤ ਤੇ ਹੋ ਗਈ, ਔਰਤਾਂ ਜਿਹੜੀਆਂ ਸਨ ਉਹ ਥੱਲੇ ਚਲੀ ਗਈਆਂ। ਅੱਛਾ, ਜ਼ਰਾਤ ਦੇ ਜਿਹੜੇ ਅੱਗੇ ਅੱਗੇ ਜਿਵੇਂ ਜ਼ਰਾਤ ਵਧੀ ਤੇ ਜ਼ਰਾਤ ਦੇ ਵਧਣ ਦੇ ਨਾਲ ਗੁਲਾਮਦਾਰੀ ਸਿਸਟਮ ਵੀ ਵਧਿਆ, ਸਾਰੀ ਦੁਨੀਆਂ ਵਿੱਚ ਗੁਲਾਮੀ ਆਈ, ਉਹਦੇ ਜ਼ਰੀ ਨਿਜ਼ਾਮ ਦੇ ਅੰਦਰ ਹੀ ਗੁਲਾਮੀ ਵੀ ਦਾ ਪੀਰੀਅਡ ਵੀ ਲੰਘਿਆ ਤੇ ਫਿਰ ਜਾਗੀਰਦਾਰੀ ਦਾ ਪੀਰੀਅਡ ਵੀ ਆਇਆ, ਜਿਹਦੇ ਵਿੱਚ ਆਪਣਾ ਇਨਸਾਨ ਜਿਹੜੇ ਨੇ ਉਹ ਪੂਰੀ ਤਰ੍ਹਾਂ ਗੁਲਾਮ ਤੇ ਨਹੀਂ ਸਨ, ਪਰ ਉਹ ਅੱਧੇ ਗੁਲਾਮ ਜ਼ਰੂਰ ਸਨ। ਜਿਵੇਂ ਹੁਣ ਜਾਗੀਰਦਾਰਾਂ ਦੇ ਕਾਮੇ ਹੁੰਦੇ ਨੇ ਨਾ, ਹੁਣ ਵੀ ਜਿਵੇਂ ਤੁਸੀਂ ਵੇਖਦੇ ਹੋ, ਤੇ ਉਹ ਮਤਲਬ ਬਿਲਕੁਲ ਗੁਲਾਮ ਤੇ ਨਹੀਂ ਹੈ, ਲੇਕਿਨ ਉਹਨੂੰ ਅੱਧੇ ਗੁਲਾਮ ਜ਼ਰੂਰ ਹੈਗੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਬੂਰਜਵਾਜ਼ੀ ਜਾਂ ਸੁਨਤੀ ਤਬਕੇ ਦਾ ਉਭਾਰ ਹੋਇਆ ਤੇ ਉਹਨੇ ਜਿਹੜਾ ਪੂਰਾ ਜਾਗੀਰਦਾਰੀ ਸਿਸਟਮ ਸੀ ਉਹਨੂੰ ਉਲਟਾ ਦਿੱਤਾ, ਔਰ ਉਹਦੇ ਵਿੱਚ ਜਿਹੜੀ ਬਹੁਤ ਮੁੱਢਲੀ ਤਬਦੀਲੀ ਆਈ ਉਹਦੇ ਟੁੱਟਣ ਵਿੱਚ, ਉਹ ਮਸ਼ੀਨ ਦਾ ਇਸਤੇਮਾਲ ਸੀ। ਯਾਨੀ ਮਤਲਬ ਇਹ ਹੈ ਕਿ ਜਿਹੜੀ ਮੈਨੂਅਲ ਲੇਬਰ ਹੈ ਉਹਦੀ ਜਗ੍ਹਾ 'ਤੇ ਜਦੋਂ ਟੈਕਨੀਕਲ ਲੇਬਰ ਆ ਗਈ, ਜਿਹਨੀ ਮਤਲਬ ਉਹ ਕੰਮ ਜਿਹੜਾ ਕਿ ਹੱਥਾਂ ਹੁੰਦਾ ਸੀ ਉਹ ਹੁਣ ਮਸ਼ੀਨ ਕਰਨ ਲੱਗ ਪਈ, ਅਤੇ ਉਹਦੇ ਨਾਲ ਵੀ ਜਿਹੜਾ ਹੈ ਉਹ ਪੁਰਾਣਾ ਜ਼ਰੀ ਨਿਜ਼ਾਮ ਅਤੇ ਜਾਗੀਰਦਾਰੀ ਸਿਸਟਮ ਜਿਹੜਾ ਸੀ ਉਹ ਟੁੱਟਿਆ। ਇਹਦੀ ਤੁਸੀਂ ਬਹੁਤ ਵਧੀਆ ਮਿਸਾਲ ਜਿਹੜੀ ਹੈ ਨਾ ਅੱਜ ਕੱਲ੍ਹ ਦੇ ਪਾਕਿਸਤਾਨ 'ਚ ਵੇਖ ਸਕਦੇ ਹੋ, ਕਿ ਪਾਕਿਸਤਾਨ ਦੇ ਵਿੱਚ 70s ਤੋਂ ਬਾਅਦ ਜਦੋਂ ਇਹ ਮਸ਼ੀਨ ਆਈ ਹੈ ਪਾਕਿਸਤਾਨ ਦੇ ਵਿੱਚ, ਯਾਨੀ ਹੁਣ ਜ਼ਰਾਤ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਉਹ ਤਕਰੀਬਨ ਸਾਰੇ ਪੰਜਾਬ ਵਿੱਚ ਅਤੇ ਖਾਸ ਤੌਰ 'ਤੇ ਔਰ ਨਹੀਂ ਚੜ੍ਹਦੇ ਪੰਜਾਬ ਵਿੱਚ, ਇਸ ਪੰਜਾਬ ਵਿੱਚ ਵੀ ਉਹ ਸਾਰੀ ਹੁਣ ਮਸ਼ੀਨਾਂ ਨਾਲ ਸਾਰੀ ਕਾਸ਼ਤ ਹੁੰਦੀ ਹੈ, ਸਾਰੀ ਵਾਹੀ ਵਿੱਚ ਮਸ਼ੀਨਾਂ ਨਾਲ ਹੁੰਦੀ ਹੈ। ਹੁਣ ਬੀਜ ਬੀਜਣ ਤੋਂ ਲੈ ਕੇ ਅਤੇ ਫਸਲ ਦੇ ਪੱਕਣ ਦੇ ਉੱਤੇ ਉਹਨੂੰ ਚੁੱਕਣ ਦਾ ਜਿਹੜਾ ਸਾਰਾ ਅਮਲ ਹੈ ਉਹ ਸਾਰਾ ਹੁਣ ਮਸ਼ੀਨਾਂ ਕਰਦੀਆਂ, ਹੁਣ ਬੰਦੇ ਨਹੀਂ ਕਰਦੇ। ਅੱਛਾ, ਲੇਕਿਨ ਇਹ ਹੈ ਕਿ ਉਹਦੇ ਨਾਲ ਸਿਰਫ ਇਹ ਨਹੀਂ ਹੈ ਕਿ ਉਹ ਬਦਲ ਗਈ ਹੈ, ਪੈਦਾਵਾਰੀ ਢੰਗ ਬਦਲ ਗਿਆ, ਬਲਕਿ ਤੁਸੀਂ ਇਹ ਵੇਖੋਗੇ ਕਿ ਉਹਦੇ ਨਾਲ ਪੂਰੀ ਸੁਸਾਇਟੀ ਜਿਹੜੀ ਹੈ, ਪੂਰਾ ਸਮਾਜ ਜਿਹੜਾ ਉਹ ਦੁਬਾਰਾ ਤੋਂ ਇੱਕ ਹੋਰ ਰੰਗ ਵਿੱਚ ਬਣ ਰਿਹਾ ਹੈ। ਲੋਕਾਂ ਦੇ ਆਪਸੀ ਤਲਕਾਤ ਬਦਲ ਗਏ ਨੇ, ਮਤਲਬ ਜਿਨਸ ਦੀ ਜਗ੍ਹਾ 'ਤੇ ਮੈਨੂਅਲ ਬਾਰਟਰ ਸਿਸਟਮ ਦੀ ਜਗ੍ਹਾ 'ਤੇ ਪੈਸਾ ਆ ਗਿਆ, ਔਰ ਹੁਣ ਜਿਵੇਂ ਪਹਿਲੇ ਪਿੰਡਾਂ ਦੇ ਵਿੱਚ ਕਮੀ ਹੁੰਦੇ ਸਨ, ਦਸਤਕਾਰ ਹੁੰਦੇ ਸਨ, ਉਹਨਾਂ ਨੂੰ ਸਾਲ ਦੇ ਅਖੀਰ ਦੇ ਉੱਤੇ ਦਾਣੇ ਦਿੱਤੇ ਜਾਂਦੇ ਸਨ, ਹੁਣ ਇੰਝ ਨਹੀਂ ਹੁੰਦਾ, ਹੁਣ ਦਸਤਕਾਰ ਵਗੈਰਾ ਨਹੀਂ ਰਹੇ, ਉਹ ਚਲੇ ਗਏ ਨੇ ਉੱਥੋਂ। ਇਸੇ ਤਰ੍ਹਾਂ ਤੁਸੀਂ ਦੇਖੋ ਕਿ ਜਿਹੜੀ ਮਰਦ ਔਰਤ ਦਾ ਰਿਲੇਸ਼ਨਸ਼ਿਪ ਸੀ, ਜਿਹੜਾ
पुराने जरी निजाम मशीन तो पहले दे निजाम भी बहुत मुढ़लियां बदलियां आईयां। मैं मिसाल के तौर पर वेख्या कि पाकिस्तान दे विच जदों दी ये मशीन आई है तो चंद मर्दां दे हाथ विच निजाम आ गया पूरा पैदा करन दा, तो उहदे नाल मैं देखिया कि दो गल्लां होईयां ने। एक गल तो यह हुई है कि जिहड़ियां औरतां ने पाकिस्तान पंजाब दीआं उन्होंने नौकरियां वगैरह शुरू करतीआं ने, ऐसियां जिन्हां मैदानां चों पहले नहीं सी आईआं उन्होंने मैदानों चो जानी शुरू हो गई ने। दूजे पास ये भी होया है कि पिंडां विच भी पर्दा शुरू हो गया, मतलब जिवें 70s तो पहले औरतां चूंकि पैदावारी सिस्टम दे विच रोज़ उन्हां दी लोड़ हुंदी सी ते इसलिए वह पर्दे वर्दा अफोर्ड नहीं सी कर सकदी। हुण चूंकि उन्हां दा कोई वड्डा हिस्सा नहीं रहा पैदावारी निजाम दे विच, इस वास्ते उन्होंने पर्दा करवाना शुरू करता है लोगों ने। वो मैं यदि बहुत जाती जाती तजर्बा भी किया है, वो मेरी एक भाण जी साढ़े विचार लिए काम करती होंगी सी, तो वो मैं उन्होंने कहा मैं तू बहुत मोटी हो गई है तो तू खेतों से जाया कर रोज एक चक्कर मार के आया कर ताकि तेरा वजन घटे। वो कहन लगी मामा तू कि जमाने दल्ला कर रहा हूँ कौन बहर जान दिता है, हूँ तो कोई नहीं बाहर जान देता। मैं क्या तेरी माँ तो जाती सी रोज़, कहती नहीं हूँ माँ का जमाना लंघ गया ना हूँ सानू नहीं जान देंगे असं हूँ घर ही पै जाए। अच्छा एनीवेज तो कहने का मतलब यह है कि जो पैदावारी निजाम के मुढ़ली तब्दीली आती है मंजिल बदलती है तो वो पूरे समाजी सियासी हर तरह का जरा रिश्ता है लोगों का आपस वो बदल जाता है। इस गल नूं लोकी जिहड़े ने उह इत्थे गौर नहीं करदे और एवें टामक टोईयां मारदे ने क्या अज दे पाकिस्तान या पंजाब नूं किवें इंटरप्रैट किया जाए, इहदे विच 40 सालां विच की तब्दीलियां आईयां, उहनां तब्दीलियां दी मुढ की सीगा, इहनूं भी तुसीं देखणा चाहीदा। खैर इह ते सी। अच्छा हुण मैं जिहड़ा इक होर गल करके ते फिर अज दे मुढले लैक्चर वल आवांगा, वो ये है कि असी जड़ा तारीख को सही तरीके दे नाल वेखण लई असी एक मैथड अपनाने हैं जिन्हों असी कहने हैं कंपैरेटिव मैथड, यानी बदले दा निजाम, बदले दा निजाम कंपैरेटिव मैथड जड़ा है वो की है। वो ये है कि जे असी कहने हैं कि ज़रात दे शुरू दे विच औरतां प्रधान सन ते क्या अज उहदी कोई सानू अज कोई साडे कोल उहदा सबूत है या असी एवें टुलाई मार रहे हैं? या जे असी कहने हैं कि जी जिहड़ा पशु पाल समाज सी डंगर पाल समाज सी वह मर्दशाही निजाम दे उत्ते उहदी बुनियाद मर्दशाही निजाम सी ते क्या साडे कोल अज कोई साबित करने लिए इस गल नूं साडे कोल कोई शहादत हैगी है? जे सानू अज शहादत लभ जाए तो असी उहदे तों उहनूं ऑथेंटिकेट कर सकते हैं, उहनूं असी कह सकते हैं कि इहदा सबूत है साडे कोल। ते मिसाल दे तौर दे उत्ते मैं तुहानूं उहदी बाद थोड़ी जी गल करांगा मैं, लेकिन मिसाल दे तौर दे उत्ते मैं तुहानूं दस्सां कि जिहड़ी हिंदुस्तान दे विच इक कबीला हैगा खासी, ये नॉर्थ ईस्ट इंडिया दे विच है। ना जिहड़ा खासी कबीला सी ये 60 दी दहाई तक इहदे विच जिहड़ी पैदावारी ढंग सी वह उही सी जिहड़ा कि ज़रात दे एग्रीकल्चर दे शुरू दे ज़माने दा सी, ते इहदे विच औरतां ही प्रधान सन। मतलब खासी कबीले दीआं जिहड़ीआं प्रचार करन वालीआं प्रचार करने वाले जिहड़ी समझो कि जिहड़ा मेन पोप है वह भी औरतां सन खासी कबीले विच, ते औरतां दी ही कुल दी ही जायदाद सी। मर्द जिहड़ा सी वह अपना बीवी दे घर नहीं सी रहिंदा, वह अपनी माँ दे घर रहिंदा सी और वह माँ दे कबीले दे नाल ही उहदी उहनूं दफनाया जांदा सी जां उहनूं साड़ दिंदा सी, ते वह बीवी दा हिस्सा नहीं, बीवी के खानदान का हिस्सा नहीं बनता।
जिहड़ी बीवी दी औलाद है उहने बीवी दी औलाद रहना, ते खावन जिहड़ा है उह रात बराते कदी आउंदा सी बीवी कोल ते उह उत्थों वापस चला जांदा सी। अच्छा इह ते इहदे तों इह साबत होया कि जे खासी कबीले दे विच ज़रात दी जिहड़ी स्टेज है उह पुराणी है, शुरू दी है, ते उहदे विच जिहड़ा समाजी निज़ाम है ਉਹ ਵੀ ਉਸ ਤਰ੍ਹਾਂ ਦਾ ਹੈਗਾ। ਇਹ ਤੋਂ ਅਸੀਂ ਇਹ ਅੰਦਾਜ਼ਾ ਲਾਉਂਦੇ ਹਾਂ ਕਿ ਅੱਜ ਤੋਂ 2000 ਜਾਂ 3000 ਸਾਲ ਪਹਿਲੇ ਜਦੋਂ ਜ਼ਰਾਤ ਸ਼ੁਰੂ ਹੋਈ ਹੋਏਗੀ, ਬਲਕਿ 2000 ਕੀ 7-8 ਹਜ਼ਾਰ ਸਾਲ ਪਹਿਲੇ, ਤੇ ਉਦੋਂ ਉਸ ਤਰ੍ਹਾਂ ਦਾ ਹੀ ਤਕਰੀਬਨ ਨਿਜ਼ਾਮ ਹੋਏਗਾ ਜਿਸ ਤਰ੍ਹਾਂ ਦਾ ਖਾਸੀ ਕਬੀਲੇ ਚ। ਖਾਸੀ ਕਬੀਲਾ ਜਿਹੜਾ ਉਹ ਸਮਝੋ ਕਿ ਇੱਕ ਸ਼ਹਾਦਤ ਸਾਨੂੰ ਦਿੰਦਾ। ਇਸੇ ਤਰ੍ਹਾਂ ਜਿਹੜਾ ਪਸ਼ੂ ਪਾਲ ਸਮਾਜ ਹੈ, ਤੇ ਪਸ਼ੂ ਪਾਲ ਸਮਾਜ ਜਿਹੜਾ ਉਹ ਮਰਦਸ਼ਾਹੀ ਨਿਜ਼ਾਮ ਦਾ ਕਿਵੇਂ, ਉਹਦੇ ਵਿੱਚ ਮਰਦਸ਼ਾਹੀ ਨਿਜ਼ਾਮ ਕਿਉਂ ਹੁੰਦਾ ਹੈ, ਇਹਦਾ ਸਾਡੇ ਕੋਲ ਕੀ ਸਬੂਤ ਹੈ? ਤੇ ਇਹਦੇ ਵਿੱਚ ਇੱਕ ਸਾਊਥ ਇੰਡੀਆ ਦੇ ਵਿੱਚ ਇੱਕ ਕਬੀਲਾ ਹੈਗਾ ਟੋਡਾ। ਟੋਡਾ ਕਬੀਲਾ ਜਿਹੜਾ ਉਹ ਟੋਟਲੀ ਪਸ਼ੂ ਪਾਲ ਹੈ, ਡੰਗਰ ਪਾਲ, ਉਹ ਹੋਰ ਕੁਛ ਨਹੀਂ ਕਰਦੇ। ਉਹ ਆਪਣੀਆਂ ਬਾਕੀ ਸਾਰੀਆਂ ਲੋੜਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਪਸ਼ੂਆਂ ਦੇ ਬਾਰਟਰ ਦੇ ਵਿੱਚ ਅਦਲੇ ਬਦਲੇ ਵਿੱਚ ਲਾਗਲੇ ਪਿੰਡਾਂ ਤੋਂ ਜਾਂ ਲਾਗਲੇ ਇਲਾਕਿਆਂ ਤੋਂ ਲੈਂਦੇ ਨੇ। ਅਤੇ ਉਹ ਜਿਹੜੇ ਨੇ ਉਹਨਾਂ ਦੇ ਵਿੱਚ ਦੂਜੀ ਟੋਡਿਆਂ ਦੇ ਵਿੱਚ ਜਿਹੜੀ ਦੂਜੀ ਗੱਲ ਹੈ ਉਹ ਇਹ ਹੈਗੀ ਹੈ ਕਿ ਉਹ ਉਹਨਾਂ ਦੀ ਉਹ ਜਿਹੜੇ ਕਈ ਭਰਾ ਨੇ ਉਹ ਇੱਕ ਹੀ ਔਰਤ ਨਾਲ ਸ਼ਾਦੀ ਕਰਦੇ ਨੇ, ਯਾਨੀ ਇਹ ਨਿਜ਼ਾਮ ਹੈ ਉਹਨਾਂ ਦੇ ਵਿੱਚ। ਤੀਜੀ ਗੱਲ ਇਹ ਕਿ ਉਹ ਕੁੜੀਆਂ ਨੂੰ ਪੈਦਾ ਹੁੰਦੇ ਹੀ ਮਾਰ ਦਿੰਦੇ ਸਨ, ਅਤੇ ਇਸ ਵਾਸਤੇ ਉਹ ਡੰਗਰਾਂ ਦੇ ਇਵਜ਼ ਡੰਗਰਾਂ ਦੇ ਕੇ ਅਤੇ ਬੀਵੀ ਲਿਆਉਂਦੇ ਸਨ, ਜਿਹੜੀ ਕਿ ਖਾਨਦਾਨ ਦੇ ਵਿੱਚ ਸਾਰੇ ਭਰਾਵਾਂ ਦੀ ਬੀਵੀ ਹੁੰਦੀ ਸੀ। ਸੋ ਮਤਲਬ ਇਹ ਇੱਕ ਸਮਝ ਲਓ ਕਿ ਇਹ ਮਰਦਸ਼ਾਹੀ ਦਾ ਅਕਸਟੀਮ ਨਿਜ਼ਾਮ ਹੈ ਔਰ ਉਹਦਾ ਸਬੂਤ ਜਿਹੜਾ ਵਾ ਟੋਡਾ ਕਬੀਲਾ ਹੈ। ਸੋ ਲਿਹਾਜ਼ਾ ਇਹਦੇ ਤੋਂ ਅਸੀਂ ਇਹ ਨਤੀਜਾ ਇਸ ਤੋਂ ਅਸੀਂ ਇਹ ਨਤੀਜਾ ਕੱਢਨੇ ਹੈ ਕਿ ਜਦੋਂ ਤਹਿਜ਼ੀਬ ਦੇ ਸ਼ੁਰੂ ਦੇ ਵਿੱਚ ਜਿਹੜੇ ਡੰਗਰਪਾਲ ਕਬੀਲੇ ਸਨ ਜਾਂ ਲੋਕ ਸਨ, ਉਹਨਾਂ ਵਿੱਚ ਕਿਉਂ ਮਰਦਸ਼ਾਹੀ ਨਿਜ਼ਾਮ ਹੋਏਗਾ, ਇਸ ਟੋਡੇ ਕਬੀਲੇ ਤੋਂ ਅਸੀਂ ਟੋਡਾ ਕਬੀਲਾ ਉਹਦਾ ਇੱਕ ਸਬੂਤ ਹੈਗਾ। ਅਤੇ ਇਹਦੇ 'ਚ ਮੈਂ ਥੋੜ੍ਹਾ ਜਿਹਾ ਜ਼ਿਕਰ ਕਰਦੇ ਹਾਂ ਕਿ ਚੂੰਕਿ ਜਿਹੜੇ ਆਰੀਆ ਆਏ ਪੰਜਾਬ ਵਿੱਚ ਜਦੋਂ ਉਹ 1300 ਤੋਂ 1500 BC ਦੇ ਵਿੱਚ, ਅਤੇ ਉਹ ਡੰਗਰਪਾਲ ਸਨ, ਮੱਝਾਂ ਗਾਵਾਂ ਚਾਰਦੇ ਸਨ, ਗਾਵਾਂ ਦੇ ਉੱਤੇ ਸਾਰਾ ਉਹਨਾਂ ਦਾ ਸੀ। ਅਤੇ ਇਸ ਵਾਸਤੇ ਇਸ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ ਕਿ ਉਹ ਉਹਨਾਂ ਦੀ ਜਿਹੜੀ ਰਹਿਤ ਬਹਿਤ, ਉਹਨਾਂ ਦਾ ਜਿਹੜੇ ਸਮਾਜੀ ਰਿਸ਼ਤੇ ਹੋਣਗੇ ਉਹ ਉਂਝ ਹੀ ਹੋਣਗੇ ਜਿਵੇਂ ਅੱਜ ਟੋਡਿਆਂ ਦੇ ਨੇ। ਟੋਡੇ ਜਿਹੜੇ ਨੇ ਉਹਦਾ ਸਬੂਤ ਨੇ। ਸੋ ਇਹ ਕੰਪੈਰੇਟਿਵ ਮੈਥਡ ਜਿਹੜਾ ਹੈ, ਮੁਕਾਬਲੇ ਦਾ ਮੈਥਡ ਜਿਹੜਾ, ਪੁਰਾਣੇ ਨੂੰ ਨਵੇਂ ਨਾਲ ਮਚਾ ਕੇ ਦੇਖਣਾ, ਇਹ ਜਿਹੜਾ ਹੈ ਇਹ ਅਸੀਂ ਮੁਸਤਕਿਲ ਯੂਜ ਕਰਾਂਗੇ। ਔਰ ਉਹਦੀ ਅੱਜ ਇਸ ਲੈਕਚਰ ਦੇ ਵਿੱਚ ਕੁਛ ਮੈਂ ਤੁਹਾਨੂੰ ਜਿੱਥੇ ਜਿੱਥੇ ਵਰਤਿਆ ਜਾਏਗਾ ਤੇ ਮੈਂ ਤੁਹਾਨੂੰ ਉਹ ਪੁਆਇੰਟ ਆਊਟ ਵੀ ਕਰਾਂਗਾ। ਲੇਕਿਨ ਇਹ ਹੈ ਕਿ ਇਹ ਜਿਹੜਾ ਕੰਪੈਰੇਟਿਵ ਮੈਥਡ ਹੈ, ਜਿਹੜਾ ਤਬਾਹ, ਯਾਨੀ ਜਿਹੜਾ ਮਚਾਉਣ ਦਾ ਜਾਂ ਇੱਕ ਦੂਜੇ ਨੂੰ ਦੇ ਨਾਲ ਮੁਕਾਬਲਾ ਕਰਨ ਦਾ ਜਿਹੜਾ ਢੰਗ ਹੈ, ਇਹਨੂੰ ਤੁਸੀਂ ਪੂਰੀ ਤਰ੍ਹਾਂ ਸਮਝੋ। ਔਰ ਕਿਉਂਕਿ ਇਹ ਸਾਇੰਸੀ ਤਰੀਕਾ ਹੈ ਕਿ ਜੇ ਇੱਕ ਚੀਜ਼ ਹੋ ਰਹੀ ਸੀ ਤੇ ਉਹਦੀ ਅੱਜ ਕੀ ਸਬੂਤ ਹੈਗੀ ਹੈ, ਉਹਦਾ ਅੱਜ ਦੇ ਦਿਹਾੜੇ ਵਿੱਚੋਂ ਸਬੂਤ ਲੱਭੀਏ। ਇਸੇ ਤਰ੍ਹਾਂ ਜਿਹੜੇ ਅਵਾਮੀ ਤਾਰੀਖ ਲਿਖਣ ਵਾਲੇ ਨੇ ਉਹਨਾਂ ਵਿੱਚੋਂ ਬਹੁਤ ਨੇ ਅਮਰੀਕੀ, ਅਫਰੀਕੀ, ਸਾਊਥ ਅਮੈਰੀਕਨ ਜਿਹੜੇ ਕਬੀਲੇ ਨੇ, ਉਹਨਾਂ ਦੀ ਰਹਿਤ ਬਹਿਤ ਤੋਂ, ਉਹਨਾਂ ਦੇ ਸਮਾਜੀ ਰਿਸ਼ਤਿਆਂ ਤੋਂ ਬਹੁਤ ਕੁਛ ਅਖਜ਼ ਕਰਕੇ ਅਤੇ ਪੁਰਾਣੀ ਤਾਰੀਖ ਨੂੰ ਇੰਟਰਪ੍ਰੈਟ ਕੀਤਾ, ਪੁਰਾਣੀ ਤਾਰੀਖ ਦੀ ਨੂੰ ਰੀਬਿਲਡ ਕੀਤਾ। ਸੋ ਇਹ ਇੱਕ ਤਰੀਕਾ ਹੈਗਾ ਜਿਹੜਾ ਕਿ ਸਾਇੰਸੀ ਤਰੀਕਾ ਹੈਗਾ। ਔਰ ਇਹ ਜਿਹੜਾ ਹੈ ਇਹ ਟੁੱਲੇ ਮਾਰ ਤਰੀਕਾ ਨਹੀਂ ਹੈ। ਅੱਛਾ ਜੀ, ਹੁਣ ਅਸੀਂ ਆਉਂਦੇ ਹਾਂ ਆਪਣੇ ਲੈਕਚਰ ਵੱਲ, ਅੱਜ ਦੀ ਜਿਹੜੀ ਅਸੀਂ ਗੱਲ ਕਰਨੀ ਹੈ
कि कदीम पंजाब की तारीख की सी, उहदे विच सब तो पहले असी हड़प्पा वसेब हड़प्पा की जिहड़ी तहजीब है अज असी उहदी गल करांगे। ये तो मैं तुहानूं दस ही चुकिया पिछले लैक्चर दे विच भी कि जिहड़ी जिहड़ा जिहड़ी तहजीब है सिविलाइजेशन है वह पंजाब विच ही सब तो पहले आई सी। पंजाब विच ही पंजाब विच या हड़प्पा जिहड़ा ते मोहनजोदड़ो ने उही उहदियां पहलियां निशानियां ने। लेकिन यह है कि उदों शुरू दे विच यह समझा जांदा सी कि जे पंजाब विच सी ते फिर पंजाब तो क्यों इन्ना 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 जिहड़ा लिमिटेड या मुफसर क्यों सी। लेकिन फिर बाद दे विच जिहड़ियां खुदाइयां होईयां ने उन्हां विच पता लगा है कि यह इहदे विच पूरा इलाका सी जिहदे विच यह तहजीब सी उह उहदे विच पंजाब सी। आवाज आ रही तुहानूं अग्गे वी आ रही उह पंजाब सी उहदे विच सिंध सी उहदे विच राजस्थान सी उहदे विच हरियाणा सी ਇਹ ਸਾਰੇ ਇਲਾਕੇ ਇਸ ਤਹਿਜ਼ੀਬ ਦਾ ਗੜ੍ਹ ਸੀ। ਇੱਥੇ ਜਿਹੜੀ ਹੈ ਉਹ ਬਾਈ ਬੀਜੀ ਜਿਹੜੀ ਹੈ ਉਹ ਕੋਈ 3 to 5,000 years ਪਹਿਲੇ ਬੀ ਸੀ ਦੇ ਵਿੱਚ ਸ਼ੁਰੂ ਹੋ ਗਈ ਸੀ। ਔਰ ਉਹਦੀ ਮੈਂ ਇਹ ਵੀ ਵਜ੍ਹਾ ਤੁਹਾਨੂੰ ਦੱਸ ਚੁੱਕਿਆ ਹੈਗਾ ਕਿ ਉਹਦੀ ਬੁਨਿਆਦੀ ਵਜ੍ਹਾ ਇਹ ਸੀ ਕਿ ਇੱਥੇ ਕਿਉਂ ਮੁਮਕਿਨ ਹੋਇਆ ਔਰ ਬਾਕੀ ਦੁਨੀਆਂ ਦੇ ਵਿੱਚ ਕਿਉਂ ਨਹੀਂ ਮੁਮਕਿਨ ਹੋਇਆ। ਉਹਦੀ ਬੁਨਿਆਦੀ ਵਜ੍ਹਾ ਇਹ ਸੀ ਕਿ ਇੱਥੇ ਜਿਹੜੇ ਜੰਗਲ ਸਨ ਅਜੇ ਉਸ ਵੇਲੇ ਤੱਕ ਲੋਹਾ ਇਜਾਦ ਨਹੀਂ ਸੀ ਹੋਇਆ। ਜਿਹੜੀ ਸਿੰਧ ਸਿਵਲਾਈਜੇਸ਼ਨ ਹੈ ਸੋਰੀ ਜਿਹੜੀ ਹੜੱਪਾ ਸਿਵਲਾਈਜੇਸ਼ਨ ਹੈ ਉਹ ਜਦੋਂ ਬਣੀ ਔਰ ਪ੍ਰਫੁੱਲਿਤ ਹੋਈ ਤੇ ਉਦੋਂ ਅਜੇ ਲੋਹਾ ਇਜਾਦ ਨਹੀਂ ਸੀ ਹੋਇਆ। ਅਜੇ ਉਦੋਂ ਤਾਂਬੇ ਨਾਲ ਹੀ ਕੰਮ ਚਲਾਇਆ ਜਾਂਦਾ ਸੀ। ਅੱਛਾ ਤੇ ਜਿਹੜੇ ਜਿਹੜੇ ਇਲਾਕੇ ਜਿਨ੍ਹਾਂ 'ਚ ਬਹੁਤ ਸੰਘਣੇ ਜੰਗਲ ਸਨ ਜਿਵੇਂ ਕਿ ਗੰਗਾ ਜਮਨਾ ਵੈਲੀ ਹੈ ਪੰਜਾਬ ਤੋਂ ਅੱਗੇ ਦੇ ਜਿਹੜੇ ਇਲਾਕੇ ਨੇ ਉਹਨਾਂ ਵਿੱਚ ਬਹੁਤ ਸੰਘਣੇ ਜੰਗਲ ਸਨ। ਉਹਨਾਂ ਨੂੰ ਪੱਥਰ ਦੇ ਹਥਿਆਰਾਂ ਤੋਂ ਸੋਰੀ ਲੋਹੇ ਦੇ ਹਥਿਆਰਾਂ ਤੋਂ ਬਗੈਰ ਉਹਨਾਂ ਨੂੰ ਸਾਫ਼ ਨਹੀਂ ਸੀ ਕੀਤਾ ਜਾ ਸਕਦਾ। ਇਸ ਵਾਸਤੇ ਉੱਥੇ ਜ਼ਰਾਤ ਵੀ ਨਹੀਂ ਸੀ ਹੁੰਦੀ। ਹਾਲਾਂਕਿ ਬਾਕੀ ਮੈਂ ਦੱਸਾਂਗਾ ਕਿ ਬਾਕੀ ਹਾਲਾਤ ਉੱਥੇ ਇਸ ਇਲਾਕੇ ਨਾਲੋਂ ਬਿਹਤਰ ਸਨ ਉੱਥੇ ਬਾਰਿਸ਼ ਜ਼ਿਆਦਾ ਹੁੰਦੀ ਸੀ। ਲੇਕਿਨ ਇਹ ਹੈ ਕਿ ਜਿਹੜਾ ਜਿਹੜਾ ਹੜੱਪਾ ਸਿਵਲਾਈਜੇਸ਼ਨ ਦਾ ਇਲਾਕਾ ਸੀ ਇਹਦੇ ਵਿੱਚ ਜੰਗਲ ਜਿਹੜੇ ਸਨ ਉਹ ਸੰਘਣੇ ਨਹੀਂ ਸਨ। ਉਹ ਨਿੱਕੀਆਂ ਨਿੱਕੀਆਂ ਝਾੜੀਆਂ ਸਨ ਝਾੜੀਆਂ ਜਾਂ ਵਿੱਚ ਵਿੱਚ ਕਿਤੇ ਦਰਖਤ ਸਨ ਅਤੇ ਉਹਨਾਂ ਨੂੰ ਬੰਦਾ ਜਿਹੜਾ ਹੈ ਉਹ ਪੱਥਰ ਦੇ ਨਾਲ ਜਾਂ ਹੱਥ ਦੇ ਨਾਲ ਵੀ ਸਾਫ਼ ਕਰ ਸਕਦਾ ਸੀ। ਔਰ ਦੂਜੀ ਗੱਲ ਇਹ ਸੀ ਕਿ ਜਿਹੜੇ ਇੱਥੋਂ ਦੇ ਦਰਿਆ ਸਨ ਜਿਹੜੇ ਸੱਤ ਉਸ ਵੇਲੇ ਸੱਤ ਗਿਣੇ ਜਾਂਦੇ ਸਨ ਪੰਜ ਦਰਿਆ ਸੱਤ ਦਰਿਆ ਉਹਨਾਂ ਦੇ ਵਿੱਚ ਜਿਹੜੇ ਹੜ੍ਹ ਆਉਂਦੇ ਸਨ ਉਹਨਾਂ ਦੇ ਨਾਲ ਵੀ ਦਰਿਆਵਾਂ ਦੇ ਨਾਲ ਵੀ ਜਿਹੜੀ ਹੈ ਉਹ ਕਾਸ਼ਤ ਹੁੰਦੀ ਸੀਗੀ। ਇਹ ਤੇ ਮਤਲਬ ਇਹ ਹੈ ਕਿ ਇਹ ਤੇ ਗੱਲ ਜਿਹੜੀ ਹੈ ਪੱਕੀ ਹੈ ਇਸ ਤੋਂ ਕੋਈ ਦੋ ਰਾਏ ਨਹੀਂ ਹੈਗੀਆਂ ਇਹਦੇ ਬਾਰੇ 'ਚ ਕਿ ਪੰਜਾਬ ਜਿਹੜਾ ਹੈ ਉਹ ਹੀ ਹਿੰਦੁਸਤਾਨ ਬਰੇ ਸਰੀਰ ਦੇ ਵਿੱਚ ਤਹਿਜ਼ੀਬ ਦਾ ਮੁੱਢ ਸੀਗਾ। ਇਹ ਕੋਈ ਮਤਲਬ ਮੈਂ ਇਹਨਾਂ ਮਹਿਰਿਆਂ 'ਚ ਇਹ ਕੋਈ ਫਖਰ ਵਾਲੀ ਜਾਂ ਕੋਈ ਭੈੜ ਵਾਲੀ ਗੱਲ ਨਹੀਂ ਹੈਗੀ। ਇਹ ਬਸ ਇੱਕ ਹਕੀਕਤ ਹੈਗੀ ਹੈ ਕਿ ਕਿਉਂ ਸਾਇੰਸੀ ਢੰਗ ਦੇ ਨਾਲ ਵੇਖਣ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬ 'ਚ ਕਿਉਂ ਇਹ ਵਾਈ ਬੀ ਜੀ ਦੀ ਔਰ ਅਗਲੀ ਤਹਿਜ਼ੀਬ ਜਿਹੜੀ ਹੈ ਉਹ ਆਈ ਔਰ ਕਿਉਂ ਦੂਜਿਆਂ ਇਲਾਕਿਆਂ 'ਚ ਨਹੀਂ ਆਈ। ਅੱਛਾ ਇਹ ਜਿਹੜਾ ਜਿਹੜੀ ਤਾਰੀਖ ਨੂੰ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਤਾਰੀਖ ਨੂੰ ਜਿਹੜੀਆਂ ਮੰਜ਼ਲਾਂ ਮੈਂ ਤੁਹਾਨੂੰ ਦੱਸੀਆਂ ਨੇ ਦੋ ਜਾਂ ਤਿੰਨ ਮੰਜ਼ਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਉਹਨਾਂ ਵਿੱਚ ਜਿਹੜੀ ਆਮ ਤੌਰ ਦੇ ਉੱਤੇ ਜਿਹੜੇ ਲਿਖਣ ਵਾਲੇ ਨੇ ਔਰ ਸਾਡੇ ਦਾਨਿਸ਼ਵਰ ਨੇ ਔਰ ਬ੍ਰਹਮਣਵਾਦੀ ਵੀ ਉਸ ਪੀਰੀਅਡ ਨੂੰ ਬੜਾ ਵਡਿਆਉਂਦੇ ਨੇ। ਯਾਨੀ ਉਹ ਜਿਹੜਾ ਸ਼ਿਕਾਰ ਕਰਨ ਦਾ ਅਤੇ ਖੁਰਾਕ ਇਕੱਠਾ ਕਰਨ ਦਾ ਦੌਰ ਸੀ ਉਹ 'ਚ ਕਹਿੰਦੇ ਨੇ ਜੀ ਉਹ 'ਚ ਪੂਰੀ ਸਾਂਝ ਸੀ ਦੁਨੀਆਂ ਬੜੀ ਮਾਸੂਮ ਸੀ
और जमाना बड़ा अच्छा सी, लेकिन यह है कि ये एवं ख्याली गल है, इस तरह नहीं सी आगा। अच्छा ये तुम देखो कि जड़ा जड़ा हिंदी हिंदी हिंदुस्तानी क्लासिक है उदे विच ये जिहड़ियां जड़े जड़े जमाने ने उन्हां नूं इंज दस्या गया है कि पहला जमाना जड़ा सी उह सत युग सी, यानी सच्चा दौर मासूम दौर। दूजा दौर जड़ा आया उह तुरत युग, फिर द्वापर युग, तो फिर कुल युग। कुल युग जड़ा बहुत ही भैड़ा जमाना जिस चों असी लंघ रहे, उहनूं कुल युग कहिंदे ने। सो ये चार तरह के युगों के तकसीम किया जाता है। मेरा यह कहना है कि गल इंज नहीं हैगी जिहड़ी जो वो बंदा जंगल दे विच खुराक इकट्ठी करता सी ते वो शिकार नाल जिंदगी गुजारदा सी, वह बहुत ही उहदे लई मुश्किल जमाना सी। क्यों? क्योंकि यह है कि एक इलाके चों शिकार या जिहड़ी खुराक है वह मुक जांदी सी ते फिर उन्हूं अगले इलाके जाना पैंदा सी। या यह है कि एक इलाके दे विच बंदियां दी यानी कबीले दी लोकां दी जिहड़ी गिनती है बहुत वध गई, ते वह इलाका जिहड़ा है वह खुराक और उहदे अपना शिकार दे हिसाब नाल उन्हूं उन्हां लई काफ़ी नहीं हुंदा सी, फिर वह कबीले टुटते सन। इस तरीके नाल तुसीं देखो कि बंदा अफरीका तों निकलिया और अफरीका तो इन्नियां औखियां मंजलां करदा करदा वह आस्ट्रेलिया तक पहुँचा। वह अपना जड़ा है नॉर्थ अमेरिका साउथ अमेरिका तक पहुँचा। तो मतलब यह है कि ये कोई बंदे जड़े एडे एडे लम्मे कजिए करके तो ये जाते सन, ये कोई शौकिया नहीं सी जाते, ये उन्हों की मजबूरी सी। और उस वेले वो कोई बस्ती बना के कोई एक जगह से रह के अपनी रहत वहत चला नहीं सी सकते क्योंकि खुराक मुक गई, फिर अगे जाना पिया फिर अगे जाना पिया। अच्छा ये जदों जरात आई, अच्छा दूजी गल ये हैगी है कि उस वेले पुराने जमाने च जिहड़ी इंसान की जिंदगी सी वह भी कोई सेफ नहीं सी हैगी। बंदा जिहड़ा उहनूं बीमारियां मार जांदियां सन, कुदरती आफतां मार जांदियां सन, जंगल दे जानवर मार जांदे सन। इसलिए उस वेले तुसीं देखो ते बंदियां दी जिहड़ी टोटल लोंगिविटी है उम्र जिहड़ी है एवरेज जिहड़ी है वह 33 साल सी, 30 तों 33 साल। हुण ते तुसीं देखो कि हुण ते अमरीका दे विच 88-89 है। खैर एनीवे सो जदों रात आई ते फिर खुराक दे जिहड़े जिहड़े वसीले सन वह मुकामी हो गए, उन्हां नूं बार बार पैदा किया जा सकता सी। इस वास्ते बस्तियां बननियां शुरू होईयां ते इंसानां दी जिहड़ी है वह पापूलेशन भी इस जमाने दे विच ही वधनी शुरू होई। जदों वह जंगल दे विच अपना शिकार या खुराक जमा करदा सी उहदी तादाद बहुत घट सी। इहदा असी अगे भी थोड़ा जिहा वेरवा करांगे ते मैं दसांगा कि किवें वधी है। अच्छा हुण मसला यह है कि जिहड़ी ज़रात है और ज़रात तों बाद जिहड़ी जिहड़ी जिहड़ा समाज है जिहदे विच कारोबार और कमर्शियल एक्टिविटी हुंदी है उहदे विच जिहड़ी खुराक या जिहड़ियां पैदावार है वह वाफर हुंदी है, वाफर पैदा की जाती है। वह वाफर पैदावार जिहड़ी है जिन्हां दे कोल सरमाया हुंदा है, जिन्हां ने इकट्ठा कर लिया हुंदा है, वह दूजे लोगों नूं अपना गुलाम बना के या उन्हां नूं नौकर बना के या उन्हां नूं मजदूर बना के ते अपनी लोड़ तों वध पैदावार करदे ने और वह पैदावार जिहड़ी है उहदे नाल जिहड़ी है उस वह समाज दे विच जिहड़ी है वह अगे वधन की ताकत पैदा हुंदी है। ये अच्छी गल इखलाकी तौर पर है कि नहीं इहनूं तुसीं एक पासे रख दो, लेकिन होया इंज ही है। अच्छा लेकिन ये मिसाल के तौर दे उत्ते तुसीं देखो कि जिहड़ा हड़प्पा ते मोहनजोदड़ो दो शहर बने, वड्डे जिहड़े शहर सानूं मिले ने, जिहड़ा हड़प्पा है उहनूं कहा जांदा है कि उहदे विच 23 तों लै के 30,000 बंदे सन।
जेड़ा अपना मंजू ताड़ू है वो कुछ 40,000 बंदियां दा शहर सी, 40,000 इंसानों दा शहर सी। अच्छा ये हुण तुहानू लगेगा कि ये 30,000 ते 40,000 किहड़े कोई वड्डे शहर हो, पर तुहानू ये सुन के हैरानी होएगी कि ये बरतानिया की कुल आबादी नालों इन्हां शहरां दी आबादी बहुत ही सी। मोहनजोदड़ो की आबादी पूरे बरतानिया और वेल्स नालों बहुत ही सी। हड़प्पे की आबादी जिहड़ी है वह पूरे वेल्स और बरतानिया तो बहुत ही सी। इस तों यह तुसीं अंदाज़ा लगा। अच्छा हुण सवाल यह है कि यह इन्नी वड्डी आबादी जिहड़ी हड़प्पे ते मोहनजोदड़ो च सीगी, यह शहरां दे विच कुछ उगदा तो है नहीं है, कोई फसलां तो नहीं उगाई जांदियां, जानवर तो नहीं पाले जा सकते। इहदा मतलब यह है कि इन्हां शहरां तों बाहर आले दुआले पूरे इलाके दे विच जिहड़ियां बस्तियां होणगियां जिन्हां विच फसलां उगाई जांदियां सन और जिन्हां दे विच अपना डंगर पाले जांदे सन वगैरह वगैरह, तो वो शहरां नूं पालदे सन। ठीक, ये तो गल समझ आउंदी है ना जी, इस तों बगैर तो नहीं हो सकता। बाद वैसे जिहड़े हिस्टोरियनज ने जिन्हां नूं मैं समझना कि वो बहुत वो सही नहीं है, मिसाल के तौर पर एक एक थेरी ये देंदे ने कि जी ये जरूरी नहीं है कि शहर जड़े ने वो सरप्लस पैदावार तो बगैर रह सकन। मतलब यह कि शहर बगैर सरप्लस पैदावार तो भी बन सकते हैं, लेकिन तुहानू पता है कि ये हो नहीं सकता। क्यों हो इसलिए नहीं सकता कि क्या शहरी जड़े ने वो अपने सीना दे विच कणक उगाउणगे या सीना दे विच गोश्त बीजणगे, गोश्त उगाउणगे, ऐसा तो नहीं हो सकता। लिहाजा ये एक सरप्लस का निजाम जिहड़ा है पिंड पैदा करते ने, आबादियां पैदा कर दिया ने जिहड़ियां जिन्हां दे नाल वो शहर नूं शहर पलदे ने। अच्छा हुण इहदे नाल दूजी मैं शिराई साहब नूं चाहुंदा कि उत्ते गौर फरमाउण कि दूजी गल यह है कि जो सरप्लस जी है शहर पालन लिए पैदा होगी तो शहर ले जाने शहर वेचण एक पूरा कमरशियल निजाम बनेगा, कमरशियल लोग बन गए, व्यापारी बन गए, व्यापारियों के अगे करिंदे बन गए उन्होंने जिमें साढ़े हाँ होंगे ने, तो लिहाजा वो एक होर कलास बन गई, एक होर कलास बन गई। मतलब यह है कि वाफर पैदावार दे नाल एक पूरा क्लास सिस्टम भी बनता है। तो ये जिहड़ा हड़प्पे सिविलाइजेशन के बारे च ये कहा जाता ना जी कि उहदे विच कोई क्लास नहीं सी हैगी, उहदे विच जो बीजदा सी उह खा रहिंदा सी, ये गल सही नहीं हैगी। ये तारीखी तौर दे उत्ते तुसीं इत्थे गौर फरमाओ तो ये गल सही हो नहीं सकती, इंज नहीं हो सकता। ये तो हो सकता है कि बई एक पिंड जिहड़ा है वह एवं मिसाली तौर पर एक पिंड जिहड़ा है वह आइसोलेशन दे विच अपनी सारिया लोड़ियां लोड़ां अपने अंदर ही पूरियां कर लैंदा है, ये तो हो सकता है। लेकिन एक ऐसा समाज जिहदे विच शहर भी होण और वड्डे वड्डे शहर होण, वह उत्थे लोड़ां अपने आप पूरियां नहीं हो सकदियां। उत्थों उन्होंने पूरे एक मुआशी निजाम के गिरद घूमना है, ये तुसीं गल याद रखो। इसलिए यह गल पक्की है कि हड़प्पे का निजाम जिहड़ा सी, हड़प्पे तहजीब का जिहड़ा निजाम सी, उहदे विच इह क्लासां जिहड़ियां ने इह बन चुकियां होणगियां, कम अज कम असीं होणगियां कह सकते हैं, जे होर कुछ नहीं कह सकदे। अच्छा इह ते इन्नी गल ते मेरी जिहड़ी आ उह तुहाडे गोशगुजार हो गई। हुण पंजाब दी जिहड़ी तारीख है ना जी, पंजाब की जिहड़ी तारीख है उहदे लिखण दीआं तीन मंजलां ने, तीन मंजलां तो लंघी गई है, तीन मुख्तलिफ जमानियां दे विच उहनूं मुख्तलिफ ढंगां दे विच लिखिया गया। पहला जिहड़ा वेला है, पहला जिहड़ा तारीखी दौर तारीख नूं लिखण दा दौर है, वह है हड़प्पे की खुदाई तो पहले दा, क्योंकि हड़प्पे की खुदाई तो पहले लोकां कोल यानी सियाणियां कोल तारीख दानां कोल सवाए वेदां दे हमदां दे या महाभारत वगरी किताब दे
होर कोई ऐसी चीज नहीं सी हैगी जिहदे जरिए वह माजी नू माजी दा दस सकन कि माजी दे विच की कुछ होया। लिहाजा एक पूरा दौर है जिहड़ा कि जिहड़ा कि हमदा यानी जिहड़ियां जिहड़ियां वेदां दे विच ने ते जिहड़ियां मौजूद ने उन्हां तों तारीख बनाई गई। और ये उहदे विच ज़ाहर गल आ कि फिर ये भी जिहड़ा वह मफरूजा कायम रखिया गया कि ये भी मफरूजा रखा गया कि जिहड़ी तहजीब है वह आरियावां दे आउण नाल शुरू हुई क्योंकि उन्हां दे क्योंकि सोर सी उन्होंने लिटरेचर से। लिहाजा ये तुम कह ही नहीं सकते कि पहले भी कोई तहजीब ऐसी आ रही है। तो ये एक पूरी तारीख जी है वह लिखी गई और मेरा ख्याल है कि असी तुसी जी तारीख दिया किताबों पढ़ी है या असी विजुअलाइज किए ने तारीख है जी के जी कि हड़प्पे की खुदाइया तो पहले सी। अच्छा दूजा वारा जोड़ा है वो हड़प्पे खुद की खुदाइया तो बाद आया जदों के तुहाडे कोल फिजिकल एविडेंस आ गई कि आरियावां दे आउण तों 3000 साल 4000 साल पहले इत्थे एक बहुत वड्डी तहजीब और बहुत अगूही तहजीब मौजूद सी। लिहाजा तारीख नूं फिर दोबारा लिखना पिया इन्हां शहादतां नूं सामने रख। लेकिन मैं ये देखिया है कि वो जड़ी हड़प्पे तो बाद दी जड़ी 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 हड़प्पे तो सॉरी जड़ी आरियावां तो आने तो पहले दी जड़ी तहजीब सी उन्हों अज तक तारीखदाना ने पूरी तरह मनिया नहीं है। अमल दे वेच अजे भी लगे ने वो अपना वेदा ते अपना महाभारत ते उस जमाने दियां मजहबी तहरीरां दे उत्ते और उन्होंने जी जो ठोस एविडेंस मिलिया ने हड़प्पे की सिविलाइजेशन को उन्होंने पूरी तरह मनिया नहीं है क्योंकि असी उन्होंने मान के चल रहे हैं और असी मुख्तलिफ नतीजे कढ़ रहे हैं तारीख के बारे च। अच्छा मैं समझना कि जड़ा तीसरा जड़ा दौर शुरू होया अपना तारीख लिखन का वो होया पिछले 15-20 सालों के जनैटिक्स की तरक्की के नाल जिदे नाल अपना साइंसी तौर पर साबित होया है कि इस इलाके की तहजीब जिहड़ी है उहदे विच की मोड़ आए ने और किवें किवें आए। मिसाल के तौर पर जदों अपना ये हड़प्पे का हो गया तहजीब का पता लग गया तो फिर एक वड्डी बहस ये शुरू हो गई कि क्या आरिया जड़े सन खास तौर पर जो कंजरवेटिव हिंदू सत्था ने उन्होंने शुरू हो गया कि क्या जड़े आरिया सन वो इतों के लोग सन या वो बाहरों आए सन। तो जड़े कंजरवेटिव ने जड़े अज बीजेपी और ये सारे ने अजे भी इस गल के उत्ते जमे हुए ने और इस गल के उत्ते खड़े ने कि आरिया जड़े सन वो इतों के लोग सन आरियावां ने आरिया जिहड़े सन उह बाहरों नहीं सी आए। कहण दा मतलब उन्हां दा इह है कि असीं इत्थों दे ही जे असीं आरिया हां तां असीं इत्थों दे ही जम्मपल हां इस लई सानूं बाहर दा ना मन्निया जावे। इह उन्हां दी इक सियासी जरूरतां दे तहत सियासी लोड़ां दे तहत उन्हां दी तारीख दी इक खास इंटरप्रिटेशन है। लेकिन जिहड़ा पिछले 20 सालों के जो जनैटिक्स के नाल जो सामने आया है उहदे विच इह कहा गया है कि तकरीबन 1300 BC तो लैके 1500 BC के विच गबले एशिया तो यानी मिडल सेंट्रल एशिया तो मर्दा का एक बहुत वड्डा ग्रोह आया पंजाब विच और उन्होंने जीन जड़े ने वह बिल्कुल वक् ने मुकामी लोगों का। सो लिहाजा ये बहस जी है जीन जनैटिक की स्टडी के नाल हूँ इस्टैबलिश हो गई है कि आरिया बाहरों आए सन सेंट्रल एशिया तो आए सन। हूँ ये कोई बहस नहीं है ये अलग गल है कि जड़े जड़े कंजरवेटिव हिंदाता के मनण वाले ने
ਉਹਦੇ ਉੱਤੇ ਅੜੇ ਹੋਏ ਨੇ ਅਤੇ ਲੇਕਿਨ ਇਹ ਹੈ ਕਿ ਜਿਹੜੀ ਜੀਨਸ ਦੀ ਜਿਹੜੀ ਸਾਇੰਸ ਹੈ ਉਹਨੇ ਬਾਹਰ ਵਾਲੀ ਇਸਟੈਬਲਿਸ਼ ਕਰ ਦਿੱਤਾ ਹੈ। ਅੱਛਾ, ਜਿਹੜਾ ਪੰਜਾਬ ਹੈ ਇਹਦੇ ਇਹਦੇ ਵਿੱਚ ਇਹਦੇ ਮੁਖਤਲਿਫ ਨਾਂ ਰਹੇ ਨੇ। ਰਿਗਵੇਦ ਵਿੱਚ ਇਸ ਨੂੰ ਸਪਤ ਸਿੰਧੂ ਕਿਹਾ ਗਿਆ, ਸੱਤ ਦਰਿਆਵਾਂ ਦਾ ਮੁਲਕ, ਅਤੇ ਇਹ ਦਰਿਆ ਸਿੰਧ, ਬਟਾਸਤਾ ਯਾਨੀ ਜੇਲਮ, ਅਸੈਕਣੀ ਯਾਨੀ ਚਨਾਬ, ਪ੍ਰਸਨੀ ਜਾਂ ਉਪਰਾਵਾ ਯਾਨੀ ਉਪਰਾਵੀ ਯਾਨੀ ਰਾਵੀ, ਵਪਾਸ਼ਾ ਬਿਆਸ, ਸੂਤਰ ਦੀ ਸਤਲੁਜ ਅਤੇ ਸਰਸੋਤੀ। ਅੱਛਾ, ਮਹਾਂਭਾਰਤ ਵਿੱਚ ਪੰਜਾਬ ਦਾ ਨਾਂ ਜਿਹੜਾ ਹੈ ਉਹ ਅਰਤਾ ਲਿਖਿਆ ਗਿਆ ਹੈ ਔਰ ਇੱਥੋਂ ਦੇ ਲੋਕਾਂ ਨੂੰ ਬਾਲਿਕਾ ਕਿਹਾ ਗਿਆ। ਠੀਕ ਹੈ ਜੀ। ਆਪਣਾ ਸੰਸਕ੍ਰਿਤ ਦਾ ਜਿਹੜਾ ਵੱਡਾ ਮਹਾਨ ਲਿਖਾਰੀ ਸੀ ਪਾਣੀਨੀ, ਉਹਨੇ ਇੱਥੋਂ ਦੇ ਲੋਕਾਂ ਨੂੰ ਵਾਹਿਕ ਆਖਿਆ। ਅੱਛਾ ਜੀ, ਪੰਜਾਬ ਦਾ ਇੱਕ ਹੋਰ ਨਾਂ ਮਧਰਾ ਦੇਸ਼ ਵੀ ਸੀ। ਮਧਰਾ ਦੇਸ਼ ਵਾਸੀ ਫਿਰ ਬਾਅਦ ਦੇ ਵਿੱਚ ਜਿਹੜਾ ਲਾਹੌਰ ਔਰ ਸਿਆਲਕੋਟ ਦੇ ਦਰਮਿਆਨ ਦਾ ਇਲਾਕਾ ਸੀ, ਇਹਨੂੰ ਮਧਰਾ ਦੇਸ਼ ਮੰਨਿਆ ਜਾਂਦਾ ਸੀ, ਲੇਕਿਨ ਪੰਜਾਬ ਨੂੰ ਵੀ, ਪੂਰੇ ਪੰਜਾਬ ਨੂੰ ਵੀ ਮਧਰਾ ਦੇਸ਼ ਕਿਹਾ ਜਾਂਦਾ ਸੀ। ਅਤੇ ਯੂਨਾਨੀਆਂ ਨੇ ਇਹਦਾ ਨਾਂ ਪੰਟਾ ਪੁਟਾਮੀਆ ਯਾਨੀ ਪੰਜ ਦਰਿਆਵਾਂ ਦਾ ਮੁਲਕ ਜਿਹੜਾ ਉਹਨੂੰ ਉਹਨਾਂ ਨੇ ਕਿਹਾ। ਇਹਦੇ ਵਿੱਚ ਜਿਹੜੀ ਹੈ ਨਾ ਜੀ, ਉਹ ਆਪਣਾ ਤੁਹਾਨੂੰ ਮੈਂ ਅਰਜ਼ ਕਰਾਂਗਾ ਕਿ ਤੁਸੀਂ ਆਸਿਫ ਖਾਨ ਹੋਰਾਂ ਨੇ ਇਹਦੇ ਉੱਤੇ ਬਹੁਤ ਕਾਢ ਕੀਤੀ ਹੈ ਔਰ ਜੇ ਤੁਹਾਡੇ ਕੋਲ ਕਿਤਾਬ ਹੈਗੀ ਹੈ ਤਾਂ ਮੈਂ ਉਹਦੇ ਵਿੱਚ ਰੈਫਰੈਂਸ ਆਸਿਫ ਖਾਨ ਹੋਰਾਂ ਦਾ ਦਿੱਤਾ ਹੈ ਕਿਤਾਬ ਦਾ। ਉਹਨਾਂ ਨੇ ਇਹਨਾਂ ਦੀ ਨਾਵਾਂ ਦਾ ਬੜਾ ਐਨਾਲਿਸਿਸ ਕੀਤਾ ਹੈ ਔਰ ਇਹਦੀ ਪਿਛੋਕੜ ਦੱਸੀ ਹੋਈ ਹੈ। ਲੇਕਿਨ ਜਿਹੜੀ ਪੰਜਾਬ ਦਾ ਜਿਹੜਾ ਪੰਜਾਬ ਔਰ ਪੰਜਾਬ ਯਾਨੀ ਹੜੱਪੇ ਦੀ ਤਹਿਜ਼ੀਬ ਦਾ ਜਿਹੜਾ ਅਸਲੀ ਨਾਂ ਹੈ ਉਹ ਸਾਨੂੰ ਪਤਾ ਲੱਗਦਾ ਹੈ ਬੁਨਿਆਦੀ ਤੌਰ ਦੇ ਉੱਤੇ ਮੈਸੋਪੋਟੇਮੀਆ ਦੀਆਂ ਲਿਖਤਾਂ ਤੋਂ, ਜਿਹੜਾ ਮਲੂਆ ਹੈ ਔਰ ਜਿਹਦਾ ਅਸੀਂ ਪਹਿਲੇ ਜ਼ਿਕਰ ਕਰ ਚੁੱਕੇ ਹਾਂ। ਅੱਛਾ ਜੀ, ਅੱਛਾ, ਇਹ ਜਦੋਂ ਹੜੱਪੇ ਦੀ ਜਦੋਂ ਖੁਦਾਈਆਂ ਹੋ ਗਈਆਂ, ਹੜੱਪੇ ਦੀਆਂ ਖੁਦਾਈਆਂ 1920-1921 ਤੋਂ ਸ਼ੁਰੂ ਹੋਈਆਂ, ਇਹ ਸਰ ਜਾਨ ਮਾਰਸ਼ਲ ਨੇ ਦੀ ਲੀਡਰਸ਼ਿਪ ਵਿੱਚ ਇਹ ਆਪਣਾ ਰਾਏ ਬਹਾਦਰ, ਦਿਆ ਰਾਮ ਸਾਨੀ ਅਤੇ ਮਧੋ ਸਰੂਪ ਵਾਟਸ ਨੇ ਮਿਲ ਕੇ ਕੀਤੀਆਂ ਸਨ, ਕਰਵਾਈਆਂ ਸਨ ਇਹ ਖੁਦਾਈਆਂ। ਅੱਛਾ, ਇਹਨਾਂ ਖੁਦਾਈਆਂ ਦੇ ਸਰ ਮਾਰਸ਼ਲ ਨੇ ਜਦੋਂ ਇਹਨਾਂ ਦਾ ਨਤੀਜਾ ਸਾਂਝਾ ਕੀਤਾ ਲੋਕਾਂ ਦੇ ਨਾਲ, ਉਹਨਾਂ ਨੇ ਲਿਖਿਆ, ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ ਕੋਟ ਹੈ, ਇਹਨੂੰ ਤੁਸੀਂ ਗੌਰ ਨਾਲ ਸੁਣਿਓ। ਆਰਿਆਵਾਂ ਦਾ ਉਦੋਂ ਕਿਸੇ ਨੇ ਨਾਂ ਵੀ ਨਹੀਂ ਸੀ ਸੁਣਿਆ ਹੋਣਾ ਜਦੋਂ 5000 ਸਾਲ ਪਹਿਲਾਂ, ਜੇ ਬਾਕੀ ਹਿੰਦੁਸਤਾਨ ਵਿੱਚ ਨਹੀਂ ਤੇ ਪੰਜਾਬ ਤੇ ਸਿੰਧ ਵਿੱਚ ਸੇਬ ਇੱਕ ਅਜਿਹੇ ਰੰਗ ਵਾਲੀ ਬੜੀ ਇੱਕ ਯਾਨੀ ਇੱਕ ਯੂਨੀਫਾਰਮ ਸਿਵਲਾਈਜੇਸ਼ਨ ਜਿਹੜੀ ਹੈ ਉਹ ਪ੍ਰਫੁੱਲਤ ਸੀਗੀ ਪੰਜਾਬ ਔਰ ਸਿੰਧ ਵਿੱਚ 5000 ਸਾਲ ਪਹਿਲੇ। ਨਾਲ ਇਹ ਵੀ ਕਹਿੰਦੇ ਨੇ ਕਿ ਇਹ ਮੈਸੋਪੋਟੇਮੀਆ ਤੇ ਮਿਸਰ ਦੀਆਂ ਵਸੇਬਾਂ ਯਾਨੀ ਮੈਸੋਪੋਟੇਮੀਆ ਦੀ ਸਿਵਲਾਈਜੇਸ਼ਨ ਤੇ ਇਜਿਪਸ਼ੀਅਨ ਸਿਵਲਾਈਜੇਸ਼ਨ ਤੋਂ ਨਾ ਸਿਰਫ ਉਹਨਾਂ ਦੀਆਂ ਸਨ ਬਲਕਿ ਸਰ ਮਾਰਸ਼ਲ ਕਹਿੰਦੇ ਨੇ ਇਹ ਉਹਨਾਂ ਤੋਂ ਵੀ ਅੱਗੇ ਦੀਆਂ ਸਨ, ਇਹ ਉਹਨਾਂ ਤੋਂ ਵੀ ਜ਼ਿਆਦਾ ਤਰੱਕੀ ਆਫਤਾ ਸਨ। ਫਿਰ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਮੋਹਿੰਜੋ ਦਾੜੂ ਅਤੇ ਹੜੱਪੇ ਦੀਆਂ ਦੋਵਾਂ ਥਾਵਾਂ ਤੋਂ ਇੱਕ ਗੱਲ ਸਾਫ ਸਾਫ ਕਿਸੇ ਜਵਾਬ ਦੇ ਸਾਹਮਣੇ ਆਉਂਦੀ ਹੈ, ਇਹਨਾਂ ਦੋਵਾਂ ਥਾਵਾਂ 'ਤੇ ਵਸੇਬ ਨਵਾਂ ਨਵਾਂ ਪੈਦਾ ਨਹੀਂ ਸੀ ਹੋਇਆ। ਮਤਲਬ ਇਹ ਹੈ ਕਿ ਇਹਨਾਂ ਥਾਵਾਂ 'ਤੇ ਕੋਈ ਇਹ ਪਤਾ ਲੱਗਦਾ ਕਿ ਜਦੋਂ ਖੁਦਾਈਆਂ ਹੋਈਆਂ ਇਹ ਉਹਨਾਂ ਤੋਂ ਲੱਗਦਾ ਕਿ ਕੋਈ ਨਵਾਂ ਨਵਾਂ ਕੰਮ ਨਹੀਂ ਸੀ ਹੋਇਆ ਖੁਦਾਈਆਂ, ਬਲਕਿ ਇਹ ਉਸ ਤੋਂ 2000 ਸਾਲ ਪਹਿਲੇ ਤੋਂ ਇਹ ਤਹਿਜ਼ੀਬਾਂ ਸ਼ੁਰੂ ਹੋ ਚੁੱਕੀਆਂ ਸਨ ਔਰ ਆਪਣੇ ਕਲਾਈਮੈਕਸ 'ਤੇ ਜਾਂ ਆਪਣੀ ਮੈਚੋਰਿਟੀ 'ਤੇ ਜਿਹੜੀ ਹੈ ਉਹ ਪਹੁੰਚ ਚੁੱਕੇ ਸਨ।
अच्छा, लेकिन ये है कि जिहड़े 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 कंजरवेटिव हिंदू हिंदावता दे मनण वाले ने जिन्हां विच भाई परमानंद जी भाई परमानंद जी का नाम काफ़ी लिया जाता है और भाई परमानंद जिहड़े ने उन्हां दी थियरी ये हैगी है कि मुस्लिम लोग कहिंदे ने कि जी पंजाब ही आरिया वसेब का सब तो पुराना घर सी। बाद विच असी वेखदे हां जो इस वसेब पंजाब तो चल के गंगा जमुना वैली विच कायम हो गया ਤੇ ਉੱਥੇ ਇਸ ਦੀ ਅਜਿਹੀ ਚੜ੍ਹਤ ਹੋਈ ਜੋ ਇਸ ਦਾ ਵਤਨ ਉਹ ਦੱਸੇ। ਮਤਲਬ ਇਹ ਹੈ ਕਿ ਜਿਹੜਾ ਤਹਿਜ਼ੀਬ ਦਾ ਭਾਈ ਪਰਮਾਨੰਦ ਜੀ ਕਹਿ ਇਹ ਰਹੇ ਨੇ ਕਿ ਜਿਹੜਾ ਤਹਿਜ਼ੀਬ ਦਾ ਜਿਹੜਾ ਮੁੱਢ ਹੈ ਉਹ ਆਰੀਆ ਪੰਜਾਬ ਦੇ ਹੀ ਸਨ, ਪੰਜਾਬ ਤੋਂ ਹੀ ਆਏ ਸਨ ਔਰ ਗੰਗਾ ਜਮੁਨਾ ਵੈਲੀ ਦੇ ਵਿੱਚ ਜਾਂ ਬਾਅਦ ਦੇ ਵਿੱਚ ਉਹ ਗਏ ਤੇ ਜਦੋਂ ਗੰਗਾ ਜਮੁਨਾ ਵੈਲੀ ਜਿਹੜਾ ਉਹਨੂੰ ਮੁੱਢ ਜਾਣਨ ਲੱਗ ਪਿਆ ਲੱਗ ਗਿਆ ਲੋਕੀ ਉਹਨੂੰ ਮੁੱਢ ਜਾਣਨ ਲੱਗ ਪਏ ਤਹਿਜ਼ੀਬ ਦਾ, ਲੇਕਿਨ ਅਸਲ ਦੇ ਵਿੱਚ ਪੰਜਾਬ ਸੀ। ਅੱਛਾ, ਉਹਨਾਂ ਦੀ ਇਹ ਥਿਊਰੀ ਹੈ ਕਿ ਜਿਹੜੇ ਇੱਥੋਂ ਦੇ ਇਸ ਤਹਿਜ਼ੀਬ ਦੇ ਪੰਨੀ ਲੋਕ ਸਨ, ਪੰਨੀ ਲੋਕ ਜੋ ਸਨ ਉਹਨਾਂ ਨੇ ਇੱਥੋਂ ਨਿਕਲ ਕੇ ਇਹ ਪੰਨੀ ਲੋਕ ਜਿਹੜੇ ਨੇ ਆਪਣਾ ਇਹ ਕਾਰੋਬਾਰੀ ਲੋਕ ਸਮਝ ਜਾਂਦੇ ਨੇ। ਅੱਜ ਵੀ ਪੰਨੀ ਦਾ ਲਫ਼ਜ਼ ਜਿਹੜਾ ਕਾਰੋਬਾਰੀ ਲੋਕਾਂ ਲਈ ਵਰਤਿਆ ਜਾਂਦਾ, ਇੱਕ ਕਾਰੋਬਾਰੀ ਖਾਸ ਲੋਕ ਸਨ ਕਦੀਮ ਪੰਜਾਬ ਦੇ ਵਿੱਚ। ਇਹ ਪੰਨੀ ਲੋਕ ਜਿਹੜੇ ਸਨ ਇਹਨਾਂ ਨੇ ਜਾ ਕੇ ਮਾਲਾਬਾਰ ਦੇ ਕੰਢਿਆਂ 'ਤੇ ਚੌਲ ਅਤੇ ਪਾਂਡੀਆ ਕਬੀਲੇ ਜਿਹੜੇ ਸਨ ਉਹਨਾਂ ਦੇ ਲੋਕਾਂ ਨੂੰ ਧਾਤਾਂ ਦਾ ਕੰਮ ਸਿਖਾਇਆ ਅਤੇ ਫਿਰ ਉਹਨਾਂ ਲੋਕਾਂ ਨੇ ਯਾਨੀ ਚੌਲ ਅਤੇ ਪਾਂਡੀਆ ਨੇ ਜਿਹੜਾ ਹੈ ਉਹ ਜਾ ਕੇ ਅਤੇ ਮਿਸਰ ਦੀ ਅਤੇ ਬਾਕੀ ਤਹਿਜ਼ੀਬਾਂ ਜਿਹੜੀਆਂ ਨੇ ਉਹ ਆਬਾਦ ਕੀਤੀਆਂ। ਅੱਛਾ, ਇਹ ਜਿਹੜੇ ਪਰਮਾਨੰਦ ਜੀ ਨੇ ਭਾਈ ਪਰਮਾਨੰਦ ਜੀ ਨੇ ਇਹਨਾਂ ਦੇ ਬਾਰੇ 'ਚ ਤੁਹਾਨੂੰ ਇਹ ਵੀ ਦਿਲਚਸਪ ਗੱਲ ਦੱਸਦੇ ਹਾਂ ਕਿ ਇਹ ਆਪਣਾ ਇਹਨਾਂ ਦੀ ਕਿਤਾਬ ਜਿਹੜੀ ਹੈ ਪੰਜਾਬ ਦੀ ਤਾਰੀਖ ਇਹ ਲਾਲਾ ਲਾਜਪਤ ਰਾਏ ਨੇ ਛਾਪੀ ਸੀ। ਲਾਲਾ ਲਾਜਪਤ ਰਾਏ ਦੀ ਤਾਰੀਖ ਤੁਸੀਂ ਜਾਣਦੇ ਹੋ ਕਿ ਲਾਲਾ ਲਾਜਪਤ ਰਾਏ ਜਿਹੜਾ ਹੈ ਉਹਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ ਕਦਾਮਤ ਪ੍ਰਸਤ ਹਿੰਦੂਆਂ ਦੇ ਵਿੱਚ। ਅਤੇ ਲਾਲਾ ਲਾਜਪਤ ਰਾਏ ਨੇ 1923 ਵਿੱਚ ਜਿਹੜਾ ਹੈ ਉਹ ਟ੍ਰਿਬਿਊਨ ਦੇ ਵਿੱਚ ਇਹ ਆਪਣਾ ਕਾਲਮ ਲਿਖਿਆ ਸੀ ਜਿਹਦੇ ਵਿੱਚ ਉਹਨਾਂ ਕਿਹਾ ਸੀ ਕਿ ਹਿੰਦੂ ਜਿਹੜੇ ਨੇ ਉਹ ਮੁਸਲਮਾਨਾਂ ਦੇ ਨਾਲ ਇਕੱਠੇ ਨਹੀਂ ਰਹਿ ਸਕਦੇ, ਲਿਹਾਜ਼ਾ ਸਾਡੇ ਪੰਜਾਬ ਜਿਹੜਾ ਹੈ ਉਹਨੂੰ ਮਜ਼ਹਬ ਦੀ ਬੁਨਿਆਦ ਦੇ ਉੱਤੇ ਬਣ ਦਿੱਤਾ ਜਾਵੇ। ਮਤਲਬ ਕਹਿਣ ਦਾ ਇਹ ਹੈ ਕਿ ਲਾਲਾ ਲਾਜਪਤ ਰਾਏ ਜਿਹੜੇ ਨੇ ਅਸਲ ਦੇ ਵਿੱਚ ਜਿਹੜੀ ਡਿਵੀਜ਼ਨ ਅਗਰ ਤੁਸੀਂ ਦੇਖਣੀ ਹੋਵੇ ਕਿ ਪੰਜਾਬ ਦੀ ਡਿਵੀਜ਼ਨ ਦਾ ਮੁੱਢ ਕਿਹਨੇ ਰੱਖਿਆ ਤੇ ਉਹ ਸਭ ਤੋਂ ਪਹਿਲੇ ਜਿਹੜੇ ਨੇ ਉਹ ਲਾਲਾ ਲਾਜਪਤ ਰਾਏ ਔਰ ਲਾਲਾ ਲਾਜਪਤ ਰਾਏ ਹੋਣਾ ਨੇ ਹੀ ਇਹਨਾਂ ਦੀ ਕਿਤਾਬ ਜਿਹੜੀ ਹੈ ਭਾਈ ਪਰਮਾਨੰਦ ਜੀ ਛਾਪੀ ਸੀ, ਕਿਉਂਕਿ ਇਹ ਸਾਬਤ ਕਰਦੀ ਸੀ ਕਿ ਆਪਣਾ ਇਹ ਸਾਬਤ ਕਰਦੀ ਸੀ ਕਿ ਜਿਹੜੇ ਹਿੰਦੂ ਆਰੀਆ ਨੇ ਉਹ ਹੀ ਇਸ ਮੁਲਕ ਦੇ ਇਸ ਪੰਜਾਬ ਦੇ ਵਾਰਸ ਨੇ ਅਤੇ ਉਹਨਾਂ ਨੂੰ ਇਹ ਮਿਲਣਾ ਚਾਹੀਦਾ। ਅੱਛਾ, ਇਹ ਤੇ ਮਹਾਵਸ ਇਹਨਾਂ ਦਾ ਇੱਕ ਹੋਰ ਆਰਗੂਮੈਂਟ ਜਿਹੜੇ ਮਹਾਸ ਬਾਈ ਸਨ ਇਹਨਾਂ ਨੂੰ ਮਹਾਸ ਬਾਈ ਕਿਹਾ ਜਾਂਦਾ, ਜਿਹੜੇ ਮਹਾਸ ਬਾਈ ਸਨ ਇਹਨਾਂ ਦਾ ਇੱਕ ਹੋਰ ਆਰਗੂਮੈਂਟ ਇਹ ਸਾਇੰਸੀ ਆਰਗੂਮੈਂਟ ਵੀ ਇੱਕ ਦਿੰਦੇ ਸਨ ਔਰ ਇਹ ਸੀ ਕਿ ਚੂੰਕਿ ਹਿੰਦੁਸਤਾਨ ਦੇ ਵਿੱਚ 70% ਔਰਤਾਂ ਦੇ ਜੀਨ ਇੱਕੋ ਜਿਹੇ ਨੇ, ਲਿਹਾਜ਼ਾ ਇੱਥੇ ਜਿੰਨੇ ਵੀ ਲੋਕ ਨੇ ਉਹ ਸਾਰੇ ਇੱਥੋਂ ਦੇ, ਲੇਕਿਨ ਇਹ ਬਾਅਦ ਦੇ ਵਿੱਚ ਅਸੀਂ ਦੇਖਾਂਗੇ ਕਿ ਇਹ ਇੰਜ ਨਹੀਂ ਸੀ ਹੈਗਾ। ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਆਪਣਾ ਰਿਗਵੇਦ ਦੇ ਵਿੱਚ ਔਰ ਵੇਦਾਂ ਦੇ ਵਿੱਚ ਜਿਹੜੀਆਂ ਵਾਰ ਵਾਰ ਜੰਗਾਂ ਦਾ ਜ਼ਿਕਰ ਆਉਂਦਾ ਹੈ ਉਹ ਅਸਲ ਦੇ ਵਿੱਚ ਇੱਥੋਂ ਦੇ ਆਰੀਆਵਾਂ ਦੀਆਂ ਆਪਸ ਦੀਆਂ ਲੜਾਈਆਂ ਨੇ, ਇਹ ਬਾਹਰੋਂ ਆਏ ਆਰੀਆਵਾਂ ਔਰ ਲੋਕਲ ਲੋਕਾਂ ਦੀਆਂ ਲੜਾਈਆਂ ਨਹੀਂ ਹੈ। ਇਹ ਵੀ ਉਹਨਾਂ ਦਾ ਦਾਅਵਾ ਸੀ
लेकिन ये जरा के बाद जिन्हें शहादतियां ने उन्होंने नाल यह साबित होया कि इंजनी सी है। अच्छा जी बहुत सारे जड़े सियासतदान ही नहीं सन, बहुत सारे जड़े हिंदाता दे साइंसदान सन, वो भी मुख्तलिफ साइंसी दलीलों के नाल ये साबित करते सन। लेकिन यह है कि उसे अगर तुम जाके इंटरनेट के उत्ते अगर तुम वेखो ना तो तुहानू इस तरह के कई दर्जन तुहानू आर्टिकल मिलेंगे जिदे विच ये साबित किया गया कि ये सारे इलाके के लोग एक ही सन, ना कोई बाहरों आया तो ना कोई बाहरों गया। अच्छा ये जिहड़ी जीन्स के उत्ते जिहड़ी नवी रिसर्च आई है, जिहड़ी नवी काढ आई है, उन्हूं सामने रखते हुए एक तुसी पता नहीं अगर नहीं पढ़ी तो तुसी उन्हां दी किताब जरूर पढ़ो, वो टोनी जोजफ ने 2018 अपनी उन्हें किताब लिखी सी अर्ली इंडियंस। अगर तुसी वो नहीं पढ़ी तो उन्हूं लैके तुसी जरूर पढ़ो क्योंकि उन्हें बहुत तफसील दे नाल दस्या कि हिंदुस्तान दे विच पहले हिंदुस्तानी कौन सन, 70,000 साल पहले कौन सन, तो उन्होंने विच किवें किवें तब्दीलियां आईयां। ये बड़ी अच्छी किताब है अगर, और ये इन्नी बहुत जेनेटिक्स के सैकड़िया जिहड़ियां रिसर्चा ने उन्होंने कोट किया है, तो मैं वो पढ़ी है वो जी उन्होंने कोट किए ने जिहड़ियां तहकीकां वो ही मैं देखिया ने। तो ये गल पक्की है कि ये किताब जिहड़ी है या जो असीं कह रहे हैं अज ये हुण तकरीबन साइंटिफिकली एक्सैप्टड थीसिस है और ये कोई दो गल्लां नहीं हो सकती। मेरा ख्याल है मैं इत्थे जिहड़ा वो रुकना है, अगले 5 मिनट तुसीं सवाल कर लो तो फिर असीं 15 मिनट की ब्रेक करांगे। जी डॉक्टर साहब एक तबसरा है कि लाला लाजपत राय जिहड़े सन 1928 दे विच साइमन कमीशन आए सी इंडिया दे विच जी, उन्हां एक प्रोटेस्ट रैली जिहनूं लीड कीता जिहदे बाद पुलिस ने उन रैली दे उत्ते लाठी चार्ज किया, लाला लाजपत राय वॉज इंजर्ड और जख्मां की वजह नाल वो फौत हो गए। तो उन्होंने बदला लैण लई भगत सिंह ने जिहड़ा SPC लाहौर का उन्हों कतल किया, जिसके नतीजे कि भगत सिंह की कहानी बनी और फिर बाद चो फांसी हुई ट्रायल तो बाद। इंटरेस्टिंग हिस्ट्री का हिस्सा है जी। हाँ पर यह है कि जिहड़ा साडा इत्थे कंसर्न है वो लाला लाजपत राय का वो नजरिया है महासभाई जिदे विच उन्होंने पंजाब नूं तकसीम करन दी गल कीती सी, बाकी वो की कर रहे सन वो दिलचस्प है और उन्हों भी जरूर वेखना चाहिए, पर साडा तारीख लिखदे आ इहदे विच ये इंटरस्ट सी। जी जी अस्सलाम वालेकुम सर। अच्छा सर जी, मेरा सर एक छोटा जिहा सवाल है कि एक तो मैं जानना चाहना जिहड़ा कमी का एक लफज तुसीं बोलिया एक दस्तकार या कमी जिहड़ा एक कमी का लफज जिहड़ा वह मतलब अंग्रेजा दे आउण दे नाल जिहड़ा इत्थे दाखल होया अंग्रेजा ने, मतलब जदों कास्ट सिस्टम जिहड़ा या जातां पातां का निजाम जदों बनाया गया उदों इह इंट्रोड्यूस होया इत्थे या इस तों पहलां एक कमी का लफज जिहड़ा सी इस्तेमाल हुंदा रहा बरसगीर दे विच या पंजाब दे विच। दूसरा सवाल है सर कि पंजाब दी जिस तरह तुसीं लोकां दी तारीख दा क्लास है तो मैं ये पूछना चाह रहा कि पंजाब दी दस्तकारां दी अगर तारीख को तालिबे इल्म लिखना चाहता है या कुछ किसी ने शौक ही लिखन दा वो तारीख लिखने वास्ते फिर वो किहड़े किहड़े माखज़ जिहड़े ने इस्तेमाल करेगा। दूसरा सर तुसीं एक जिहड़ा सवाल उठाया वा कि जदों ज़रात अगे वधी तो देहात बन गए लोग मतलब कट्ठे रहना शुरू हो गए ज़रात ਤੇ ਪਹਿਲਾਂ ਜਿਹੜਾ ਸਮਾਜ ਸੀ ਉਹਦੇ ਵਿੱਚ ਜਿਹੜੇ ਮਿਸਾਇਲ ਸਨ ਖੁਰਾਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਪੈਂਦਾ ਸੀ ਖਤਮ ਹੋ ਜਾਂਦੀ ਸੀ, ਜਦੋਂ ਕਿ ਹੈਰਾਰੀ ਜਿਹੜਾ ਵਾ ਉਹਨੇ ਇੱਕ ਆਪਣਾ ਨੁਕਤਾ ਨਜ਼ਰ ਜਿਹੜਾ ਪੇਸ਼ ਕੀਤਾ ਉਹ ਕਹਿੰਦਾ ਕਿ ਨਹੀਂ ਇਹ ਜਿਹੜਾ ਸਮਾਜ ਜਦੋਂ ਬਦਲਿਆ ਤੇ ਉਦੋਂ ਲੋਕਾਂ ਦੇ ਮਿਸਾਇਲ ਜਿਹੜੇ ਵੱਧ ਗਏ ਕਿਉਂਕਿ ਲੋਕ ਖੁਰਾਕ ਇਕੱਠੀ ਕਰਨਾ ਸ਼ੁਰੂ ਹੋ ਗਏ ਸਨ ਤੇ ਖੁਰਾਕ ਦੂਸਰੇ ਲੋਕਾਂ ਜਿਹਨਾਂ ਕੋਲ ਇਹ ਜ਼ਰਾਇਆ ਨਹੀਂ ਸਾ ਹੈ ਉਹਨਾਂ ਵਾਸਤੇ ਖੁਰਾਕ ਜਿਹੜੀ ਨਾਪੇਦ ਹੋ ਗਈ, ਨਾਪੇਦ ਤੋਂ ਮਰਾਦ ਕਿ ਉਹਨਾਂ ਨੂੰ ਘੱਟ ਖੁਰਾਕ ਮਿਲਣਾ ਸ਼ੁਰੂ ਹੋ ਗਈ
ਇੱਥੇ ਜਿਹੜੇ ਨੇ ਮਸਾਇਲ ਫਿਰ ਜਿਹੜੇ ਨੇ ਉਹ ਵੱਧ ਗਏ ਤੇ ਸਰ ਇਹਦੇ ਤੇ ਥੋੜੀ ਜਿਹੀ ਤੁਸੀਂ ਰੋਸ਼ਨੀ ਪਾ ਦਿਓ ਤੇ ਬੜੀ ਮਿਹਰਬਾਨੀ ਹਾਂਜੀ ਪਹਿਲੇ ਮੈਂ ਤੁਹਾਡੇ ਪਹਿਲੇ ਸਵਾਲ ਦਾ ਪਹਿਲੇ ਜਵਾਬ ਦੇ ਦੇਣਾ ਜਿਹੜੇ ਕਮੀ ਦੇ ਵਾਸਤੇ ਕਮੀ ਦਾ ਲਫ਼ਜ਼ ਹੈ ਇਹ ਬਹੁਤ ਸਦੀਆਂ ਪੁਰਾਣਾ ਲਫ਼ਜ਼ ਹੈ ਕਮੀ ਦਾ ਮਤਲਬ ਹੈ ਕੰਮ ਕਰਨ ਵਾਲਾ ਜਿਹੜਾ ਕਿ ਦਸਤਕਾਰ ਦਾ ਵੀ ਮਤਲਬ ਹੈ ਜਿਹੜਾ ਹੱਥ ਨਾਲ ਕੰਮ ਕਰਦਾ ਜਿਹਦਾ ਮਤਲਬ ਇਹ ਹੋਇਆ ਕਿ ਮੁਆਸ਼ਰੇ ਦੇ ਦੂਜੇ ਬਹੁਤ ਸਾਰੇ ਹਿੱਸੇ ਨੇ ਜਿਹੜੇ ਕਿ ਹੱਥ ਨਾਲ ਕੰਮ ਨਹੀਂ ਕਰਦੇ ਬਲਕਿ ਉਹ ਲੋਕਾਂ ਕੋਲੋਂ ਹੀ ਕੰਮ ਕਰਵਾਉਂਦੇ ਨੇ ਠੀਕ ਹੈ ਸੋ ਇੱਕ ਤੇ ਇਹ ਹੈ ਕਿ ਕਮੀ ਦਾ ਲਫ਼ਜ਼ ਕੋਈ ਨਵਾਂ ਨਹੀਂ ਹੈਗਾ ਦੂਜੀ ਗੱਲ ਇਹ ਕਿ ਜੇ ਤੁਸੀਂ ਇਹ ਕਹੋ ਕਿ ਕਮੀ ਜਿਹੜੇ ਨੇ ਉਹ ਦਿਹਾਤਾਂ ਦੇ ਵਿੱਚ ਕਮੀ ਕਦੋਂ ਬਣੇ ਤੇ ਉਹਦੇ ਬਾਰੇ 'ਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਦੋਂ ਇੱਥੇ ਮੋਰੀਆ ਸ਼ਾਹੀ ਨੇ ਆਪਣਾ ਜੰਗਲ ਸਾਫ਼ ਕਰਕੇ ਅਤੇ ਆਬਾਦੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਮੋਰੀਆ ਸ਼ਾਹੀ ਨੇ ਅਤੇ ਉਹਨਾਂ ਨੇ ਇਹ ਪਾਬੰਦੀ ਲਾ ਦਿੱਤੀ ਕਿ ਹਰ ਪਿੰਡ ਜਿਹੜਾ ਨਵਾਂ ਬਣੇਗਾ ਉਹਦੇ ਵਿੱਚ 15 ਤੋਂ ਲੈ ਕੇ 18 ਤੱਕ ਦਸਤਕਾਰ ਹੋਣਗੇ ਤਾਂ ਕਿ ਪਿੰਡ ਜਿਹੜਾ ਹੈ ਉਹ ਸੈਲਫ ਸਫੀਸ਼ੀਐਂਟ ਹੋਵੇ ਜਿਹੜੀਆਂ ਪਿੰਡ ਦੀਆਂ ਲੋੜਾਂ ਨੇ ਉਹ ਪਿੰਡ 'ਚੋਂ ਹੀ ਪੂਰੀਆਂ ਹੋਣ ਇਹ ਇੱਕ ਤਰੀਕੇ ਦੇ ਨਾਲ ਉਹਨਾਂ ਦਾ ਉਸ ਵੇਲੇ ਦੇ ਹਿਸਾਬ ਨਾਲ ਇਹ ਪ੍ਰੋਗਰੈਸਿਵ ਸਟੈਪ ਸੀਗਾ ਕਿਉਂਕਿ ਉਸ ਤੋਂ ਪਹਿਲੇ ਜਿਹੜੀ ਸਾਰੇ ਔਜ਼ਾਰ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸਨ ਉਹ ਸਰਕਾਰੀ ਸੈਂਟਰਲ ਸਰਕਾਰ ਜਿਹੜੀ ਉਹ ਬਣਾਉਂਦੀ ਸੀ ਔਰ ਉਹ ਫਿਰ ਉੱਥੋਂ ਅੱਗੇ ਡਿਸਟ੍ਰੀਬਿਊਟ ਹੁੰਦੀਆਂ ਸਨ ਲੇਕਿਨ ਮੋਰੀਆ ਨੇ ਇਹ ਕਿਹਾ ਕਿ ਨਹੀਂ ਹਰ ਪਿੰਡ ਦਾ ਦੇ ਵਿੱਚ ਇਹ 15 ਤੋਂ ਲੈ ਕੇ 18 ਤੱਕ ਜਿਹੜੇ ਦਸਤਕਾਰ ਨੇ ਹੋਣੇ ਚਾਹੀਦੇ ਨੇ ਤਾਂ ਉਹ ਪਿੰਡ ਵਸੇਗਾ ਅਤੇ ਲਿਹਾਜ਼ਾ ਇਹ ਜਿਹੜੀ ਮਾਡਲ ਸੀਗਾ ਪਿੰਡ ਵਸਾਉਣ ਦਾ ਇਹੋ ਹੀ ਮਾਡਲ ਜਿਹੜਾ ਅੰਗਰੇਜ਼ਾਂ ਦੇ ਦੌਰ ਤੱਕ ਵੀ ਰਿਹਾ ਇਹ ਅੰਗਰੇਜ਼ਾਂ ਨੇ ਆ ਕੇ ਇਹਦੇ ਵਿੱਚ ਕੁਛ ਨਹੀਂ ਕੀਤਾ ਕਿਉਂਕਿ ਮੈਨੂੰ ਇਹ ਪਤਾ ਹੈ ਕਿ ਸਾਡੇ ਪਿੰਡ ਦੇ ਜਿਹੜੇ ਕੰਮੀ ਸਨ ਜਿਹੜੇ ਕੰਮ ਕਰਦੇ ਸਨ ਉਹ ਸਦੀਆਂ ਤੋਂ ਉਹਨਾਂ ਦੀ ਤਾਰੀਖ ਇਹੋ ਸੀ ਕਿ ਉਹ ਉਹਨਾਂ ਜਾਤਾਂ ਤੋਂ ਬਿਲੋਂਗ ਕਰਦੇ ਸਨ ਅਤੇ ਉਹਨਾਂ ਤੋਂ ਕਰਦੇ ਸਨ ਇਹ ਤੇ ਜਿਹੜੀ ਤਕਸੀਮ ਹੈ ਇੱਕ ਤਰੀਕੇ ਨਾਲ ਬਹੁਤ ਪਹਿਲੇ ਆਰੀਆਵਾਂ ਦੇ ਆਉਣ ਤੋਂ ਬਾਅਦ ਸ਼ੁਰੂ ਹੋਈ ਸੀ ਕਿ ਜਿਹੜਾ ਕੰਮ ਸੀ ਬੇਸਿਕਲੀ ਉਹ ਤੇ ਇੱਥੋਂ ਦੇ ਇੰਡੀਜਨਸ ਲੋਕਾਂ ਨੂੰ ਆਉਂਦਾ ਸੀ ਨਾ ਜੀ ਜਿਹੜੇ ਆਰੀਆ ਆਏ ਉਹਨਾਂ ਨੂੰ ਤੇ ਡੰਗਰ ਪਾਲਣ ਤੋਂ ਇਲਾਵਾ ਆਉਂਦਾ ਕੁਛ ਨਹੀਂ ਸੀ ਇਹ ਜਿਹੜੀਆਂ ਸਾਰੀਆਂ ਕਾਰੋਬਾਰ ਕਰਨਾ ਚੀਜ਼ਾਂ ਘੜਨੀਆਂ ਬਣਾਉਣੀਆਂ ਇਹ ਸਾਰੀਆਂ ਤੇ ਦਸਤਕਾਰ ਕਰਦੇ ਸਨ ਤੇ ਉਹਨਾਂ ਨੇ ਆ ਕੇ ਇਹਨਾਂ ਕੋਲ ਕੰਮ ਕਰਵਾਇਆ ਇਸ ਲਈ ਇਹਨਾਂ ਨੂੰ ਕੰਮੀ ਵੀ ਕਿਹਾ ਗਿਆ ਤੇ ਇਸ ਲਈ ਇਹ ਕੋਈ ਨਵੀਂ ਨਹੀਂ ਹੈ ਹੁਣ ਤੁਹਾਡੀ ਆਖਰੀ ਗੱਲ ਮੈਂ ਹਰਾਰੀ ਵਾਲੀ ਕਰਨਾ ਮੈਂ ਉਹ ਪੜ੍ਹੀ ਹੈ ਹਰਾਰੀ ਸਾਹਿਬ ਦਾ ਜਿਹੜਾ ਬੁਨਿਆਦੀ ਨੁਕਤਾ ਨਜ਼ਰ ਹੈ ਉਹ ਇਹ ਹੈ ਕਿ ਜੀ ਉਸ ਵੇਲੇ ਜਦੋਂ ਬੰਦਾ ਜੰਗਲ ਦੇ ਵਿੱਚ ਖੁਰਾਕ ਜਮ੍ਹਾਂ ਕਰਨ ਅਤੇ ਉਹਦੇ ਆਪਣਾ ਸ਼ਿਕਾਰ ਕਰਨ ਦੀ ਸਟੇਜ 'ਤੇ ਸੀ ਤਾਂ ਉਹ ਬੜਾ ਸੌਖਾ ਸੀ ਉਹ ਕੋਈ 4-5 ਘੰਟੇ ਕੰਮ ਕਰਦਾ ਸੀ ਅਤੇ ਬਾਕੀ ਵਿਹਲ ਵਕਤ ਉਹਦੇ ਆਪਣੀ ਰੈਸਟ ਕਰਦਾ ਸੀ ਵਗੈਰਾ ਵਗੈਰਾ ਇਹ ਉਹਨਾਂ ਦਾ ਨਜ਼ਰੀਆ ਅਰੇ ਭਰਾ ਅਗਰ ਦੇਖੋ ਤੁਸੀਂ ਅਗਰ ਉਹ ਐਡਾ ਸੌਖਾ ਸੀ ਤਾਂ ਉਹਦੀ ਆਬਾਦੀ ਕਿਉਂ ਨਹੀਂ ਸੀ ਵੱਧਦੀ ਉਹ ਇੱਕ ਥਾਂ 'ਤੇ ਇੱਕ ਥਾਂ ਤੋਂ ਹਜ਼ਾਰਾਂ ਮੀਲ ਦੂਰ ਜਾਣ 'ਤੇ ਕਿਉਂ ਮਜਬੂਰ ਹੁੰਦਾ ਸੀ ਉਹ ਕਿਵੇਂ ਮਾਰਿਆ ਜਾਂਦਾ ਸੀ ਹਰਾਰੀ ਸਾਹਿਬ ਦੀ ਜਿਹੜੀ ਮੈਂ ਸਾਰੀਆਂ ਕਿਤਾਬਾਂ ਵੇਖੀਆਂ ਨੇ ਹਰਾਰੀ ਸਾਹਿਬ ਦੀ ਜਿਹੜੀ ਸੋਚ ਹੈ ਉਹ ਹਿਸਟੋਰੀਕਲ ਨਹੀਂ ਹੈਗੀ ਉਹ ਇਹ ਨਹੀਂ ਸਮਝਦੇ ਕਿ ਜਿਹੜੀ ਜੰਗਲ ਦੇ ਵਿੱਚ ਫਲ ਔਰ ਕਰਨ ਦੀ ਸਟੇਜ ਸੀਗੀ ਉੱਤੇ ਇਨਸਾਨ ਕਿੱਡਾ ਔਖਾ ਸੀ ਔਰ ਜਿਹੜਾ ਇਨਸਾਨ ਹੈ ਉਹ ਨੇ ਜਦੋਂ ਜ਼ਰਾਅਤ ਇਜਾਦ ਕਰ ਲਈ ਤੇ ਫਿਰ ਉਹ ਕਦੀ ਵਾਪਸ ਨਹੀਂ ਗਿਆ ਆਪਣੀ ਮਰਜ਼ੀ ਨਾਲ ਜੇ ਉਹ ਪਹਿਲੀ ਵਾਰੀ ਸਟੇਜ ਬਹੁਤ ਅੱਛੀ ਹੁੰਦੀ ਤੇ ਉਹ ਵਾਪਸ ਚਲਾ ਜਾਂਦਾ ਤੇ ਵਾਪਸ ਉਸ ਸਟੇਜ ਤੇ ਕਿਉਂ ਨਹੀਂ ਗਿਆ ਤਾਂ ਮੈਂ ਸਮਝਣਾ ਕਿ ਹਰਾਰੀ ਸਾਹਿਬ ਇਸ ਮਾਮਲੇ ਦੇ ਵਿੱਚ ਐਵੇਂ 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 ਤੁਲਾ ਮਾਰ ਰਹੇ ਨੇ ਹਕੀਕਤ ਇਹ ਹੈਗੀ ਆ ਕਿ ਤਾਰੀਖ ਵਿੱਚ ਇਹ ਨਹੀਂ ਹੈ ਜੀ ਇਹ ਹੁੰਦਾ ਤੇ ਫਿਰ ਕੀ ਹੁੰਦਾ ਮਤਲਬ ਇਹ ਹੈ ਕਿ ਉਸ ਵੇਲੇ ਜਿਹੜੇ ਇਨਸਾਨ ਸਨ ਜਿਹੜੇ ਉਹਦੇ 'ਚ ਇਨਵੋਲਵ ਸਨ ਸ਼ਿਕਾਰ ਵਿੱਚ ਜਾਂ ਖੁਰਾਕ ਇਕੱਠੀ ਕਰਨ 'ਚ ਉਹਨਾਂ ਨੇ ਫੈਸਲਾ ਕੀਤਾ ਨਾ ਕਿ ਜੀ ਅਸੀਂ ਅਗਲੇ ਜ਼ਰੀ ਪੈਦਾਵਾਰ ਦੇ ਵਾਰੇ ਵਿੱਚ ਦਾਖਲ ਹੋਣਾ ਹਰਾਰੀ ਸਾਹਿਬ ਨੂੰ ਕੀ ਪਤਾ
ਕਿ ਉਹਨਾਂ ਨੂੰ ਕਿੰਨੀਆਂ ਔਖਤਾਂ ਸਨ ਜਾਹਿਰ ਰਾਰੀ ਸਾਹਿਬ ਯਾਦ ਤੇ ਉਸ ਜ਼ਮਾਨੇ ਦੀ ਔਖਤਾਂ ਦੀ ਇੱਕ ਲਿਸਟ ਬਣਾਉਣ ਪਹਿਲੇ ਤੇ ਫਾਇਦੇ ਦੱਸਣ ਤੇ ਇਹ ਨਹੀਂ ਹੈਗਾ ਗੱਲ ਇਹ ਹੈਗੀ ਹੈ ਕਿ ਇਨਸਾਨ ਜਿਹੜਾ ਹੈ ਉਹ ਬਹੁਤ ਹੀ ਡੇਂਜਰਸ ਹਾਲਾਤ ਦੇ ਵਿੱਚ ਉਸ ਵੇਲੇ ਰਹਿੰਦਾ ਸੀ ਔਰ ਉਹ ਹਮੇਸ਼ਾ ਭੁੱਖ ਬਿਮਾਰੀ ਦਾ ਸ਼ਿਕਾਰ ਰਹਿੰਦਾ ਸੀ ਇਸ ਲਈ ਉਹਨੇ ਅਗਲੀ ਮੰਜ਼ਿਲ ਤੇ ਜਾਣ ਦਾ ਫੈਸਲਾ ਹੋਰ ਕੋਈ ਸਵਾਲ ਜੀ ਜੀ ਡਾਕਟਰ ਸਾਹਿਬ ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਜਿਹੜਾ ਦੱਸਿਆ ਕਿ ਇਹ ਜਦੋਂ ਤੁਸੀਂ ਆਪਣਾ ਪਿਛਲੇ ਲੈਕਚਰ ਨੂੰ ਕਰ ਰਹੇ ਸਾਂ ਕਿ ਜਿਹੜਾ ਔਰਤਾਂ ਦਾ ਜਦੋਂ ਸਟਾਰਟ ਦਾ ਸੀ ਤੇ ਔਰਤਾਂ ਜ਼ਿਆਦਾ ਹੈਗੀਆਂ ਸੀ ਔਰ ਉਹਨਾਂ ਦੇਵੀਆਂ ਸਮਝਿਆ ਜਾਂਦਾ ਸੀ ਤੇ ਅਸੀਂ ਉਹ ਮੰਟੋ ਦੀਆਂ ਔਰਤਾਂ ਪੜ੍ਹਿਆ ਉਹਦੇ ਵਿੱਚ ਵੀ ਉਹ ਮਦਰਸਰੀ ਤੇ ਪਿਦਰਸਰੀ ਦਾ ਲਫ਼ਜ਼ ਇਸਤੇਮਾਲ ਕਰਦੇ ਹੈ ਨਾ ਤੇ ਤੁਸੀਂ ਇਸਤੇਮਾਲ ਕੀਤਾ ਲਫ਼ਜ਼ ਹੈ ਜਿਹੜਾ ਕਿਹਨੂੰ ਇਹਨੂੰ ਕਹਿੰਦੇ ਨੇ ਬਾਸ਼ੂ ਪਸ਼ੂਪਾਲ ਪਸ਼ੂਪਾਲ ਤੇ ਇਹ ਲਫ਼ਜ਼ ਜਿਹੜੇ ਨੇ ਇਹ ਵੀ ਜਿਸ ਤਰ੍ਹਾਂ ਪਸ਼ੂਪਾਲ ਜਿਹੜਾ ਕਬੀਲਾ ਵੈ ਜਿਹੜਾ ਮਤਲਬ ਕਬੀਲੇ ਨੂੰ ਰਿਪ੍ਰੈਜੈਂਟ ਕਰਦੇ ਆ ਤੇ ਇਹ ਵੀ ਮਰਦਸਰੀ ਆ ਗਿਆ ਨਾ ਤੇ ਦੋਵਾਂ ਲਫ਼ਜ਼ਾਂ ਚ ਕੋਈ ਏਡਾ ਫਰਕ ਨਹੀਂ ਇੱਕੋ ਹੀ ਨਹੀਂ ਤੇ ਕਿਉਂਕਿ ਇਹ ਮੇਰੇ ਵਾਸਤੇ ਨਵੇਂ ਲਫ਼ਜ਼ਾਂ ਨਹੀਂ ਹੈ ਇੱਕ ਨਹੀਂ ਹੈ ਮਤਲਬ ਇਹ ਹੈ ਕਿ ਜਿਹੜਾ ਪਸ਼ੂਪਾਲ ਡੰਗਰਪਾਲ ਐਨੀਮਲ ਬਰੀਡਿੰਗ ਜਿਹੜੀ ਸੁਸਾਇਟੀ ਹੁੰਦੀ ਹੈ ਉਹਦਾ ਸਮਾਜੀ ਨਿਜ਼ਾਮ ਜਿਹੜਾ ਹੈ ਉਹ ਮਰਦ ਸ਼ਾਹੀ ਦਾ ਹੁੰਦਾ ਜਿਹਨੂੰ ਤੁਸੀਂ ਪਿਦਰੀ ਨਿਜ਼ਾਮ ਕਹਿੰਦੇ ਹੋ ਜਿਹਨੂੰ ਪਿਦਰੀ ਜ਼ਮਾਨ ਕਹਿੰਦੇ ਅੱਛਾ ਜੀ ਠੀਕ ਹੈ ਅੱਛਾ ਇੱਕ ਹੋਰ ਚੀਜ਼ ਕਿ ਜਿਹੜਾ ਤੁਸੀਂ ਕਿਹਾ ਕਿ ਅਸੀਂ ਚਾਰ ਯੁੱਗ ਦੀ ਜਿਹੜੀ ਤੁਸੀਂ ਗੱਲ ਕੀਤੀ ਤੇ ਅਸੀਂ ਜਿਹੜਾ ਵਾ ਕਲ ਯੁੱਗ ਚ ਰਹਿ ਰਹੇ ਹਾਂ ਮਤਲਬ ਜਿਹੜਾ ਸਾਡਾ ਜਿਹੜਾ ਟਾਈਮ ਹੈ ਇਹ ਵਾਲਾ ਗੁਜ਼ਰ ਰਿਹਾ ਤੇ ਇਹ ਵੀ ਕੰਪੈਰੀਜ਼ਨ ਤੋਂ ਹੀ ਪਤਾ ਚੱਲਿਆ ਵਾ ਕਿ ਇਹ ਬਕਾਇਦਾ ਇਹ ਤੇ ਜਿਹੜੇ ਜਿਹੜੇ ਆਪਣਾ ਹਿੰਦੂ ਥਿਓਰੀਟੀਸ਼ਨ ਨੇ ਨਾ ਉਹਨਾਂ ਨੇ ਚਾਰ ਯੁੱਗ ਦੇ ਵਿੱਚ ਦਾ ਜ਼ਿਕਰ ਕੀਤਾ ਹੈ ਤੇ ਮਤਲਬ ਇਹ ਹੈ ਕਿ ਇਹ ਕੋਈ ਅਸੀਂ ਕੰਪੈਰੀਟਿਵ ਮੈਥਡ ਦੇ ਨਾਲ ਇਹ ਉਹਨਾਂ ਨੇ ਆਪਣੇ ਜ਼ਿਹਨ ਨਾਲ ਖਿਆਲੀ ਜ਼ਮਾਨੇ ਬਣਾਏ ਨੇ ਓਕੇ ਓਕੇ ਹਾਂਜੀ ਮੈਂ ਇਹੀ ਜਾਣਨਾ ਚਾਹ ਰਹੀ ਸਾਂ ਕਿ ਖਿਆਲੀ ਠੀਕ ਹੈ ਇਹ ਉਹਨਾਂ ਦਾ ਆਈਡੀਅਲਿਜ਼ਮ ਹੈ ਜਿਹੜਾ ਜਾਂ ਉਹਨਾਂ ਦੀ ਮਾਈਥੋਲੋਜੀ ਜੋ ਵੀ ਕਹਿ ਲਓ ਹਾਂਜੀ ਠੀਕ ਠੀਕ ਹੈ ਸ਼ੁਕਰੀਆ ਜੀ ਸ਼ੁਕਰੀਆ ਹੋਰ ਸਵਾਲ ਡਾਕਟਰ ਸਾਹਿਬ ਹਾਂਜੀ ਮੇਰਾ ਇੱਕ ਕੁਐਸਚਨ ਹੈ ਤਜਿੰਦਰ ਬੋਲ ਰਿਹਾ ਮੈਂ ਜੀ ਜੀ ਨਾਓ ਵੈਨ ਵੀ ਸੇ ਕਿ ਜੋ ਹੈ ਮਤਲਬ ਹੈ ਸਤਯੁਗ ਕਲਯੁਗ ਹੈ ਸਭ ਅਗਰ ਖਿਆਲੀ ਨੇ ਔਰ ਇਹਨਾਂ ਦੇ ਕੋਈ ਐਵੀਡੈਂਸ ਨਹੀਂ ਹੈ ਬਟ ਫੋਰ ਐਗਜ਼ਾਮਪਲ ਗੁਜਰਾਤ ਦੇ ਅੰਦਰ ਜਿੱਦਾਂ ਇੱਕ ਹੈ ਦੁਆਰਕਾ ਕਰਕੇ ਇੱਕ ਜਗ੍ਹਾ ਹੈ ਇੰਡੀਆ ਦੇ ਅੰਦਰ ਗੁਜਰਾਤ ਚ ਉੱਥੇ ਦੇਰ ਹੈਵ ਬੀਨ ਸਮ ਐਵੀਡੈਂਸਿਸ ਜਿਹੜੇ ਮਿਲੇ ਹੈ ਸਮੁੰਦਰ ਦੇ ਥੱਲੇ ਹੈ ਨੂੰ ਬੋਲਦੇ ਹੈ ਕਿ ਉਹ ਮਹਾਭਾਰਤ ਦੇ ਟਾਈਮ ਤੇ ਇਸ ਟਾਈਪ ਦੇ ਆਰਕੀਟੈਕਚਰ ਬਣੇ ਸੀ ਔਰ ਫਿਰ ਉਹ ਸਮੁੰਦਰ ਦੇ ਥੱਲੇ ਉਸ ਟਾਈਪ ਦੇ ਪਿਲਰਸ ਔਰ ਮਤਲਬ ਪੁਰਾਣੀ ਟੁੱਟੀ ਬਿਲਡਿੰਗਸ ਦੇ ਕੁਛ ਰਿਮੇਨਸ ਆਰਟੀਫੈਕਟਸ ਉਹ ਸਭ ਚੀਜ਼ਾਂ ਮਿਲੀਆਂ ਹੈ ਤੇ ਉਸਨੂੰ ਫਿਰ ਅਸੀਂ ਕਿੱਦਾਂ ਜਸਟੀਫਾਈ ਕਰਾਂਗੇ ਕਿ ਜੇ ਮਤਲਬ ਜੇ ਅਸੀਂ ਇੱਕ ਪਾਸੇ ਕਹਿ ਰਹੇ ਹਾਂ ਕਿ ਉਹ ਖਿਆਲੀ ਹੈਗਾ ਉਹ ਵਾਲਾ ਸਾਰਾ ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜੀ ਇਹ ਜਿਹੜੇ ਯੁੱਗ ਉਹਨਾਂ ਨੇ ਬਣਾਏ ਨੇ ਸੱਤ ਯੁੱਗ ਦੋ ਲਾ ਲਓ ਸੱਤ ਯੁੱਗ ਤੇ ਕੁਲ ਯੁੱਗ ਸੱਤ ਯੁੱਗ ਸੱਚਾ ਜ਼ਮਾਨਾ ਹੁਣ ਜੇ ਫਰਜ਼ ਕਰੋ ਗੁਜਰਾਤ ਦੇ ਵਿੱਚੋਂ ਪੁਰਾਣੀ ਤਹਿਜ਼ੀਬ ਦੀਆਂ ਜਿਹੜੇ ਸਟਰਕਚਰਸ ਨੇ ਉਹ ਤੁਹਾਨੂੰ ਮਿਲ ਜਾਂਦੇ ਨੇ ਤੇ ਉਹਦੇ ਤੋਂ ਇਹ ਤੇ ਸਬਦ ਨਹੀਂ ਹੁੰਦਾ ਕਿ ਉਹ ਸੱਤ ਯੁੱਗ ਸੀ ਰਾਈਟ ਸੱਤ ਯੁੱਗ ਤੇ ਇੱਕ ਮੋਰਲਿਸਟਿਕ ਕਰੈਕਟਰਾਈਜੇਸ਼ਨ ਇਹ ਫੈਕਚੁਅਲ ਤਾਂ ਨਹੀਂ ਨਾ ਹੈਗੀ ਮਤਲਬ ਇਹ ਤੇ ਫੈਕਟ ਹੈ ਕਿ ਜੀ ਹੜੱਪਾ ਤਹਿਜ਼ੀਬ ਦੇ ਵਿੱਚੋਂ ਕੰਕਰੀਟ ਚੀਜ਼ਾਂ ਲੱਭੀਆਂ ਨੇ ਗੁਜਰਾਤ ਵਿੱਚੋਂ ਕੰਕਰੀਟ ਚੀਜ਼ਾਂ ਲੱਭੀਆਂ ਨੇ ਲੇਕਿਨ ਉਹ ਜਿਸ ਵੇਲੇ ਚੀਜ਼ਾਂ ਬਣਾਈਆਂ ਗਈਆਂ ਸਨ ਜਦੋਂ ਉਹ ਜਿਸ ਜ਼ਮਾਨੇ ਚ ਬਣੀਆਂ ਉਹ ਸਤਯੁਗ ਕਿਵੇਂ ਹੋ ਗਿਆ ਨੋ ਠੀਕ ਹੈ ਫੋਰ ਦ ਟਾਈਮ ਬੀਂਗ ਮੈਂ ਉਹਨੂੰ ਸਤਯੁਗ ਨਾਲ ਲਿੰਕ ਨਹੀਂ ਕਰਦਾ ਬਟ ਉਹਨੂੰ ਉਹ ਕਹਿੰਦੇ ਕਿ ਉਹ ਮਹਾਭਾਰਤ ਦੇ ਟਾਈਮ ਤੇ ਸੀ ਸੋ ਨਾਓ ਦਿਸ ਮਹਾਭਾਰਤ ਇਜ਼ ਆਲਸੋ ਮਾਈਥੋਲੋਜੀਕਲ ਨਹੀਂ ਮੇਰਾ ਖਿਆਲ ਹੈ ਕਿ ਇਹਦੀ ਪੀਰੀਓਡਾਈਜ਼ੇਸ਼ਨ ਜਿਹੜੀ ਹੈ ਉਹ ਅਸੀਂ ਇੰਜ ਉਹਨਾਂ ਦੀਆਂ ਇਹਨਾਂ ਗੱਲਾਂ ਤੋਂ ਤੈਅ ਨਹੀਂ ਕਰ ਸਕਦੇ ਕਿਉਂਕਿ ਮਹਾਭਾਰਤ ਜਿਹੜੀ ਹੈ ਮਹਾਭਾਰਤ ਉਸ ਵੇਲੇ ਲਿਖੀ ਗਈ ਜਦੋਂ ਕਿ ਜਿਹੜਾ ਆਪਣਾ ਆਰੀਆ ਜਿਹੜੇ ਨੇ ਉਹ ਆ ਚੁੱਕੇ ਸਨ ਔਰ ਉਹ ਪੰਜਾਬ ਦੇ ਉੱਤੇ ਤਕਰੀਬਨ ਕਬਜ਼ਾ ਕਰ ਚੁੱਕੇ ਸਨ ਔਰ ਗੰਗਾ ਜਮਨਾ ਵੈਲੀ ਦੇ ਵਿੱਚ ਆਪਣੀ ਐਕਸਪੈਂਸ਼ਨ ਕਰਨ ਦੀ ਕਰ ਰਹੇ ਸਨ
ਤੇ ਮਹਾਭਾਰਤ ਜਿਹੜੀ ਹੈ ਉਸ ਜ਼ਮਾਨੇ ਉਸ ਵੇਲੇ ਦੀ ਜੰਗ ਹੈ ਤੇ ਉਸ ਮਹਾਭਾਰਤ ਦੇ ਵੇਲੇ ਦੇ ਵਿੱਚ ਗੁਜਰਾਤ 'ਚ ਕੀ ਹੋ ਰਿਹਾ ਸੀ ਇਹਦਾ ਲਿੰਕ ਕੋਈ ਵਾਜ਼ੇ ਉਹ ਸਾਬਤ ਨਹੀਂ ਕਰ ਸਕੇ ਇਹ ਸਪੈਕੂਲੇਸ਼ਨ ਹੈ ਜਿਵੇਂ ਬਾਕੀ ਦੀ ਸਪੈਕੂਲੇਸ਼ਨ ਕਿਉਂਕਿ ਮਹਾਭਾਰਤ ਖੁਦ ਸਪੈਕੂਲੇਸ਼ਨ ਹੈ ਜੀ ਮਹਾਭਾਰਤ ਖੁਦ ਇੱਕ ਇੱਕ ਆਈਡੀਲਿਸਟਿਕ ਕਹਾਣੀ ਹੈ ਜਿਹੜੀ ਕਿ ਉਸ ਵੇਲੇ ਦੇ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਬਣਾਈ ਗਈ ਹੈ ਔਰ ਫਿਰ ਦੂਜੀ ਤੁਸੀਂ ਇਹ ਵੀ ਨਾ ਭੁੱਲੋ ਕਿ ਜਿਹੜੀ ਮਹਾਭਾਰਤ ਹੈ ਕੋਈ ਬਹੁਤ ਇਹਨਾਂ ਵਿਦਵਾਨਾਂ ਜਿਹੜੇ ਅੱਜ ਵਿਦਵਾਨ ਇਹਨਾਂ ਨਹੀਂ ਲਿਖੀ ਡੀ ਡੀ ਗੋਸਵਾਮੀ ਕਹਿੰਦਾ ਹੈ ਕਿ ਜਿਹੜੇ ਉਸ ਵੇਲੇ ਸ਼ਾਇਰ ਔਰ ਗਵੱਈਏ ਸਨ ਉਹ ਬੇਸਿਕਲੀ ਭਾਟ ਸਨ ਜਿਹਨਾਂ ਨੂੰ ਅਸੀਂ ਮਰਾਸੀ ਕਹਿੰਦੇ ਹਾਂ ਭੰਡ ਕਹਿੰਦੇ ਹਾਂ ਇਹ ਸਨ ਇਹੋ ਹੀ ਲਿਖਦੇ ਸਨ ਇਹੋ ਹੀ ਗਾਉਂਦੇ ਸਨ ਇਸ ਵਾਸਤੇ ਇਹ ਜਿਹੜੀ ਮਹਾਂਭਾਰਤ ਦੇ ਬਹੁਤੇ ਵੱਡੇ ਮਹਾਂਭਾਰਤ ਦੀ ਮਿਸਾਲ ਦੇ ਤੌਰ ਦੇ ਉੱਤੇ ਡੀ ਡੀ ਗੋਸਵਾਮੀ ਉਹਦੀ ਇੱਕ ਮਸਲਨ ਉਹਦੀ ਇੱਕ ਸਬੂਤ ਦਿੰਦਾ ਉਹ ਕਹਿੰਦਾ ਕਿ ਤੁਸੀਂ ਵੇਖੋ ਕਿ ਜਦੋਂ ਮਹਾਂਭਾਰਤ ਦੇ ਵਿੱਚ ਕੋਈ ਵੀ ਕਹਾਣੀ ਸ਼ੁਰੂ ਹੁੰਦੀ ਹੈ ਤੇ ਪਹਿਲੇ ਹਾਕਮ ਨੂੰ ਜਾਂ ਜਿਹੜਾ ਉੱਤੇ ਬੰਦਾ ਬੈਠਾ ਉਹਦੀਆਂ ਤਾਰੀਫਾਂ ਦੇ ਲੰਮੇ ਕਿੱਸੇ ਲਿਖੇ ਜਾਂਦੇ ਨੇ ਇਹ ਖਾਸ ਮਰਾਸੀਆਂ ਦੀ ਔਰ ਖਾਸ ਭਾਟਾਂ ਦੀ ਇਹ ਇਹ ਸਿਫਤ ਹੈ ਕਿ ਉਹ ਜਿਸ ਦੇ ਦਰਬਾਰ ਵਿੱਚ ਜਿਸ ਦੇ ਘਰ ਵਿੱਚ ਜਾਂਦੇ ਨੇ ਪਹਿਲੀ ਉਹਦੀ ਤਾਰੀਫ ਕਰਦੇ ਨੇ ਕਿ ਤੁਸੀਂ ਬਹੁਤ ਵੱਡੇ ਹੋ ਇਹ ਹੋ ਤੇ ਫਿਰ ਅਗਲੀ ਕਹਾਣੀ ਕਰਦੇ ਤੇ ਇਹ ਜਿਹੜੀ ਮਹਾਂਭਾਰਤ ਹੈ ਇਹ ਵੀ ਤੇ ਆਪਣਾ ਜਿਹੜੇ ਹੜੱਪਾ ਤਹਿਜ਼ੀਬ ਦੇ ਵਿਰਾਸੀ ਤੇ ਬਾਹਰ ਸਨ ਉਹਨਾਂ ਨੇ ਲਿਖੀ ਹੋਈ ਹੈ ਤੇ ਇਸ ਇਹਨੂੰ ਦੁਬਾਰਾ ਵਾਚਣ ਦੀ ਲੋੜ ਚਲੋ ਜੀ ਹੁਣ 15 ਮਿੰਟ ਦੀ ਬ੍ਰੇਕ ਕਰ ਲਓ ਇੱਕ ਛੋਟੀ ਜਿਹੀ ਗੱਲ ਹੈ ਜੀ ਕਿ ਜਦੋਂ ਤੁਸੀਂ ਇਹ ਮੌਜੂਦਾੜੂ ਨੂੰ ਦੇਖਦੇ ਹੋ ਉਹਦੇ ਘਰਾਂ ਦੇ ਸਾਈਜ਼ ਵੀ ਇੱਕ ਜੈਸੇ ਨੇ ਔਰ ਕੋਈ ਐ ਨਹੀਂ ਹੋਇਆ ਕੋਈ ਵੱਡੇ ਪੈਲਸ ਜਾਂ ਵੱਡੇ ਕੋਈ ਘਰ ਸਨ ਉਹ ਇੱਕੋ ਜਿਹੇ ਤਕਰੀਬਨ ਨਜ਼ਰ ਆਉਂਦੇ ਨੇ ਫਿਰ ਉੱਥੇ ਜਿਹੜਾ ਪਬਲਿਕ ਬਾਥਸ ਔਰ ਜਿਹੜੇ ਪਬਲਿਕ ਗ੍ਰੇਨ ਹਾਊਸਿਸ ਦਾ ਜਿਹੜਾ ਉਹ ਤਸਵਰ ਪੇਸ਼ ਕੀਤਾ ਜਾਂਦਾ ਹੈ ਉਹ ਇਹ ਇੰਡੀਕੇਸ਼ਨ ਨਹੀਂ ਹੈਗੀ ਉਸ ਵੇਲੇ ਇੰਨੀ ਕਲਾਸ ਸੁਸਾਇਟੀ ਨਹੀਂ ਬਣੀ ਸੀ ਉਸ ਟਾਈਮ ਦੇ ਉੱਤੇ ਕੁਛ ਬਰਾਬਰੀ ਦਾ ਕਾਫੀ ਉਹਦੇ 'ਚ ਇੱਕ ਅਨਸਰ ਸੀ ਜਿਹੜਾ ਨਜ਼ਰ ਆਉਂਦਾ ਹੈ ਇਹਦੇ ਉੱਤੇ ਮੈਂ ਜ਼ਰਾ ਥੋੜ੍ਹਾ ਬਾਅਦ ਜਾ ਕੇ ਗੱਲ ਕਰਨਾ ਮੈਂ ਜਿੱਥੇ ਆਵਾਂ ਗੱਲ ਮੈਨੂੰ ਪਤਾ ਹੈ ਤੁਹਾਡੇ ਸਵਾਲ ਦਾ ਆਲਰਾਈਟ ਓਕੇ ਜੀ ਜੀ 15 ਮਿੰਟ ਦੀ ਬ੍ਰੇਕ ਡਾਕਟਰ ਸਾਹਿਬ ਉਸ ਤੋਂ ਬਾਅਦ ਦੁਬਾਰਾ ਮਿਲਨੇ ਆ 15 ਮਿੰਟਸ ਤੱਕ ਮੈਂ ਇੱਕ ਤੇ ਗੱਲ ਜਿਹੜੀ ਹੈ ਨਾ ਹਾਊਸ ਕੀਪਿੰਗ ਦੀ ਗੱਲ ਕਰਨਾ ਚਾਹੁੰਦਾ ਹਾਂ ਉਹ ਇਹ ਹੈਗੀ ਹੈ ਕਿ ਅੱਜ ਦੀ ਕਲਾਸ ਤੋਂ ਬਾਅਦ ਹੁਣ ਕਿਸੇ ਨਵੇਂ ਸਟੂਡੈਂਟ ਨੂੰ ਐਡਮਿਟ ਨਹੀਂ ਕੀਤਾ ਜਾਏਗਾ ਇਹ ਅੱਜ ਦੀ ਕਲਾਸ ਤੱਕ ਸ਼ਾਮਿਲ ਹੋ ਸਕਦੇ ਸਨ ਅੱਜ ਤੋਂ ਬਾਅਦ ਨਹੀਂ ਕਿਉਂਕਿ ਹੁਣ ਅਸੀਂ ਇੰਨਾ ਕੁਛ ਗੱਲ ਕਰ ਚੁੱਕੇ ਹਾਂ ਕਿ ਹੁਣ ਇਹਦੇ ਨਾਲ ਕੈਚ ਅਪ ਕਰਨਾ ਮੁਮਕਿਨ ਨਹੀਂ ਹੈਗਾ ਔਰ ਦੂਜਾ ਇਹ ਹੈ ਕਿ ਕੋਈ ਮਤਲਬ ਬਹਰਹਾਲ ਕੋਈ ਅਸੂਲ ਕੋਈ ਨਿਜ਼ਾਮ ਤੇ ਹੋਣਾ ਚਾਹੀਦਾ ਨਾ ਹਰ ਚੀਜ਼ ਦਾ ਤੇ ਯੂਨੀਵਰਸਿਟੀ ਹੈ ਤੇ ਇਹਨੂੰ ਵੀ ਆਪਣਾ ਇੱਕ ਅਸੂਲ ਨਿਜ਼ਾਮ ਬਣਾਉਣਾ ਹੈ ਨਾ ਇਸ ਲਈ ਅੱਜ ਤੋਂ ਬਾਅਦ ਨਵੇਂ ਸਟੂਡੈਂਟ ਜਿਹੜੇ ਨਾ ਉਹਨਾਂ ਨੂੰ ਐਂਟਰਟੇਨ ਨਹੀਂ ਕੀਤਾ ਜਾਏਗਾ ਹੁਣ ਇਹ ਕੋਰਸ ਜਿਹੜਾ ਹੈ ਇਹ ਸ਼ਾਇਦ ਅਗਲੇ ਸਾਲ ਆਫਰ ਕੀਤਾ ਜਾਏਗਾ ਤੇ ਉਹ ਫਿਰ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਅਗਲੇ ਸਾਲ ਦਾ ਦੀ ਉਡੀਕ ਕਰਨੀ ਚਾਹੀਦੀ ਹੈ ਅੱਛਾ ਜੀ ਲੈਟ ਮੀ ਗੋ ਬੈਕ ਟੂ ਵੇਅਰ ਵੀ ਵਰ ਅੱਛਾ ਜੀ ਹੁਣ ਮੈਂ ਇਹ ਗੱਲ ਕਰਨਾ ਚਾਹੁੰਦਾ ਹਾਂ ਕਿ ਜਿਹੜੀ ਜੀਨਸ ਦੀ ਜਿਹੜੀ ਜਿਹੜੀ ਜੈਨੈਟਿਕ ਰਿਸਰਚ ਜੈਨੈਟਿਕ ਸਾਇੰਸ ਦੇ ਨਾਲ ਕੀ ਕੁਛ ਸਾਬਤ ਹੋਇਆ ਹੈ ਇਹਨਾਂ ਪਿਛਲੇ 20-30 ਸਾਲਾਂ 10-15 ਸਾਲਾਂ ਦੇ ਵਿੱਚ ਸੋ ਲਿਹਾਜ਼ਾ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਗੱਲ ਤਾਂ ਇਹ ਸਾਬਤ ਹੋਈ ਹੈ ਕਿ ਜਿਹੜੀ ਸਾਰੇ ਇਨਸਾਨ ਨੇ ਉਹਨਾਂ ਦੇ ਜਿਹੜੇ ਮੁੱਢਲੇ ਜੀਨ ਨੇ ਬੇਸਿਕ ਜੀਨਸ ਨੇ ਉਹ ਇੱਕ ਹੀ ਨੇ ਔਰ ਇਹ ਸਾਬਤ ਹੋਇਆ ਹੈ ਕਿ ਇਹ ਸਾਰੇ ਇਨਸਾਨ ਜਿਹੜੇ ਨੇ ਇਹ ਅਫਰੀਕਾ ਤੋਂ ਨਿਕਲ ਕੇ ਬਾਕੀ ਦੁਨੀਆਂ ਵਿੱਚ ਗਏ ਜਿਹੜੀ ਜਿੱਥੋਂ ਤੱਕ ਪੰਜਾਬ ਦਾ ਔਰ ਹੜੱਪੇ ਸਿਵਲਾਈਜੇਸ਼ਨ ਦਾ ਤਲਕ ਹੈ ਤੇ ਇਹ ਕਿਹਾ ਜਾਂਦਾ ਹੈ ਕਿ 70,000 ਸਾਲ ਪਹਿਲੇ
अफ्रीका तो लोग निकल के इस पासे वाल आना शुरू हुए और वो पांच हजार साल यानी पैंठ सत्तर तो लैके 65,000 बीसी दे विच वो इत्थे पहुंचे यानी मेहरगढ़ दे विच पहुंचे जिहड़ी के हुण पहली सब तो आबादी मनी जाती है। ठीक दूजी ये गल साबित हुई ये तो हो गई कि भी जिहड़े इंसान जीन की ने और पंजाब वाल आने दे की ने। जिहड़ी दूजी एक चीज साबित हुई है वो ये हुई है कि हिंदुस्तान दे 17% मर्दां दे जिहड़े जीन ने वो हिंदुस्तानियां नालों बाकी हिंदुस्तानियां नालों वख ने और वो यूरोपियां नाल मिलदे ने। इस तो यह गल मनी गई है कि सेंट्रल एशिया तो आर्यावां दी जिहड़े जिहड़े कबीले ने वो उन्हां दा एक हिस्सा जिहड़ा वो यूरोप वल गया और दूसरा हिस्सा जिहड़ा सी वो पंजाब वल आया और इस वास्ते वो चूंकि नस्लन जिहड़े ने वो एक ने इस वास्ते वो उन्हां दे जीन आपस दे विच मिलदे ने यानी 17% हिंदुस्तानी दे जीन यूरोपियां नाल मिलदे ने। लेकिन जीन दे नाल ये भी साबित होया है कि स्टडी नाल कि ये जिहड़े मर्द आए सन यानी 1300 to 1500 के दरमियान जिहड़े बाहरों आए सन सेंट्रल एशिया तो आरिया ये असल दे विच मर्द सन इन्हां दे विच औरतां ये औरतां नाल लै के नहीं सी आए। तो 2017 विच एक कार्ड छपी सी जिहदा उनवान सीगा टाइटल सीगा जिनैटिक इनफ्लक्स फ्रॉम सेंट्रल एशिया इन द ब्रॉन्ज एज वास मोस्टली मेल यानी जिहड़ी सेंट्रल एशिया तो जिहड़े लोग निकल के गए वो बेसिकली मर्द सन उन्हां दे विच औरतां नहीं सन। इसे ये जो सन ये पशुपाल सन तो इसलिए कहा जाता है कि ये जिथे भी गए इन्होंने मर्दशाही निजाम बनाया और मर्दशाही निजाम के आने तो पहले तो हम एक होर दिलचस्प गल दसते हैं कि जो सबर से वो सबर यह नहीं है कि जी बीवी है वह खावन के घर जाएगी बल्कि खावन बीवी के घर जाता से तो ये मर्दशाही निजाम के नाल पहली बार ये होया कि जिहड़ी बीवी है उन्हूं खावन दे घर जाना पे। ठीक दूजी घर रहण दे अपना दूजी है कि विरासत जिहड़ी सी वो पहले मां वालों चलदी सी लेकिन मर्दशाही निजाम इन्हां दे मर्दशाही निजाम दे आउण दे नाल वो प्यो दे नाल चलना शुरू हो गई और ये सारा कुछ जिहड़ा तब्दील होया यूरोप विच और जिहड़ा पंजाब विच ये जिहड़ा है ये पशुपाल लोकां दे आउण नाल होया उन्हां दे आउण नाल ये समाजी मुढ़लियां तब्दीलियां होईयां। अगली जिहड़ी जिहड़ी काबले बहुत ही वड्डी काढ है वो ये है कि जिन्हां दी साइंस दी राय ये साबित होया है कि हिंदुस्तान यानी सब कॉन्टीनेंट दियां 70 तो लै के 90% औरतां दे जीन उन्हें जिहड़े 70,000 साल पहले अफ्रीका तो आने वाले से जीन सन। ठीक है इहदा मतलब यह होया कि जिहड़े 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 जिन मर्द जिन्हां दे जीन उन्हां नाल मिलदे ने जिन उन्हां 70,000 साल पहले आने नाल उन्हां दी जिहड़ी तादाद है वह कोई 40% दे करीब है जिन्हां दे 70,000 या 65,000 पहले इत्थे पहुंचण वाले लोकां दे नाल जिन्हां दे जीन मिलदे ने। ते इह तुहानूं मेरा ख्याल पता होएगा कि जिहड़ा जीन है जीन दी जिहड़ी स्टडी है उहदे विच इह हुंदा है कि जिहड़ा वाई क्रोमोजोम है वाई क्रोमोजोम जिहड़ा है वह प्यो तों पुत्र बन जांदा है ते जिहड़ा जिहड़ा एम टी यानी मदर दा हो गया ना डीएनए जिहड़ा है जीन है वह मां तों धीआं विच जांदा है। इहदी जिहड़ी साइंटिफिक बेसिस है
ਉਹ ਇਹ ਹੈਗੀ ਹੈ ਤੇ ਮਤਲਬ ਇਹ ਹੋਇਆ ਕਿ ਜਿਹੜੀਆਂ ਔਰਤਾਂ ਨੇ ਹਿੰਦੁਸਤਾਨ ਬੜੇ ਸਵੀਰ ਦੀਆਂ ਸਬ ਕੌਂਟੀਨੈਂਟ ਦੀਆਂ ਉਹ ਉਹੋ ਹੀ ਨੇ ਜਿਹੜੀਆਂ ਕਿ 70,000 ਪਹਿਲੇ ਜਾਂ 65,000 ਸਾਲ ਪਹਿਲੇ ਆਏ ਸਨ ਇਹਦਾ ਮਤਲਬ ਹੋਇਆ ਕਿ ਜਿਹੜੇ ਬਾਹਰੋਂ ਮਰਦ ਆਏ ਤਕਰੀਬਨ 60% ਦੇ ਕਰੀਬ ਉਹਨਾਂ ਨੇ ਕਿਸੇ ਢੰਗ ਦੇ ਨਾਲ ਜਾਂ ਕਿਸੇ ਚੱਕਰ ਦੇ ਵਿੱਚ ਜਾਂ ਹਮਲਾ ਕਰਕੇ ਜਿਹੜਾ ਹੈ ਉਹ ਮੁਕਾਮੀ ਔਰਤਾਂ ਨੂੰ ਆਪਣੇ ਕਬਜ਼ੇ 'ਚ ਕੀਤਾ ਔਰ ਉਹਨਾਂ ਦੇ ਨਾਲ ਘਰ ਵਸਾਏ ਇਹਤੋਂ ਇਹ ਪਤਾ ਲੱਗਦਾ ਹੈ ਅਤੇ ਇਹ ਜਿਹੜਾ ਹੈ ਇਹ ਮੈਂ ਸ਼ਾਇਦ ਪਹਿਲੇ ਵੀ ਦੱਸਿਆ ਸੀ ਕਿ ਅਗਰ ਤੁਸੀਂ ਸ਼ਾਦੀ ਦਾ ਇੰਸਟੀਟਿਊਸ਼ਨ ਵੇਖੋ ਤਾਂ ਸ਼ਾਦੀ ਦਾ ਇੰਸਟੀਟਿਊਸ਼ਨ ਜਿਹੜਾ ਹੈ ਵਿਆਹ ਦਾ ਜਿਹੜਾ ਹੈ ਬਰਾਤ 'ਚ ਜਿਹੜੀ ਜੰਗ ਜਿਹੜੀ ਹੈ ਉਹ ਜਿਵੇਂ ਚੜ੍ਹਦੀ ਹੈ ਉਹ ਇੱਕ ਪੂਰੀ ਫੌਜ ਦੀ ਚੜ੍ਹਾਈ ਹੁੰਦੀ ਹੈ ਇੱਕ ਹਮਲਾ ਕਰਨ ਦੀ ਹੁੰਦੀ ਹੈ ਔਰ ਮੈਂ ਪਿਛਲੇ ਲੈਕਚਰ ਦੇ ਉਹਦੇ ਵਿੱਚ ਗੱਲ ਵੀ ਕੀਤੀ ਸੀ ਅੱਛਾ ਜੀ ਇਹ ਵੀ ਜਿਹੜਾ ਹੈ ਇੱਕ ਹੋਰ ਜਿਹੜੀ ਪਤਾ ਲੱਗਾ ਇਸ ਪਾਠ ਦੇ ਵਿੱਚ ਕਿ 7,000 BC ਤੋਂ 8,000 BC ਦੇ ਦਰਮਿਆਨ ਜ਼ਾਗਰੋਸ ਯਾਨੀ ਈਰਾਨ ਦੇ ਇੱਕ ਇਲਾਕੇ ਤੋਂ ਜਿਹੜੇ ਨੇ ਉਹ ਲੋਕ ਮਹਿਰਗੜ੍ਹ ਆਏ ਜਿਹੜੇ ਜ਼ਾਗਰੋਸ ਤੋਂ ਆਏ ਉਹਨਾਂ ਦੇ ਜਿਹੜੇ ਜੀਨ ਨੇ ਉਹਨਾਂ 65,000 ਸਾਲ ਪਹਿਲੇ 70,000 ਸਾਲ ਪਹਿਲੇ ਵਾਲੇ ਲੋਕਾਂ ਦੇ ਨਾਲ ਨਹੀਂ ਮਿਲਦੇ ਇਹਨਾਂ ਦੇ ਜੀਨ ਹੋਰ ਨੇ ਇਹ ਜਿਹੜੇ ਜ਼ਾਗਰੋਸ ਤੋਂ ਆਏ ਲੇਕਿਨ ਇਹ ਜ਼ਾਗਰੋਸ ਵਾਲੇ ਜਿਹੜੇ ਨੇ ਇਹਨਾਂ ਨੇ ਆਪਣਾ ਜਿਹੜੀ ਮਹਿਰਗੜ੍ਹ ਦੇ ਵਿੱਚ ਜਿਹੜੀ ਵਸੇਬ ਬਣਿਆ ਜਿਹੜੀ ਰਹਿਤਲ ਬਣੀ ਉਹਨੂੰ ਬਣਾਉਣ ਦੇ ਵਿੱਚ ਬੜਾ ਰੋਲ ਅਦਾ ਕੀਤਾ ਔਰ ਉੱਥੇ ਕੱਚੀਆਂ ਇੱਟਾਂ ਦੇ ਘਰ ਬਣੇ ਅਤੇ ਫਿਰ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜਾ ਮਹਿਰਗੜ੍ਹ ਹੈ ਮਹਿਰਗੜ੍ਹ ਤੋਂ 150 ਜਨਰੇਸ਼ਨ ਤੋਂ ਬਾਅਦ ਹੜੱਪਾ ਤਹਿਜ਼ੀਬ ਜਿਹੜੀ ਹੈ ਉਹਦਾ ਮੁੱਢ ਰੱਖਿਆ ਗਿਆ ਉਹਦੇ ਬਣਨ ਦੇ ਆਸਾਰ ਸਾਨੂੰ ਮਿਲਦੇ ਨੇ ਠੀਕ ਆ ਜੀ ਇਹ ਹੋ ਗਈਆਂ ਜੀਨਸ ਦੀਆਂ ਜਿਹੜੀਆਂ ਨਵੀਆਂ ਕਾਢਾਂ ਨੇ ਔਰ ਅਥੈਂਟਿਕ ਨੇ ਔਰ ਇਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਤੱਕ ਸਾਇੰਸ ਖੁਦ ਇਹਨਾਂ ਨੂੰ ਰੱਦ ਨਾ ਕਰਦਾ ਅੱਛਾ ਜੀ ਹੁਣ ਇਹ ਤਾਂ ਹੋ ਗਿਆ ਕਿ ਜੀਨ ਦੇ ਰਾਹੀਂ ਸਾਨੂੰ ਕੀ ਪਤਾ ਲੱਗਾ ਹੁਣ ਦੂਜੀ ਗੱਲ ਇਹ ਹੈ ਕਿ ਹੜੱਪਾ ਦੀਆਂ ਖੁਦਾਈਆਂ ਜਿਹੜੀਆਂ ਹੜੱਪਾ ਤਹਿਜ਼ੀਬ ਸਿਵਿਲਾਈਜੇਸ਼ਨ ਦੀਆਂ ਖੁਦਾਈਆਂ ਜਿਹੜੀਆਂ ਨੇ ਉਹਨਾਂ ਤੋਂ ਕੀ ਪਤਾ ਲੱਗਾ ਸੀ ਇਹ ਤਾਂ ਜੀਨਸ ਤੋਂ ਅਸੀਂ ਦੱਸਿਆ ਸੀ ਨਾ ਉਹਨਾਂ ਤੋਂ ਕੀ ਪਤਾ ਉਹਨਾਂ ਤੋਂ ਪਹਿਲੇ ਤਾਂ ਪਤਾ ਇਹ ਲੱਗਾ ਕਿ ਇਹ ਜਿਹੜਾ ਹੜੱਪਾ ਤਹਿਜ਼ੀਬ ਸੀ ਇਹ ਜਿਹੜੀ ਪੰਜਾਬ ਸਿੰਧ ਗੁਜਰਾਤ ਰਾਜਸਥਾਨ ਅਤੇ ਹਰਿਆਣਾ ਤਾਂ ਇਹਦੀ ਇਹ ਫੈਲੀ ਹੋਈ ਸੀ ਔਰ ਇਹਦੀਆਂ ਕਈ ਦਰਜਨ ਹੋਣ ਜਿਹੜੀਆਂ ਖੁਦਾਈਆਂ ਨੇ ਉਹਨਾਂ ਤੋਂ ਇਹਦਾ ਇਲਾਕਾ ਜਿਹੜਾ ਉਹ ਮੰਨਿਆ ਜਾਂਦਾ ਹੈ ਲੇਕਿਨ ਇਹਨੂੰ ਹੜੱਪਾ ਤਹਿਜ਼ੀਬ ਇਸ ਲਈ ਕਹਿੰਦੇ ਹਾਂ ਕਿ ਹੜੱਪਾ ਤਹਿਜ਼ੀਬ ਜਿਹੜੀ ਉਹ ਜਿਹੜਾ ਹੈਗਾ ਉਹ ਪਹਿਲੀ ਖੁਦਾਈ ਸੀ ਜਿਹੜੀ ਹੋਈ ਸੀ ਇਸ ਲਈ ਉਹਦਾ ਨਾਂ ਹੜੱਪਾ ਕਿਹਾ ਜਾਂਦਾ ਇਹ ਨਹੀਂ ਕਿ ਹੜੱਪਾ ਪਹਿਲਾ ਸ਼ਹਿਰ ਸੀ ਜਿੱਥੇ ਇਹ ਬਣੀ ਪਤਾ ਨਹੀਂ ਸਾਨੂੰ ਉਹ ਪਹਿਲੇ ਕਿੱਥੇ ਬਣੀ ਹੋਈ ਅੱਛਾ ਜੀ ਉਹ ਮੈਂ ਜਿਹੜੀ ਗੱਲ ਕਹਿ ਰਿਹਾ ਸਾਂ ਕਿ ਜਦੋਂ ਇਹ ਹੜੱਪਾ ਅਤੇ ਆਪਣਾ ਮੋਹਿੰਜੋਦੜੋ ਦੇ ਸ਼ਹਿਰ ਜਿਹੜੇ ਨੇ ਉਹ ਇੰਨੇ ਵੱਡੇ ਸਨ ਅਤੇ ਉਹਦੇ ਉਸ ਵੇਲੇ ਆਪਣਾ ਜਿਹੜੇ ਹੈ ਨੇ ਇੱਕ ਆਪਣਾ ਰਿਸਰਚਰ ਗ੍ਰਾਮ ਕਲਾਰਕ ਉਹਨਾਂ ਦਾ ਇਹ ਕਹਿਣਾ ਹੈ ਤਾਂ ਤੂੰ ਬੜਾ ਦਿਲਚਸਪ ਹੈ ਤੁਸੀਂ ਉਹਨੂੰ ਮੁਕਾਬਲੇ ਲਈ ਦੇਖੋ ਕਿ ਉਹ ਪੱਥਰ ਦੇ ਜ਼ਮਾਨੇ ਵਿੱਚ ਵੇਲਜ਼ ਔਰ ਇੰਗਲੈਂਡ ਦੇ ਵਿੱਚ ਟੋਟਲ 250 ਲੋਕ ਸਨ ਜਿਹੜੇ ਵੱਧ ਕੇ ਤੇ 4,500 ਹੋ ਗਏ ਉਸ ਤੋਂ ਬਾਅਦ ਨਵੇਂ ਪੱਥਰ ਦੇ ਜ਼ਮਾਨੇ ਵਿੱਚ ਉਹ 20,000 ਹੋ ਗਏ ਅਤੇ 2,000 ਕਬਲ ਮਸੀਹ ਯਾਨੀ ਜਿਹੜਾ ਕਿ ਮੋਹਿੰਜੋਦੜੋ ਅਤੇ ਹੜੱਪੇ ਦਾ ਜ਼ਮਾਨਾ ਹੈ ਉਦੋਂ ਇਹਦੀ ਟੋਟਲ ਤਾਦਾਦ ਜਿਹੜੀ ਹੈ ਉਹ 40,000 ਸੀ ਯਾਨੀ ਵੇਲਜ਼ ਔਰ ਇੰਗਲੈਂਡ ਦੀ ਜਿਹੜੀ ਕਿ ਸਮਝੋ ਤੂੰ ਮੋਹਿੰਜੋਦੜੋ ਦੇ ਸ਼ਹਿਰ ਦੀ ਆਬਾਦੀ ਦੇ ਬਰਾਬਰ ਸੀ ਠੀਕ ਹੈ ਜੀ ਸੋ ਲਿਹਾਜ਼ਾ ਇਹ ਸਾਬਤ ਹੋ ਗਿਆ ਕਿ ਜਿਹੜੀ ਇਹ ਹੜੱਪਾ ਤਹਿਜ਼ੀਬ ਸੀ ਇਹਦੇ ਜਿਹੜੇ ਸ਼ਹਿਰ ਸਨ ਉਹ ਕਈਆਂ ਬਰੇ ਆਜ਼ਮਾਂ ਦੀ ਆਬਾਦੀ ਤੋਂ ਵੀ ਵੱਧ ਸਨ
अच्छा जी, दूजी गल जी है वह साबित खुदाइया तो हुई है कि हड़प्पा तहजीब बहुत एडवांस सी, उहदे विच सीवरेज का निजाम सी, सड़कां वधिया सन, ते ओ जिहड़ी बाकी अपना शिराजी साहब ने गल कीती सी ते बाकी जिहड़ी गल हो रही है ओ तुसीं दस्सो, ओ तुसीं जाणदे हो कि हड़प्पा दे विच की कुछ लभ्या कि किस तरह के ओ बहुत ही मॉडर्निस्टिक सिटी सन जिन्हां दे विच सीवरेज का भी बंदोबस्त सी, सड़कां का भी सी, गल्लां जमा करन दा पब्लिक बास। अच्छा जी, इहदे विच हुण मैं ओ सवाल जिहड़ा तुहाडा है अपना उमर साकिब साहब का और शिहाजी साहब का, उन्हें मैं डिस्कस करना चाहना। एक तो है कि यह गल 100% सही नहीं है कि हड़प्पा और जड़ा अपना है सी मंजूदाड़ो, इन्हां दे विच सारे 100% घर जड़े ने इको जैसा, दैट इज़ नॉट ट्रू। उहदे विच वड्डे घर भी है जिन्हों कहा जाता कि यह शायद ताजरां दे घर, लेकिन जनरली स्पीकिंग यह तुहाडी गल सही है कि इन्हां शहरां दी बनतर तो यह पता लगता है कि क्लास सिस्टम उन्ना सख्त नहीं सी जिन्ना के आरियावां दे आउण तो बाद होया। मतलब यह मन्या जाता है कि जिहड़ा हड़प्पा तहजीब जिहड़ा सी उहदा बेसिक निजाम जिहड़ा सी उह मटरनलिस्टिक सीगा, मादरी निजाम सी, और चूंकि वह मादरी निजाम सी इस वास्ते जी जे मर्द औरत की जी तकसीम जी बाद पशु पालन के आने हुई अजे नहीं सी हुई, यदा मतलब है कि बावजूद इस दे कि तबके बने होंगे उस वेले जे लाजमी ने बने होंगे, लेकिन उन्होंने बनतर इन्नी सख्त नहीं सी हैगी जिमी उस तो बाद बनी। मतलब बंदे जड़े ने अजे भी अपने आप न एक दूजे के बराबरी समझते सन, तो जी मुआशी ऊंच नीच है थले होना उत्ते होना यह उन्नी नहीं सी वधी जिनी सानू बाद दे विच नज़र आउंदी है आरियावां दे जमाने तो बाद। तो लिहाजा ये मैं समझना है कि ये तुहाडी गल भी सही है और जी मैं गल कह रहा वह भी हिस्टोरिकली गलत नहीं साबित की जा सकती कि जिहड़ा मुआशी निज़ाम है वह सरपलस तो बगैर कायम नहीं हुंदा और सरपलस नू जिहड़ा डिस्ट्रीब्यूट करन दा सिस्टम है उहदे विच तबके बणदे ने, पैदा करन विच तबके बणदे ने, फिर उहनू डिस्ट्रीब्यूट करन विच तबके बणदे। सो ये दोनों गल्लां सही ने। सो चूंकि वह मादरी निज़ाम सीगा और उहदे सारे जिहड़े 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 करैक्टरिस्टिक सानू अज साडे सामने आउंदे ने वह करैक्टरिस्टिक जिहड़े ने वह मादरी निज़ाम है। अच्छा, ये भी तुसीं गल सही कही है कि जिहड़ी हड़प्पा दी जिहड़ी सिविलाइजेशन है, मैं हड़प्पा सिविलाइजेशन की गल कर रहा हाँ, उहदे विच ना कोई वड्डा महल लभ्या, ना कोई वड्डा मंदिर लभ्या, ते ना कोई वड्डा आचार लभ्या। मतलब यह है कि मंदिर नहीं है उहदे विच, उहदे विच अपना महल नहीं है, और उहदे विच जिहड़े हथियार ने वह सिर्फ परिंदियां नूं शिकार करन वाले, तीर कमान टाइप मामूली हथियार। इहदा मतलब की है, इहदा मतलब यह होया कि सोसाइटी दे विच उस वेले इन्ना वायलेंस नहीं सी हैगा कि जिन्हों दबाउण वास्ते वड्डे हथियार चाहिए होंगे, सोसाइटी दे विच उन्ने कनफ्लिक्ट नहीं सन। यह एक दूसरा सबूत है इन्हां तों मिलण तों। ते जिहड़ा मंदिर दा बनना और जिहड़ा महलां दा बनना है वह भी यह उत्तों भी ये सानू पता लगता है कि जिहड़ी दौलत दी तकसीम है वह बहुत ही बिगड़ चुकी है। ते मंदिर और महल का ना होना, यानी देखो ना बाकी जो तुसी हिंदुस्तान की तारीख से आते हो तो तुहानू पता लगता है कि हिंदुस्तान के उत्ते जिहड़ा जिहड़ा मिडीवल एजेस तो बाद जिहड़ा जिहड़ा जिहड़ी हुकूमत कीती है वह ब्राह्मणा ने और खस्त्रियां ने कीती है। जड़े खस्त्री और खस्त्री जड़े ने वह सिंबलाइज करते ने महलों को, ठीक, तो जड़े ब्राह्मण ने वह करते ने मंदिरों को। यह मतलब यह है कि हड़प्पा तहजीब दे विच उस तरह की जात पात का निजाम नहीं सी हैगा
ਜਿਹੜਾ ਕਿ ਬਾਅਦ ਦੇ ਵਿੱਚ ਬਣਿਆ। ਸੋ ਲਿਹਾਜ਼ਾ ਇਹ ਅਜੇ ਇਸ ਉਸ ਉਸ ਨਿਜ਼ਾਮ ਸਮਝਣ ਲਈ ਬਹੁਤ ਕੋਸ਼ਿਸ਼ ਨਹੀਂ ਹੋਈ, ਔਰ ਮੈਂ ਵੀ ਜਿਹੜੀ ਮੇਰੀ ਵੀ ਜਿਹੜੀ ਰਿਸਰਚ ਹੈਗੀ ਹੈ ਹੜੱਪਾ ਸਿਵਿਲਾਈਜੇਸ਼ਨ ਦੇ ਸਮਾਜੀ ਨਿਜ਼ਾਮ ਨੂੰ ਸਮਝਣ ਦੀ, ਉਹ ਵੀ ਬਹੁਤ ਅਜੇ ਬੁਨਿਆਦੀ ਹੈ, ਐਲੀਮੈਂਟਰੀ ਹੈ, ਔਰ ਉਹਦੇ ਵਿੱਚ ਮੈਨੂੰ ਕਈ ਕੰਟਰਾਡਿਕਸ਼ਨ ਨਜ਼ਰ ਆਉਂਦੀਆਂ ਨੇ ਉਹਦੇ ਉਹਦੀ ਡਿਸਕ੍ਰਿਪਸ਼ਨ ਦੇ ਵਿੱਚ, ਜਿਨ੍ਹਾਂ ਨੂੰ ਰਿਜ਼ੋਲਵ ਕਰਨ ਦੀ ਜ਼ਰੂਰਤ ਹੈ। ਇਹਦੇ ਉੱਤੇ ਮੇਰਾ ਖਿਆਲ ਇਹ ਹੈ ਕਿ ਕਿਸੇ ਨੂੰ ਤੁਹਾਡੇ ਵਿੱਚੋਂ ਜਾਂ ਤੁਸੀਂ ਕਿਸੇ ਨੂੰ ਇੰਸਪਾਇਰ ਕਰੋ ਕਿ ਉਹ ਇਹਦੇ 'ਤੇ ਬਾਕਾਇਦਾ ਇਹਨੂੰ ਹੀ ਮੌਜੂ ਬਣਾ ਕੇ ਰਿਸਰਚ ਕਰੋ ਕਿ ਹੜੱਪਾ ਦੀ ਸਿਵਿਲਾਈਜੇਸ਼ਨ ਜਿਹੜੀ ਹੈ ਉਹਦੀ ਬਣਤਰ ਕੀ ਸੀ, ਉਹਦੀ ਸਟਰਕਚਰ ਕੀ ਹੈਗਾ ਸੀ, ਕਲਾਸ ਸਿਸਟਮ ਉਹਦੇ ਵਿੱਚ ਕੀ ਹੈਗਾ ਸੀ। ਜੇ ਉਹਦੇ ਵਿੱਚ ਕਲਾਸ ਸਿਸਟਮ ਉਸ ਤਰ੍ਹਾਂ ਦਾ ਨਹੀਂ ਸੀ ਹੈਗਾ ਜਿਹੜਾ ਪੰਡਿਤਾਂ ਅਤੇ ਫਿਸ਼ਤਰੀਆਂ ਦਾ ਬਣਿਆ, ਤਾਂ ਉਹਦੇ ਵਿੱਚ ਜਿਹੜੀ ਸਰਪਲਸ ਹੈ ਉਹ ਕਿਵੇਂ ਪੈਦਾ ਹੁੰਦੀ ਸੀ ਔਰ ਕਿਵੇਂ ਦੂਜੇ ਲੋਕਾਂ ਤੱਕ ਪਹੁੰਚਦੀ ਸੀ, ਇਹਦੇ ਉੱਤੇ ਕਿਸੇ ਨੂੰ ਰਿਸਰਚ ਕਰਨੀ ਚਾਹੀਦੀ ਹੈ। ਮੇਰਾ ਜਿਹੜਾ ਸੀ, ਮੈਂ ਕਿਉਂਕਿ ਜਨਰਲ ਤਾਰੀਖ ਲੈ ਰਿਹਾ ਸਾਂ ਪੂਰੀ, ਇਸ ਲਈ ਮੈਂ ਉਹਦੇ 'ਤੇ ਓਨਾ ਨਹੀਂ ਗੌਰ ਕੀਤਾ ਜਿੰਨਾ ਹੋਣਾ ਚਾਹੀਦਾ। ਅੱਛਾ ਜੀ, ਇਹਨਾਂ ਦੇ ਵਿੱਚੋਂ ਹਾਂ, ਹੁਣ ਇਹ ਤੁਸੀਂ ਦੇਖੋ ਕਿ ਹੜੱਪੇ ਸਿਵਿਲਾਈਜੇਸ਼ਨ ਦੇ ਵਿੱਚ ਨਹੀਂ ਲੱਭੇ, ਲੇਕਿਨ ਜਿਹੜੀ ਮੈਸੋਪੋਟੇਮੀਆ ਦੀ ਜਿਹੜੀ ਸਿਵਿਲਾਈਜੇਸ਼ਨ ਹੈ ਉਹਦੇ ਵਿੱਚ ਵੱਡੇ ਮੰਦਰ ਔਰ ਵੱਡੇ ਜਿਹੜੇ ਹੈ ਨੇ ਉਹ ਵੱਡੇ ਮੰਦਰ ਔਰ ਮਹੱਲ, ਇਹ ਦੋਨੋਂ ਲੱਭੇ ਮੈਸੋਪੋਟੇਮੀਆ ਦੇ ਵਿੱਚ, ਔਰ ਬੜੇ ਵੱਡੇ ਵੱਡੇ ਹਥਿਆਰ ਵੀ ਉੱਥੋਂ ਮਿਲੇ। ਹਾਲਾਂਕਿ ਇਹ ਤਹਿਜ਼ੀਬਾਂ ਤਕਰੀਬਨ ਇੱਕ ਹੀ ਵੇਲੇ 'ਚ ਸਨ, ਓਵਰਲੈਪ ਕਰ ਰਹੀਆਂ ਸਨ ਇੱਕ ਦੂਜੇ, ਇਹਦਾ ਮਤਲਬ ਹੈ ਕਿ ਇਹਨਾਂ ਦੋਵਾਂ ਤਹਿਜ਼ੀਬਾਂ ਦੇ ਵਿੱਚ ਜਿਹੜਾ ਸਮਾਜੀ ਬਣਤਰ ਸੀ ਉਹ ਇੱਕ ਦੂਜੇ ਦੇ ਨਾਲ ਮੈਚ ਨਹੀਂ ਸੀ ਕਰਦੇ, ਉਹ ਮੁਖਤਲਿਫ ਸੀ। ਇਹ ਇਹਦੇ ਉੱਤੇ ਵੀ ਆਪਣਾ ਗੌਰ ਹੋਣਾ ਚਾਹੀਦਾ। ਅੱਛਾ, ਹੜੱਪਾ ਵਿੱਚੋਂ ਜਿਹੜੀਆਂ ਮੋਹਰਾਂ ਮਿਲੀਆਂ ਨੇ ਉਹਨਾਂ ਵਿੱਚੋਂ ਉਹਨਾਂ ਉਹਨਾਂ 'ਤੇ ਸ਼ੇਰ ਦੀ ਤਸਵੀਰ ਹੈ, ਪਰ ਰਿਗਵੇਦ ਵਿੱਚ ਸ਼ੇਰ ਦਾ ਕੋਈ ਜ਼ਿਕਰ ਨਹੀਂ ਹੈ। ਇਹ ਦਿਲਚਸਪ ਗੱਲ ਹੈ ਕਿ ਰਿਗਵੇਦ ਵਿੱਚ ਸ਼ੇਰ ਦਾ ਕੋਈ, ਇਸ ਤਰ੍ਹਾਂ ਹਾਥੀ ਹੈ, ਹਾਥੀ ਦੀਆਂ ਤਸਵੀਰਾਂ ਹੈ ਨੇ, ਪਰ ਹਾਥੀ ਦੀ ਮੌਜੂਦਗੀ ਜਿਹੜੀ ਹੈ ਉਹ ਰਿਗਵੇਦ ਦੇ ਵਿੱਚ ਸਾਨੂੰ ਨਹੀਂ ਦਿਸਦੀ। ਯਾਨੀ ਪੰਜਾਬ ਦੇ ਵਿੱਚ ਰਿਗਵੇਦ ਲਿਖਿਆ ਗਿਆ ਨਾ ਜੀ, ਪਹਿਲਾ ਜਿਹੜਾ ਵੇਦ ਹੈ, ਅਤੇ ਜੇ ਉਹਦੇ ਵਿੱਚ ਉਹਦਾ ਜ਼ਿਕਰ ਹੀ ਨਹੀਂ ਹੈ। ਹਾਥੀ ਦੀ ਬਹੁਤ ਖਿੱਚ ਖਿਚਾ ਕੇ ਉਹਨਾਂ ਨੇ ਕਿਸੇ ਸੂਕਤ ਦੀ ਜਿਹੜੀ ਹੈ ਉਹਦਾ ਤੋਂ ਕੱਢਿਆ ਹੈ ਕਿ ਹਾਥੀ ਹੈ ਸੀ, ਪਰ ਬੇਸਿਕਲੀ ਹੈ ਨਹੀਂ ਸੀ। ਔਰ ਮੇਰਾ ਮੈਂ ਇਹਨੂੰ ਇੰਝ ਸਮਝਣਾ ਹੈ ਕਿ ਚੂੰਕਿ ਇੱਥੇ ਜੰਗਲ ਇਸ ਇਲਾਕੇ ਵਿੱਚ ਹੜੱਪਾ ਜਿੱਥੇ ਸਿਵਿਲਾਈਜੇਸ਼ਨ ਬਣੀ, ਚੂੰਕਿ ਇੱਥੇ ਸੰਘਣੇ ਜੰਗਲ ਨਹੀਂ ਸਨ, ਲੰਬੀਆਂ ਲੰਬੀਆਂ ਚਰਨ ਵਾਲੀਆਂ ਥਾਵਾਂ ਨਹੀਂ ਸਨ ਹੈਗੀਆਂ, ਇਸ ਵਾਸਤੇ ਇੱਥੇ ਹਾਥੀ ਅਤੇ ਸ਼ੇਰ ਨਹੀਂ ਸੀ ਹੋ ਸਕਦੇ, ਕਿਉਂਕਿ ਹਾਥੀ ਨੂੰ ਖਾਣ ਲਈ ਬਹੁਤ ਵੱਡੀ ਖੁਰਾਕ ਚਾਹੀਦੀ ਹੈ ਜਿਹੜੀ ਕਿ ਇੱਥੇ ਮੌਜੂਦ ਹੀ ਨਹੀਂ ਸੀ ਹੈਗੀ, ਇੱਥੇ ਹੋ ਨਹੀਂ ਸੀ ਸਕਦੀ। ਔਰ ਜੇ ਤੁਸੀਂ ਗੌਰ ਕਰੋ ਹਿਸਟੋਰੀਕਲੀ ਤਾਂ ਤੁਹਾਨੂੰ ਇਹ ਵੀ ਤੁਸੀਂ ਨਤੀਜਾ ਫੌਰਨ ਕੱਢ ਸਕਦੇ ਹੋ ਕਿ ਚੂੰਕਿ ਇੱਥੇ ਜੰਗਲ ਜਿਹੜੇ ਬਹੁਤ ਸੰਘਣੇ ਨਹੀਂ ਸਨ ਔਰ ਜੰਗਲਾਂ ਦੇ ਵਿੱਚ ਇੰਨੇ ਰਿਸੋਰਸ ਨਹੀਂ ਸਨ ਜਿਨ੍ਹਾਂ 'ਤੇ ਇਨਸਾਨ ਪਲ ਸਕਣ, ਔਰ ਮੇਰਾ ਖਿਆਲ ਹੈ ਕਿ ਗਾਲਬਨ ਇਸੇ ਵਜ੍ਹਾ ਤੋਂ ਬਾਈ ਬੀਜੀ ਇੱਥੇ ਪਹਿਲੇ ਸ਼ੁਰੂ ਹੋਈ, ਕਿਉਂਕਿ ਲੋਕਾਂ ਦੀ ਲੋੜ ਇਹ ਸੀ, ਲੋਕ ਜੰਗਲ ਦੇ ਸਿਰਫ ਜੰਗਲ ਦੀਆਂ ਛਾਵਾਂ ਤੋਂ ਆਪਣਾ ਗੁਜ਼ਾਰਾ ਨਹੀਂ ਸੀ ਕਰ ਸਕਦੇ। ਇਹ ਇੱਕ ਥਿਉਰੀ ਹੋਰ ਹੈ ਜਿਹੜੀ ਕਿ ਡਿਵੈਲਪ ਕੀਤੀ ਜਾਣੀ ਚਾਹੀਦੀ ਹੈ। ਅੱਛਾ ਜੀ, ਜਿਹੜੀਆਂ ਹੜੱਪੇ ਦੀਆਂ ਜਿਹੜੀਆਂ ਖੁਦਾਈਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਘੋੜੇ ਦਾ ਵੀ ਕੋਈ ਨਿਸ਼ਾਨ ਨਹੀਂ ਲੱਭਾ, ਉਹਦਾ ਵੀ ਖਿੱਚ ਖਿਚਾ ਕੇ ਅੱਜ ਕੱਲ੍ਹ ਕਹਿੰਦੇ ਨੇ ਵੀ ਫਲਾਣੀ ਜਗ੍ਹਾ 'ਤੇ ਘੋੜੇ ਦੇ ਨਿਸ਼ਾਨ ਮਿਲੇ ਨੇ, ਪਰ ਉਹ ਹੈ ਨਹੀਂ ਹੈ ਘੋੜੇ ਦੇ ਨਿਸ਼ਾਨ, ਪੂਰੀ ਜਿਹੜੀ ਹੈ ਘੋੜੇ ਦੀ ਕੋਈ ਹੋਣ ਦੀ ਕੋਈ ਸਬੂਤ ਨਹੀਂ ਮਿਲਿਆ ਪੂਰੀ ਜਿਹੜੀ ਹੈ ਉਹ ਇਸ ਦੇ ਵਿੱਚੋਂ। ਅੱਛਾ, ਘੋੜੇ ਦੇ ਨਾਲ ਇੱਕ ਗੱਲ ਮੈਂ ਹੋਰ ਵੀ ਕਰਦਾ ਜਾਵਾਂ, ਸ਼ਾਇਦ ਜਿਹੜੀ ਬਾਅਦ 'ਚ ਹੋਣੀ ਸੀ, ਚਲੋ ਹੁਣ ਹੀ ਕਰ ਲੈਂਦੇ ਹਾਂ, ਉਹ ਇਹ ਹੈਗੀ ਹੈ। ਪਹਿਲੇ ਤਾਂ ਮੈਂ
पहले तो मैं हाँ जी पहले तो मैं एक होर गल करना चाहूंगा वो है इब्ने अच्छा लेट मी गो बैक इत्थे सवाल जड़ा ये पैदा तुसीं ये सवाल चुक सकदे हो कि जे अगर हड़प्पे तहजीब वाले इन्ने एडवांस सन आर्यावां दे मुकाबले दे विच ते फिर आर्यावां ने उन्हां ते कब्जा किवें कर लिया एक एडवांस तहजीब दे लोकां दे उत्ते एक बैकवर्ड तहजीब ने कब्जा क्यों कर लिया ये सवाल जड़ा मेरे ज़हन दे विच भी बहुत साल रहा है और मेरा ख्याल है तुहाडे ज़हन दे विच अगर है तो जायज उदी मैं तुहानू उदे विच सिर्फ मैं होर गल्लां ते नहीं जांदा मैं सिर्फ तुहानू इब्ने खलदून की थियरी दसना है इब्ने खलदून की थियरी यह हैगी है तारीख दी कि एक तहजीब जिहड़ी अगे बहुत तरक्की कर जाती है जिहड़े घट तहजीब वाले जंगजू लोग होंदे ने वो उस तहजीब ते धावा करदे ने उस तहजीब दे उत्ते धावा करके काबज हो जाते हैं लेकिन हौली हौली वो उत्थों उस तहजीब वगरे हो जाते हैं। तुसी उहदी मिसाल देखो कि लोधी आए तो फलाना अफगानिस्तान तो लोग आए तो फिर मुगल आए वो हिंदुस्तान च आके हिंदुस्तानिया वगरे हो गए। वो इब्ने खलदून कहता है कि वो कुछ नस्लों तक मुकामी लोगों वगैरह हो जाते हैं फिर एक नवा ग्रोह जड़ा है वो जंगजुआ का घट डिवेलप इलाकों तो इन्हां ते हमला करता है जिहड़े ज़्यादा तहजीब दे विच अगे वधे हुए इलाके होंदे ने इन्हां दे उत्ते वो हमला करता है तो वो फिर भी उंजी हुंदा है कि वो फिर उन्हां लोगों वगैरह ही हो जाता है फिर एक वो सिलसिला तारीख का इब्ने खलदून कहता है कि इवें चलता है। ये जी इब्ने खलदून की ये जरा नजरिया तारीख का है ये साड़ी पंजाब की तारीख के उत्ते बहुत फुट पैंदा है। उसकी वजह यह है कि इस तो यह साबित होया कि जिहड़ी हड़प्पे की तहजीब सी वह बहुत अगूई सी और जिहड़े जंगजू बैकवर्ड लोग सन यानी आर्यनज उन्होंने ये ते हमला करके इत कब्जा किया। हूँ मैं तुम्हें वह भी दस दिना उदी की सबूत की हुई है उदा सबूत उदा की तारीख दाना दा की ख्याल है तारीख दाना दा ख्याल यह है कि जिहड़ा घोड़ा और रथ स्क्रूप्ड व्हील्स यानी बाहियां वाले पहिए दियां रथां ये जिहड़ियां ने ये सब तो पहले सेंट्रल एशिया दे विच बनियां सेंट्रल एशियन ने ये डिवेलप की ते घोड़ा ते स्पूक्ड व्हील जिहड़ी जिहड़े जिहड़ी रथां ने उन्हां दी जिहड़ी फासला डिस्टेंस नूं कवर करन दी जिहड़ी रफ्तार है वह बहुत तेज है। उहदा मुकाबला जिहड़े ने वह पैदल लोग या मझां दे उत्ते सफर करन वाले लोग नहीं कर सकते लिहाजा वो जिहड़ी इन्हां नूं कह जांदा है कि जिहड़ी इन्हां नूं एक टैक्निकल एडवांटेज है आर्यावां नूं सेंट्रल एशिया नूं उहदी वजह तो उन्होंने यूरोप वल भी फतह किया तो उन्होंने पंजाब नूं फतह किया। अच्छा लेकिन ये सानूं पता है कि जिहड़ी हिंदुस्तान दे विच लोकी जड़े ने उन्हां दे नाल वो किवें किवें होए। अच्छा जी जड़ी हड़प्पा ते मैरगढ़ दियां खुदाइयां तो पता लगा है वो ये भी पता लगा है कि जड़ी मैरगढ़ है उहदे विच कपाह दे निशान मिले कपाह इहदा मतलब है कपाह दे जिहड़ी सब तो पहले वरतों जिहड़ी है वो सब तो पहले मैरगढ़ दे विच सानू नज़र आउंदी है सो बाकी सारी दुनिया दे विच जिहड़ी है वो उत्थों गई है।
अच्छा खुदाइया तो यह भी पता लगा कि हड़प्पा विच कणक जौ मटर तिल दाला अलसी ते सरों उगाई जांदी सी ते उस जमाने तक उन्होंने कुत्ता बिल्ली निक्के सिंगां वाले ढगे मज गां सूर उठ कुकड़ बकरी भेड़ ते खोते जड़े ने ये पालतू बना ले हुए सन यानी किन्ने तरह के जानवर तुसी डोमेस्टिकेट कर ले ने इतों ही थोड़ी तहजीब की एडवांसमेंट का पता लगता है लेकिन यह है कि यह गल पक्की है कि इन्हों सारे ना तो घोड़ा है सी ते ना घोड़ा इतने डोमेस्टिकेट होया जिदी वजह तो उन्होंने बहुत वड्डा नुकसान होया। ठीक है जी ये तो हो गई हड़प्पे तहजीब दिया जिहड़ियां ने उदांत विच्चों की निकलिया वो है। अच्छा जी जो लोहा ईजाद हो गया तो फिर जेडे आर्यन सन उन्होंने हड़प्पा तहजीब के जेडे जिन्हां लोगों उन्होंने गुलाम बनाया सी उन्हां दी जानकारी तो फायदा उठाया। मतलब यह कि यह साबित है कि जेडी ज़राअत है जेडी एग्रीकल्चर है वह सिर्फ मुकामी लोग करते सी इत्थों दे हड़प्पे तहजीब के पुराने लोग जेडे ने अजे भी वह पिंडां दे विच दरियावां दे उत्ते जेड़ा वह मौजूद सन और वह वाही बीजी करते सन। ये जड़ी जड़े एरियंस आए आरिया आए ये इनू वाई बीजी बहुत घटिया काम समझते सन और ये समझते सन कि ये उन्हां लोकां दा काम है जड़े मजबूर कमी हुंदे ने या जड़े थले लग जाते हैं वो ये काम करते हैं। वो समझते सन कि जिहड़ियां गावां पालन दा जड़ा है गावां पालना और गालां गालां गावां चारना वो सब तो आइडियल काम है। इस वास्ते वो जिहड़ी ऋग्वेद के आखिरी जमाने विच जिहड़ा है उन्हें विश्वामित्र दे थ्रू वो एक कबीला मुकामी लोगों का है कि काकटा उहदे बारे च कहिंदा कि इन्हां नूं इह ते वाही बीजी करदे ने इन्हां नूं गावां दी की कदर है इन्हां नूं की पता गावां की ते मतलब उस तों पता लगता है कि जिहड़ी वाही बीजी सी और जिहड़ी फसलां उगाईआं सन वो मुकामी लोगों नूं ही आउंदियां सन और मुकामी लोगों दे कोलों ही जिहड़े आरिया आए उन्होंने जो सिक्ख्या उन्हां कोलों ही सिक्ख्या और उन्हां नूं ही वरत के उन्होंने गंगा जमुना नूं ही फिर आबाद किया। बाय द वे तुहानूं मैं इह भी दसदा जावां कि जिहड़ा एक हल वाया होया खेत है यानी ऐसा खेत जिस हल वाया गया हो ओदी सब तो पहली निशानी स्वाद विच मिली है। स्वाद विच एक क्लोड फील्ड जिहड़ा जिवें जिवें असीं अपने पिंडां च देखदे सन ढग्गियां नाल जिहड़ा वाया जांदा सी ओदी निशानी स्वाद विच मिली है। ते इह मेरा ख्याल है कि इह है और मेरा ख्याल है अज दी जिहड़ी क्लास है उहनूं इत्थे असीं रोकीए ते इत्थों तक जिहड़े सवाल उठे ने उहनां दे जवाब देईए। ते मैं चाहुंदा हां कि असीं तेज़ी नाल अगे वधीए पर ओह मतलब यार गल जिहड़ी आ ओह थोड़ी लंबी हो जांदी है पता नहीं क्यों हो जांदी है। अगली बार तो कोशिश करांगा कि जिहड़ी गल लंबी ना होवे ते फैक्ट्स ज़्यादा जल्दी जल्दी कवर हो। हाँ जी कोई सवाल दसो हम तुम हेलो जी हेलो सब खालिद महमूद बोल रहे हैं। मैं मैरीलैंड तो मैं लेट हो गया मेरे को थोड़ा प्रॉब्लम सी का मैं हड़प्पे के करीब ही पैदा होया है जी। हड़प्पे की तहजीब नू मैं को 5-6 दफा विजिट किया है और उथे कह के मेटल दी पट्टी भी है सी जी फर्नेस टाइप दी चीज बनी हुई सी उथे पता कि किन्नी बारी होया तबाह जिहड़ी फैक्चुअल पोजीशन है खालसा ओह ते हैगी है जिहड़ी खुदाइयां विच लभी है।
और उन्हों ही ऐसी बुनियाद मुन्ना है ऐसी स्पेक मैं तो जरा पहले क्या सी कि स्पेकुलेशन से नहीं जाना ऐसी एविडेंस से जाना तो वो एविडेंस जड़ी है वो ऐसी वो तुसी अपना मैं भी मेरा पिंड भी अपना खालसा कोई 30 मील दूर है हड़पे अपने हड़पे जी साइड तो ते अगर मैं एक बारी गया होते मैं बहुत ही बारी नहीं गया पर असि उस इलाके बल्कि मैं तुम एक होर एक दिलचस्प गल दसा कि मेरे पिंड के जेडे कब्रस्तान ने उत्थे जदों भी कबर पुटी जाती है उहदे थल्लियों पुराने सिक्के निकलदे ने और या घड़िया च पाई कणक लभदी है एक केड़ी जगह ते असर केड़ा पिंड है मेरा पिंड हैगा 65 वाल बुरजवाला अच्छा बुरजवाला मैं समझ गया हाँ जी बुरजवाला ना मेरा पिंड ते उत्थे बुरजवा जिथे बुरज है ना जी जी उत्थे कब्रिस्तान है ते जदों भी वो मैं याद है कि जदों भी वो कबर उत्थे पुट्टी जांदी सी ते थल्लों वो सिक्के मिलदे सी ते हुण मैनूं नहीं पता कि वो भी हड़प्पे तहजीब दे जमाने की कोई उत्थे बर्बाद शहर सी या पॉसिबिलिटी है पॉसिबिलिटी है लेकिन पता नहीं कि लोगों ने उन्हें फर्दर परसू क्यों नहीं किया अगर ऐसी किस्म की चीजें मिल दी थे वहां अंग्रेज चले गए ना वो ही करते सन ते हड़प्पे का भी तो प्रॉब्लम यह है ना कि हड़प्पे दी बहुत सारे जो नवादरात है जड़ी चीजा ने वो अंग्रेज लै गए ने नाल ना जी जड़ी बच गई सन वो पाकिस्तानी लै गए ने मेरे सामने लोगों ने लिया के इतने बेचिया ने ਜਿਹੜੇ ਕੰਸਟਰਕਸ਼ਨ ਦੇ ਉਹਨਾਂ ਦੇ ਰਿਮੇਨਸ ਨੇ ਉਹ ਤਾਂ ਖੈਰ ਹੈਗੇ ਨੇ ਯੂ ਉਹਨਾਂ ਦੇਖ ਸਕਦੇ ਕਿ ਕਿਸ ਤਰ੍ਹਾਂ ਸ਼ਹਿਰ ਬਣਿਆ ਸੀ ਮੰਡੀ ਬਣੀ ਸੀ ਸੜਕਾਂ ਬਣੀਆਂ ਸੀ ਸੀਵਿਚ ਸੀ ਸਾਰਾ ਉਹੀ ਇੱਕ ਬੇਸਿਕਲੀ ਚੀਜ਼ ਰਹਿ ਗਈ ਜਾਂ ਚੰਦ ਇੱਕ ਹੋਰ ਚੀਜ਼ਾਂ ਨੇ ਹਾਂਜੀ ਉਹ ਮੈਂ ਉਹ ਤੇ ਜੀ ਜਿਹੜਾ ਲੁੱਟ ਮਾਰ ਆ ਨਾ ਉਹ ਤੇ ਹੁਣ ਵੀ ਜਾ ਰਹੀ ਉਹ ਤੇ ਮੇਰੇ ਸਾਹਮਣੇ ਲਿਆ ਕੇ ਲੋਕਾਂ ਨੇ ਵੇਚੀਆਂ ਡਾਕਟਰ ਸਾਹਿਬ ਬਲਜਿੰਦਰ ਸੰਧੂ ਸਾਹਿਬ ਸਵਾਲ ਪੁੱਛਣਾ ਚਾਹੁੰਦੇ ਨੇ ਨਾ ਹੱਥ ਚੁੱਕਿਆ ਹਾਂਜੀ ਦੱਸੋ ਹੈਲੋ ਹਾਂਜੀ हेलो हाँ जी सर मैं ये क्वेश्चन करना सी थोड़े तो जिवें तुसी कह रहे हैगे हो भी जिहड़े आर्यन सी ओ सेंट्रल एशिया तो आए सी ते जिहड़े इधर वाले लोग हैगे सीगे पंजाब वाले ते ए इंडीजिनस सारे ते इत्थे पहला औरतां दा राज सी ते सर मेरा क्वेश्चन ये है थोनू के जो आर्यनस दी कन्फलिक्ट होई है इधर औरतों के नाल उस चीज का सर सबूत अपने को किन्ना क है ते जे सोसाइटी सारी उजड़ गई है ता उहदे कारण की हो सकते ने सर यही मेरा क्वेश्चन है थोड़े तो मैं तुहानू पहले सवाल का जवाब दे दिना वो ये है कि जेड़े मर्द आए बाहरों जेड़े बाहरों आए एरियंस पहली गल ते तुसी ये मन लो कि 1300 तो बीसी तो लैके 1500 बीसी दे विच सेंट्रल एशिया तो एक बहुत वड्डा मर्दां दा ग्रोह है जिन्हों असी आर्य कहते हैं हाँ जी एक तो तुसी ये मन लो अच्छा ये मर्द है ये भी जेनेटिक्स नाल साबित हो चुका है कि सिर्फ मर्द सन ठीक हाँ जी हाँ जी ते तीसरी गल ये हुई कि जे ये मर्द सन ते ये मुकामी ये इन्हां ने अपनी औलाद ਕਿੱਥੋਂ ਪੈਦਾ ਕੀਤੀ ਮੁਕਾਮੀ ਔਰਤਾਂ ਚੋਂ ਕੀਤੀ ਨਾ ਤੇ ਮੈਨੂੰ ਇਹ ਦੱਸੋ ਕਿ ਜਿਹੜਾ ਪੁਰਾਣਾ ਨਿਜ਼ਾਮ ਸੀਗਾ ਕਬਾਇਲੀ ਨਿਜ਼ਾਮ ਜਿਹੜਾ ਆਰੀਆਂ ਦਾ ਸੀ ਤੁਸੀਂ ਮੈਨੂੰ ਇਹ ਦੱਸੋ ਕਿ ਉਹਦੇ ਵਿੱਚ ਕਿਆ ਸੁਲਾ ਸਫਾਈ ਨਾਲ ਮੁਕਾਮੀ ਔਰਤਾਂ ਉਹਨਾਂ ਕੋਲ ਚਲੀ ਗਈਆਂ ਹੋਣ ਨਾ ਉਹਨਾਂ ਦੀ ਜ਼ਬਾਨ ਜਾਣਦੀਆਂ ਜਾਣਦੀਆਂ ਨੇ ਨਾ ਉਹਨਾਂ ਦੀ ਰਹਿਤ ਜਾਣਦੀਆਂ ਨੇ ਠੀਕ ਤੇ ਕਿਆ ਮਰਜ਼ੀ ਨਾਲ ਚਲੀਆਂ ਗਈਆਂ ਹੋਣ ਇਹਦਾ ਮਤਲਬ ਹੈ ਕਿ ਜਿਹੜੀ ਕਿਹਾ ਵੀ ਜਾਂਦਾ ਹੈ ਕਿ ਇਹ ਉਹਨਾਂ ਨੇ ਆਪਣਾ ਧਾਵੇ ਨਾਲ ਹਮਲੇ ਦੇ ਨਾਲ ਉਹਨਾਂ ਨੇ ਮੁਕਾਮੀ ਔਰਤਾਂ ਨੂੰ ਚੁੱਕਿਆ ਔਰ ਮੈਂ ਅਰਜ਼ ਕੀਤੀ ਸੀ ਕਿ ਅਗਰ ਤੁਸੀਂ ਵਿਆਹ ਦੀ ਪੂਰੀ ਰਸਮ ਦੇਖੋ ਨਾ ਤੇ ਵਿਆਹ ਦੀ ਪੂਰੀ ਰਸਮ ਤੋਂ ਪਤਾ ਲੱਗਦਾ ਹੈ ਕਿ ਇਹ ਧਾਵੇ ਦਾ ਸਿਸਟਮ ਹੈ ਪਿਛਲਾ ਲੈਕਚਰ ਤੁਸੀਂ ਸੁਣਿਆ ਸੀਗਾ ਨਹੀਂ ਸਰ ਪਿਛਲਾ ਨਹੀਂ ਬਸ ਮੈਂ ਹੀਰ ਪੜ੍ਹੀ ਹੈ ਉਹਦੇ ਵਿੱਚ ਹੈਗੇ ਨੇ ਸਰ ਜਿਵੇਂ ਤੁਸੀਂ ਨਹੀਂ 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 ਹੀਰ ਬਹੁਤ ਬਾਅਦ ਦੀ ਤਹਿਰੀਰ ਹੈ ਸ਼ਬਾਸ਼ ਸਾਹਿਬ
ਜੀ ਸ਼ਬਾਸ਼ ਸਰ ਲੈਕਚਰ ਤੇ ਬੜਾ ਬੜਾ ਚੰਗਾ ਲੈਕਚਰ ਹੈ ਬੜੀ ਮਤਲਬ ਬੜੇ ਗੱਲਾਂ ਦਾ ਪਤਾ ਲੱਗਿਆ ਤੇ ਮੈਂ ਇਹ ਸਰ ਪੁੱਛਣਾ ਚਾਹ ਰਿਹਾ ਕਿ ਮੈਂ ਪਿਛਲਾ ਲੈਕਚਰ ਨਹੀਂ ਸੁਣ ਸਕਿਆ ਸ਼ਾਇਦ ਤੁਸੀਂ ਉਹਦੇ ਵਿੱਚ ਗੱਲ ਕੀਤੀ ਹੋਵੇ ਕਿ ਅਸੀਂ ਮਤਲਬ ਦ੍ਰਾਵਿੜ ਦੋਗਾਂ ਦੇ ਬਾਰੇ 'ਚ ਵੀ ਅਸੀਂ ਪੜ੍ਹਨੇ ਹਾਂ ਕਿ ਦ੍ਰਾਵਿੜ ਤਹਿਜ਼ੀਬ ਵੀ ਇੱਥੇ ਮੌਜੂਦ ਸੀ ਤੇ ਅਗਰ ਇੱਥੇ ਤਹਿਜ਼ੀਬ ਦ੍ਰਾਵਿੜ ਲੋਕ ਇੱਥੇ ਮੌਜੂਦ ਸਨ ਦ੍ਰਾਵੜੀ ਉਹ ਦ੍ਰਾਵੜੀ ਲੋਕ ਫਿਰ ਜੇ ਅਗਰ ਅਸੀਂ ਇਹ ਇਸ ਮਤਲਬ ਚੁਰੀ ਨੂੰ ਮੰਨੀਏ ਕਿ ਜਿਹੜੇ ਬਾਹਰੋਂ ਆਏ ਆਰੀਅਨਸ ਆਏ ਬਾਹਰੋਂ ਫਿਰ ਉਹ ਦ੍ਰਾਵਿੜ ਜਿਹੜੇ ਨੇ ਉਹ ਕਿੱਧਰ ਚਲੇ ਗਏ ਉਹ ਹਿੰਦੁਸਤਾਨ 'ਚ ਰਹੇ ਜਾਂ ਹਿੰਦੁਸਤਾਨ 'ਚੋਂ ਬਾਹਰ ਮਤਲਬ ਨਿਕਲਣਾ ਪਿਆ ਕਿਸ ਤਰ੍ਹਾਂ ਮਤਲਬ ਉਹਨਾਂ ਦਾ ਫਿਰ ਚੱਲ ਚਲੋ ਜਿਹੜਾ ਅੱਗੇ ਵਧਿਆ ਅਗਰ ਉਹ ਮੌਜੂਦ ਨੇ ਅੱਜ ਉਹ ਕਿਹੜੇ ਕਬੀਲਿਆਂ ਦੀ ਸ਼ਕਲ ਜਾਂ ਕਿਹੜੀ ਬਰਾਦਰੀ ਦੀ ਸ਼ਕਲ ਦੇ ਵਿੱਚ ਮੌਜੂਦ ਇਹ ਥੋੜ੍ਹੀ ਸਰ ਰੋਸ਼ਨੀ ਪਾ ਗੱਲ ਇਹ ਹੈਗੀ ਹੈ ਕਿ ਮੈਂ ਪਿਛਲੇ ਲੈਕਚਰ ਦੇ ਵਿੱਚ ਵੀ ਦਰਾਵਣਾਂ ਦੇ ਬਾਰੇ 'ਚ ਗੱਲ ਕੀਤੀ ਸੀ ਤੁਸੀਂ ਉਹ ਲੈਕਚਰ ਵੀ ਜ਼ਰੂਰ ਸੁਣ ਲੈਣਾ ਉਹਦੇ ਵਿੱਚ ਵੀ ਮੈਂ ਕਿਹਾ ਮੈਂ ਦੁਹਰਾ ਦਿੰਦਾ ਕਿ ਦਰਾਵਣਾਂ ਦੇ ਇਹ ਵੀ ਇੱਕ ਮਿੱਥ ਹੈ ਖਿਆਲੀ ਕਹਾਣੀ ਹੈ ਕਿ ਇਹ ਇੱਥੇ ਬੁਨਿਆਦੀ ਤੌਰ 'ਤੇ ਦਰਾਵਣ ਲੋਕ ਰਹਿੰਦੇ ਸਨ ਜਿਨ੍ਹਾਂ ਨੂੰ ਧੱਕ ਕੇ ਆਰੀਆਵਾਂ ਨੇ ਸਾਊਥ ਵੱਲ ਕਰ ਦਿੱਤਾ ਇਹ ਕਹਾਣੀ ਗਲਤ ਹੈ ਦਰਾਵਣਾਂ ਦੇ ਇੱਥੇ ਹੋਣ ਦਾ ਕੋਈ ਨਿਸ਼ਾਨ ਨਹੀਂ ਮਿਲਦਾ ਮਿਸਾਲ ਦੇ ਤੌਰ ਦੇ ਉੱਤੇ ਜਿਵੇਂ ਪ੍ਰੋਫੈਸਰ ਮਾਈਕਲ ਵੁਲਟਸ ਕਹਿੰਦਾ ਹੈ ਕਿ ਪਹਿਲੇ ਜਿਹੜੇ ਹਜ਼ਾਰ ਸਾਲ ਨੇ ਰਿਗਵੇਦ ਦੇ ਪਹਿਲਾ ਪੀਰੀਅਡ ਜਿਹੜਾ ਉਹਦੇ ਵਿੱਚ ਦਰਾਵੜੀ ਜ਼ਬਾਨ ਦਾ ਕੋਈ ਲਫ਼ਜ਼ ਨਹੀਂ ਆਉਂਦਾ ਜਿਹੜੇ ਹਜ਼ਾਰ ਸਾਲ ਤੋਂ ਬਾਅਦ ਦੀ ਜਿਹੜੀ ਲਿਖਤ ਹੈ ਉਹਦੇ ਵਿੱਚ ਤੁਹਾਨੂੰ ਦਰਾਵੜੀ ਲਫ਼ਜ਼ ਨਜ਼ਰ ਆਉਂਦੇ ਨੇ ਔਰ ਇਹਦਾ ਮਤਲਬ ਹੈ ਕਿ ਪੰਜਾਬ ਵਿੱਚ ਜਦੋਂ ਆਏ ਤੇ ਦਰਾਵੜੀ ਜ਼ਬਾਨ ਇੱਥੇ ਨਹੀਂ ਸੀ ਆਈ ਦੂਜੀ ਉਹ ਇਹ ਕਹਿੰਦੇ ਨੇ ਕਿ ਜੀ ਦਰਾਵੜ ਜਿਹੜੇ ਨੇ ਉਹਨਾਂ ਦੇ ਕੁਛ ਟੋਲੇ ਜਿਹੜੇ ਨੇ ਉਹ ਈਰਾਨ ਤੋਂ ਸਿੰਧ ਦੇ ਰਸਤੇ ਪੰਜਾਬ ਵਿੱਚ ਆਏ ਔਰ ਪੰਜਾਬ ਤੋਂ ਫਿਰ ਉਹ ਇੱਥੇ ਟਿਕੇ ਨਹੀਂ ਔਰ ਇੱਥੋਂ ਉਹ ਅੱਗੇ ਚਲੇ ਗਏ ਅੱਛਾ ਇੱਕ ਗੱਲ ਦੋ ਗੱਲਾਂ ਹੋ ਗਈਆਂ ਤੀਸਰੀ ਗੱਲ ਇਹ ਹੈਗੀ ਆ ਕਿ ਮੈਂ ਆਪਣੀ ਡਿਕਸ਼ਨਰੀ ਵਿੱਚ ਔਰ ਜਿਹੜੀ ਮੇਰੀ ਕਿਤਾਬ ਹੈਗੀ ਹੈ ਲਿੰਗੁਇਸਟਿਕ ਪੋਲੀਸ ਆਫ ਦਾ ਪੰਜਾਬ ਉਹਦੇ ਵਿੱਚ ਮੈਂ ਕਈ ਬੁਨਿਆਦੀ ਜਿਹੜੀ ਐਲੀਮੈਂਟਰੀ ਸ਼ਾਵਾਂ ਨੇ ਸਮਾਜ ਦੇ ਵਿੱਚ ਵਰਤੀਆਂ ਜਾਂਦੀਆਂ ਉਹਨਾਂ ਦੇ ਟੇਬਲਸ ਦਿੱਤੇ ਨੇ ਕਿ ਪੰਜਾਬੀ ਦੇ ਵਿੱਚ ਇੱਕ ਚੀਜ਼ ਨੂੰ ਕੀ ਕਿਹਾ ਜਾਂਦਾ ਹੈ ਅਤੇ ਆਪਣਾ ਸੰਸਕ੍ਰਿਤ 'ਚ ਕੀ ਕਿਹਾ ਜਾਂਦਾ ਹੈ ਸਿੰਧੀ 'ਚ ਕੀ ਕਿਹਾ ਜਾਂਦਾ ਅਤੇ ਤਾਮਿਲ 'ਚ ਕੀ ਕਿਹਾ ਜਾਂਦਾ ਤਾਮਿਲ ਜਿਹੜੀ ਹੈ ਉਹਦਾ ਕੋਈ ਲਫ਼ਜ਼ ਇੱਕ ਲਫ਼ਜ਼ ਵੀ ਮੁੱਢਲਾ ਪੰਜਾਬੀ ਦੇ ਨਾਲ ਨਹੀਂ ਮਿਲਦਾ ਇੱਕ ਲਫ਼ਜ਼ ਵੀ ਇਸ ਵਾਸਤੇ ਜਿਹੜਾ ਮਾਈਕਲ ਵੁਲਟਸ ਹੈ ਉਹ ਇਹ ਕਹਿਣ 'ਚ ਹੱਕ ਵੀ ਜਾਣਬ ਹੈ ਕਿ ਕੀ ਜਿਹੜੇ ਜੇ ਇਹ ਪੂਰੇ ਜਿਹੜੇ ਜਿਹੜੇ ਡ੍ਰੇਵਿਡੀਅਨ ਸਨ ਅਗਰ ਇਹੋ ਹੀ ਇੱਥੋਂ ਦੇ ਲੋਕ ਸਨ ਤੇ ਇਹਨਾਂ ਦਾ ਕੋਈ ਨਿਸ਼ਾਨ ਕਿਉਂ ਨਹੀਂ ਮਿਲਦਾ ਉਹਨਾਂ ਦਾ ਕੋਈ ਵੀ ਨਿਸ਼ਾਨ ਨਹੀਂ ਇਸ ਤਹਿਜ਼ੀਬ ਦੇ ਵਿੱਚ ਮਿਲਦਾ ਇਹਦਾ ਮਤਲਬ ਹੈ ਕਿ ਇਹ ਵੀ ਇੱਕ ਬਣਾਈ ਹੋਈ ਕਹਾਣੀ ਸੀ ਅਸਲ ਗੱਲ ਇਹ ਹੈਗੀ ਹੈ ਕਿ ਕੋਈ ਇਸ ਗੱਲ ਨੂੰ ਨਹੀਂ ਸੀ ਮੰਨਣਾ ਚਾਹੁੰਦਾ ਕਿ ਜਿਹੜੇ ਹੜੱਪੇ ਤਹਿਜ਼ੀਬ ਦੇ ਲੋਕ ਸਨ ਉਹ ਆਰੀਆਵਾਂ ਦੇ ਆਉਣ ਤੋਂ ਬਾਅਦ ਵੀ ਮੌਜੂਦ ਸਨ ਵਾਈ ਬੀ ਜੀ ਕਰਦੇ ਸਨ ਉਹਨਾਂ ਦੀਆਂ ਆਪਣੀਆਂ ਰਾਜਧਾਨੀਆਂ ਸਨ ਔਰ ਵਗੈਰਾ ਵਗੈਰਾ ਤੇ ਤਾਜ਼ਾ ਇਹ ਜਿਹੜੀ ਹੜੱਪੇ ਤਹਿਜ਼ੀਬ ਦੇ ਲੋਕਾਂ ਦੀ ਜਿਹੜੀ ਕੰਟੀਨਿਊਟੀ ਹੈ ਉਹਨੂੰ ਮੁੱਕੀ ਨਹੀਂ ਆਰੀਆਵਾਂ ਦੇ ਨਾਲ ਆਰੀਆਵਾਂ ਨੇ ਇੱਕ ਹਿੱਸੇ ਨੂੰ ਮੁਤਾਸਰ ਕੀਤਾ ਇਸ ਸਮਾਜ ਦੇ ਲੇਕਿਨ ਉਹਨਾਂ ਨੇ ਕੁਛ ਇਹ ਪੁਰਾਣੀ ਥਿਰੀ ਹੋ ਗਈ ਹੈ ਕਿ ਦਰਾਵੜ ਸਨ ਦਰਾਵੜ ਨਹੀਂ ਸਨ ਹੈਗੇ ਇੱਥੇ ਇੱਥੋਂ ਦੇ ਹੀ ਲੋਕ ਸਨ ਹਾਂਜੀ ਹੋਰ ਕੋਈ ਸਵਾਲ ਜੀ ਰਫੀ ਸਾਹਿਬ ਸਵਾਲ ਪੁੱਛਣਾ ਚਾਹੁੰਦੇ ਨੇ ਰਫੀ ਸਾਹਿਬ ਹਾਂਜੀ ਰਫੀ ਸਾਹਿਬ ਹਾਂਜੀ ਇਹ ਦੱਸੋ ਕਿ ਹਿੰਦੂਆਂ ਦੀਆਂ ਜਿਹੜੀਆਂ ਮਜ਼ਹਬੀ ਕਿਤਾਬਾਂ 'ਚ ਉਹ ਉਹਨਾਂ ਲੋਕਾਂ ਨੇ ਆਪਣੇ ਆਪ ਨੂੰ ਕੀ ਨਾਂ ਲੈਂਦੇ ਸਨ ਅਤੇ ਦੂਸਰਾ ਸਵਾਲ ਮੇਰਾ ਇਹ ਹੈ ਕਿ ਆਰੀਅਨ ਦਾ ਲਫ਼ਜ਼ ਦੀ ਓਰਿਜਿਨ ਕੀ ਹੈ ਅਤੇ ਸਭ ਤੋਂ ਪਹਿਲੇ ਕਿਹਨੇ ਰੈਫਰੈਂਸ ਦਿੱਤਾ ਸੀ ਕਿ ਇੱਥੇ ਆਰੀਅਨ ਆਏ ਸਨ ਬਸ ਦੇਖੋ ਜੀ ਜਿਹੜੀ ਰਿਸਰਚ ਹੈ ਨਾ ਜਿਹੜੀ ਮੈਂ ਦੇਖੀ ਆ ਹੁਣ ਤੱਕ ਉਹਦੇ ਵਿੱਚ ਮੈਂ ਇਸ ਲਫ਼ਜ਼ 'ਤੇ ਨਹੀਂ ਵੈਸੇ ਗੌਰ ਕੀਤਾ ਅਫਸੋਸ ਹੈ ਕਰਨਾ ਚਾਹੀਦਾ ਸੀ ਲੇਕਿਨ ਇੱਕ ਗਰੋਹ ਦਾ ਆਉਣਾ ਸੈਂਟਰਲ ਏਸ਼ੀਆ ਤੋਂ ਜਿਹਨੂੰ ਕਿ ਆਰੀਆ ਦਾ ਨਾਂ ਦਿੱਤਾ ਗਿਆ ਉਹ ਤੇ ਜਨੈਟਿਕਸ ਨਾਲ ਵੀ ਸਾਬਤ ਹੋ ਗਿਆ ਅਤੇ ਹੋਰ ਵੀ ਉਹਦੇ ਸਬੂਤ ਮਿਲ ਗਏ ਠੀਕ ਹੈ ਜੀ
लेकिन इन्हों आरिया का लफ्ज पहली बार किने दिता इस बारे च मैं अगले लैक्चर दसांगा इस ते मैं कुछ रिसर्च करांगा फिर मैं इस लफ्ज ते नहीं वैसे इन्ना गौर किया हिंदू अपने आप नो किंज रेफर करदे सन जिथो तक जो लेटर हिंदू ने ऋग्वेद अपने आप आरिया नहीं कहते कम अज कम ऋग्वेद मौजूद नहीं है ऋग्वेद अपने आप आइडेंटिफाई करते ने अपने अपने गॉड्स के नाम मसल इंद्र के नाम आरिया नहीं वो अपने आप लेकिन मेरा ख्याल है कि आरिया जरा मतलब पाक साहब है और एक गल बाद ने लफ्ज वरतना शुरू किया है लेकिन मैं एग्जैक्टली दसांगा अगली बारी कि कदों हुआ है इस्तेमाल नुमान असद साहब सवाल पूछना चाहते हैं जी जी सर जी मेरा क्वेश्चन इस चीज के बारे में कि असि इकोनॉमिक एस्पेक्ट ते सी डिस्कस कर रहे हैं कि आरियन आ गए कोई उस दे विच रिलीजन दा भी उस दौर दे विच कोई रोला सी कि उधर भी या जिस टाइम पहुंच गए नहीं थे कोई रिलीजियस बेस्ड कॉन्फ्लिक्ट भी होया लोकल्स दे दरमियान ते आरियन दे दरमियान हां जी बिल्कुल दोहां दा रिलीजन और दोहां दी फिलॉसफी जेड़ी है वो वक्री वक्री सी और इहदा कुछ जिक्र अगले लैक्चर च आएगा लेकिन इस जेड़ी पूरी तफसील है कि जिहड़े हड़प्पे तहजीब के लोग सन उन्हां दी फिलासफी की सी और आरियावां दी फिलासफी की सी इहदे उत्ते पूरी जिहड़ी 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 है ना डिस्कशन उह तकरीबन इस क्लास दे आखिरी लैक्चरां च आएगी उहदे उत्ते मैं पूरी तरह जिहड़ी तुहानूं दस्सांगा कि की सी हाँ जी शगुप्ता जी जी कौसर बाजवा साहब पहले हाथ खड़ा कीता जी अच्छा जी कौसर बाजवा साहब जी जनाब डॉक्टर साहब मैं एक किते पढ़िया है कि जेडे पंजाब विच लोग आके इत्थे दे वासी बने ओ स्किथियन कहलांदे सन देयर वाज ए प्लेस इन द ईस्टर्न यूरोप जिन स्किथिया कहा जांदा सी ये किते तक सही है नहीं जेडे जेडे स्किथियन सन ओ भी सेंट्रल एशिया तो ही गए सन अच्छा हां ओ भी सेंट्रल एशिया तो ही गए सन ते जेडे पंजाब विच आए ओ भी सेंट्रल एशिया तो आए सो उन्होंने विच एक सांझ सी जी सर साइटन बहुत बार आए ने डॉक्टर साहब स्किथियंस खुद नहीं आए उठो चल के यूरोप हां जी तुसी जी शगुप्ता जी अपना माइक ऑन करो शगुप्ता जी तुहाडी आवाज नहीं आ रही माइक ऑन करो अनम्यूट करो चलो वो अनम्यूट कर रहे नहीं इस दौरान अगर किसी होर दा कोई सवाल है तो कर लो हो गया जी आवाज आ रही हाँ जी दसो हाँ जी डॉक्टर साहब मैं पूछना चाह रही सा कि जिस तरह तुसी दस्या कि अपने पशु पाल जड़े आए ते इना ए एक तरह दा इना ने आके एक हमलावर तरीके दे नाल ही आए ते उही साडे रस्मो रवाजा च कई चीजा नजर आंदियां ते इन्ने साल गुजरन तो बाद भी अगर असीं अपने सब कॉन्टीनेंट दा देखिए ते हले भी ओ रस्मो रवाज ते साडे उसने ही चलदे पए ने ते की असीं ये समझिए कि ए ओही चीजां ही अगे तक आ रहियां ने साडे नहीं 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 हां जी ए है कि जदों ओ आए जी ते जिहड़े एक्चुअली अमल हुंदे सन जी जी मतलब उस वेले जिहड़ी मिसाल दे तौर ते जनानी जिहड़ी है हां जी ओनू जिवें आरिया चुकदे सन जी जी ਉਹ ਤੇ ਇੱਕ ਅਮਲੀ ਸ਼ਕਲ ਸੀ ਨਾ ਹਾਂਜੀ ਹਾਂਜੀ ਹੌਲੀ ਹੌਲੀ ਜਦੋਂ ਆਪਣਾ ਉਹ ਦੋਵਾਂ ਦੀ ਆਪਸ ਦੇ ਵਿੱਚ ਰਹਿਣ ਸਹਿਣ ਹੋ ਗਿਆ ਤੇ ਫਿਰ ਉਹ ਹੀ ਜਿਸ ਤਰ੍ਹਾਂ ਆਰੀ ਆ ਕੇ ਚੁੱਕਦੇ ਸਨ ਉਹਨਾਂ ਨੂੰ ਰਸਮਾਂ ਬਣਾ ਦਿੱਤਾ ਗਿਆ ਮਿਸਾਲ ਦੇ ਤੌਰ ਦੇ ਉੱਤੇ ਮੈਂ ਪਿਛਲੇ ਲੈਕਚਰ 'ਚ ਵੀ ਕਿਹਾ ਸੀ ਕਿ ਬਈ ਜਦੋਂ ਉਹ ਆਉਂਦੇ ਸਨ ਤੇ ਜਿਹੜੀ ਸਾਡੇ ਹਾਂ ਜਿਹੜੀ ਬਰਾਤ ਨੂੰ ਰੋਕਣ ਵਾਲਾ ਬਰਾਤ ਨੂੰ ਰੋਕਣ ਵਾਲਾ ਜਾਂ ਇਹ ਹੈ ਕਿ ਜਿਹੜੀਆਂ ਬਰਾਤ ਨੂੰ ਸਿੱਛਣੀਆਂ ਦਿੱਤੀਆਂ ਜਾਂਦੀਆਂ ਨੇ ਗਾਲਾਂ ਕੱਢੀਆਂ ਜਾਂਦੀਆਂ ਨੇ ਜੀ ਜੀ ਉਹਨਾਂ ਤੋਂ ਇਹ ਸਾਬਤ ਹੁੰਦਾ ਕਿ ਹੋਸਟਿਲਿਟੀ ਹੈ ਜਿਹੜੀ ਕੁੜੀ ਵਾਲਿਆਂ ਦੀ ਔਰ ਮੁੰਡੇ ਔਰ ਵਿਆਹ ਕਰਨ ਆਉਣ ਵਾਲਿਆਂ ਦੀ
ਉਹਨਾਂ ਦੇ ਵਿੱਚ ਐਨੀਮੀ ਦਾ ਰਿਸ਼ਤਾ ਹੈ, ਉਹਨਾਂ ਦੇ ਵਿੱਚ ਦੋਸਤ ਦਾ ਨਹੀਂ ਹੈਗਾ। ਲੇਕਿਨ ਇਹ ਹੈ ਕਿ ਜਦੋਂ ਆਰੀਆ ਆਏ ਉਦੋਂ ਤਾਂ ਇਹ ਐਕਚੁਅਲੀ ਹੋ ਰਿਹਾ ਸੀ, ਫਿਰ ਬਾਅਦ ਦੇ ਵਿੱਚ ਰਸਮਾਂ ਬਣ ਗਈਆਂ। ਕਿਉਂਕਿ ਇੰਝ ਹੀ ਹੁੰਦਾ ਨਾ, ਜਿਹੜੀ ਇੱਕ ਅਸਲੀ ਚੀਜ਼ ਹੁੰਦੀ ਹੈ ਉਹ ਆਪਣੇ ਅਗਲੇ ਜ਼ਮਾਨੇ ਜਾ ਕੇ ਉਹ ਰਸਮਾਂ ਦੇ ਵਿੱਚ ਸਾਰਾ ਸ਼ੁਰੂ ਹੁੰਦੀ ਹੈ। ਇਸੇ ਵਾਸਤੇ ਜਿਹੜੀਆਂ ਰਸਮਾਂ ਨੇ ਉਹਨਾਂ ਨੂੰ ਬਹੁਤ ਗੌਰ ਨਾਲ ਵੇਖਣਾ ਚਾਹੀਦਾ, ਕਿਉਂਕਿ ਰਸਮਾਂ ਦੇ ਜ਼ਰੀਏ ਵੀ ਸਾਨੂੰ ਪੁਰਾਣੇ ਜ਼ਮਾਨੇ ਦਾ ਪਤਾ ਲੱਗਦਾ ਕਿ ਇਹਦੇ ਪਿੱਛੇ ਕੀ ਹੋਇਆ। ਸ਼ਿਰਾਜ਼ੀ ਸਾਹਿਬ ਗਾਲਿਬਨ ਸਵਾਲ ਪੁੱਛਣਾ ਚਾਹੁੰਦੇ, ਸ਼ਿਰਾਜ਼ੀ ਸਾਹਿਬ ਤੁਹਾਡੇ ਕੋਲ ਹੈ ਕੋਈ ਸਵਾਲ? ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛੋ। ਸ਼ਿਰਾਜ਼ੀ ਸਾਹਿਬ ਤੇ ਦਿਸ ਹੀ ਨਹੀਂ ਰਹੇ ਜੀ, ਮੌਜੂਦ ਸਨ ਲੇਕਿਨ ਫਿਲਹਾਲ ਨਜ਼ਰ ਨਹੀਂ ਆ ਰਹੇ। ਹਾਂ ਨਹੀਂ ਨਜ਼ਰ ਆ ਰਹੇ, ਜਦੋਂ ਤੱਕ ਅਸੀਂ ਵੇਟ ਕਰਨੇ ਆ ਕੋਈ ਹੋਰ ਸਾਹਿਬ ਪੁੱਛਣਾ ਚਾਹੁੰਦੇ ਪੁੱਛ ਲੈਣਗੇ। ਸਰ ਮੇਰੀ ਇੱਕ ਛੋਟੀ ਜਿਹੀ ਕਨਫਿਊਜ਼ਨ ਸੀ ਕਿ ਸੈਂਟਰਲ ਏਸ਼ੀਆ ਦੇ ਵਿੱਚੋਂ ਤੇ ਆਰੀਅਨਸ ਆ ਗਏ ਤੇ ਈਰਾਨ ਦੇ ਵਿੱਚੋਂ ਜਿਹੜੇ ਮਹਿਰਗੜ੍ਹ ਦੀ ਤਰਫ ਲੋਕ ਆਏ ਉਹਨਾਂ ਦੇ ਬਾਰੇ ਥੋੜੀ ਜਿਹੀ ਉਹਨਾਂ ਦੇ ਅਗਰ ਚਾਨਣ ਪਾਓ ਤੇ ਸਰ ਬਹੁਤ ਸ਼ੁਕਰ। ਮੈਨੂੰ ਕਨਫਿਊਜ਼ਨ ਹੋ ਰਹੀ ਥੋੜੀ ਇਸ ਬਾਰੇ ਚ। ਨਹੀਂ ਨਹੀਂ ਉਹ ਜਦੋਂ ਜਿਹੜੀ ਉਹਨਾਂ ਨੇ ਜਿਹੜੀ ਜੈਨੇਟਿਕਸ ਦੇ ਨਾਲ ਸਟੱਡੀ ਕੀਤੀ ਹੈ ਨਾ ਜੀ ਜੀ ਸਰ, ਉਹਨਾਂ ਨੇ ਜਿਹੜੀ ਮਹਿਰਗੜ੍ਹ ਦੇ ਵਿੱਚ ਜਿਹੜੇ ਜੀਨਸ ਮਿਲੇ ਨੇ ਉਹਨਾਂ ਨੂੰ ਉਹ ਦੋ ਤਰ੍ਹਾਂ ਦੇ ਜੀਨਸ ਮਿਲੇ ਨੇ। ਇੱਕ ਤੇ ਉਹ ਮਿਲੇ ਜਿਹੜੇ ਕਿ 70,000 ਜਾਂ 65,000 ਸਾਲ ਪਹਿਲੇ ਵਾਲੇ ਲੋਕਾਂ ਦੇ ਸਨ, ਦੂਜੇ ਉਹਨਾਂ ਨੂੰ ਇੱਕ ਦੂਜੇ ਗਰੁੱਪ ਦੇ ਜੀਨਸ ਮਿਲੇ, ਔਰ ਉਹਨਾਂ ਉਹ ਜੀਨਸ ਜਿਹੜੇ ਨੇ ਉਹ ਈਰਾਨ ਦੇ ਜ਼ਾਗਰੋਸ ਦੇ ਇਲਾਕੇ ਦੇ ਨਾਲ ਉਹਨਾਂ ਨੇ ਲਿੰਕ ਕੀਤੇ, ਮਤਲਬ ਜਿਹੜੇ ਜ਼ਾਗਰੋਸ ਦੇ ਵਿੱਚ ਜੀਨਸ ਸਨ ਉਹ ਇੱਥੇ ਸਨ। ਸੋ ਇਸ ਤੋਂ ਉਹਨਾਂ ਨੇ ਕੰਕਲੂਜਨ ਕੱਢਿਆ ਕਿ ਜ਼ਾਗਰੋਸ ਤੋਂ ਇਹ ਇੱਕ ਹੋਰ ਕਬੀਲਾ ਜਿਹੜਾ ਲੋਕ ਜਿਹੜੇ ਨੇ ਇਹ ਆ ਕੇ ਲੜੇ ਅਫਰੀਕਾ ਤੋਂ ਆਉਣ ਵਾਲੇ ਨੇ, ਉਹ ਕਿਸੇ ਹੋਰ ਰਸਤੇ ਆਏ ਹੋਣਗੇ। ਤੇ ਇਹਨਾਂ ਦਾ ਆਉਣ ਦਾ ਟਾਈਮ ਵੀ ਸਰ ਜਿਹੜਾ ਉਹ ਆਰੀਅਨਸ ਤੋਂ ਬਾਅਦ ਹੈ? ਹਾਂਜੀ ਨਹੀਂ 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 ਆਰੀਅਨਸ ਤੋਂ ਬਹੁਤ ਪਹਿਲੇ ਦਾ ਜੀ, ਆਰੀਅਨਸ ਤੇ ਆਏ ਨੇ 1300-1500 ਤੇ ਉਹ ਤੇ ਆ ਚੁੱਕੇ ਸਨ। ਇਹ ਤਾਂ ਅਸੀਂ ਤੇ ਗੱਲ ਕਰ ਰਹੇ 7000 BC ਦੀ। ਠੀਕ ਹੋ ਗਿਆ ਠੀਕ। ਡਾਕਟਰ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਖਾਲਸ ਸਾਹਿਬ ਜਿਹੜੇ ਰਿਅਲਟਰ ਨੇ ਜੀ ਜੀ। ਡਾਕਟਰ ਸਾਹਿਬ ਪਿਛਲੇ ਦਿਨਾਂ 'ਚ ਮੇਰਾ ਇੱਕ ਇਰਾਨੀ ਸ਼ਾਦੀ ਦੇ ਨਾਲ ਵਾਹ ਪਿਆ ਦੇਖਣੀ ਪਈ, ਔਰ ਉਹਨਾਂ ਦੀ ਇੱਕ ਰਸਮ ਹੈ ਸੁਫਰੇ ਜਿਹੜੀ ਕਹਿੰਦੇ ਨੇ ਕਿ 3000 ਸਾਲ ਪੁਰਾਣੀ ਹੈ, ਔਰ ਉਹ ਬੜੀ ਔਰਗਨਾਈਜ਼ਡ ਹੈ ਜਿਹਦੇ 'ਚ ਆਪਣੇ ਨਿਕਾਹ ਔਰ ਫਲਾਨਾ ਕਰਦੇ। ਅਤੇ ਉਹ ਇਰਾਨੀਅਨ ਤਹਿਜ਼ੀਬ ਜਿਹੜੀ ਸੀ ਉਹਦਾ ਕੀ ਬੈਕਗਰਾਊਂਡ, ਸਾਡਾ ਉਹਦੇ ਨਾਲ ਕੀ ਤਾਲੁਕ ਹੈ? ਸਾਡਾ ਤਾਲੁਕ ਤਾਂ ਜਿਹੜਾ ਹੈ ਉਹ 11th-12th ਸਦੀ ਤੋਂ ਬਾਅਦ ਉਹਨਾਂ ਨਾਲ ਪੈਦਾ ਹੋਇਆ ਨਾ, ਕਿਉਂਕਿ ਇਰਾਨੀ ਜਿਹੜੇ ਨੇ ਉਹ ਉਦੋਂ ਹੀ ਇਫੈਕਟਿਵ ਤਰੀਕੇ ਨਾਲ ਇੱਥੇ ਆਏ। ਅਤੇ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਹੁਣ ਤੱਕ ਗੱਲ ਕਰ ਰਹੇ ਹਾਂ ਉਹ 10th ਸਦੀ ਤੱਕ ਦੀ ਗੱਲ ਕਰ ਰਹੇ ਹਾਂ। ਲਿਹਾਜ਼ਾ ਜਿਹੜਾ ਪੁਰਾਣਾ ਜਿਸ ਜ਼ਮਾਨੇ ਦੀ ਅਸੀਂ ਗੱਲ ਕਰ ਰਹੇ ਉਹਦਾ ਇਰਾਨੀਆਂ ਨਾਲ ਕੋਈ ਤੱਕ, ਲੇਕਿਨ ਇਰਾਨ ਉਸ ਵਕਤ ਖਾਸਾ ਤਹਿਜ਼ੀਬ ਯਾਫਤਾ ਹੋ ਚੁੱਕਿਆ ਸੀ, ਆਪਣੇ ਆਪ ਨੂੰ ਡਿਵੈਲਪ ਕਰ ਚੁੱਕਿਆ ਸੀ ਕਾਫੀ ਹੱਦ ਤੱਕ, ਉਹ ਕਰ ਚੁੱਕਿਆ ਸੀ। ਲੇਕਿਨ ਜਿਹੜਾ ਤੁਸੀਂ ਈਰਾਨ ਦੀ ਵੀ ਤਹਿਜ਼ੀਬ ਦਾ ਗੱਲ ਕਰਦੇ ਹੋ ਨਾ, ਇਹ ਵੀ ਹੜੱਪੇ ਤਹਿਜ਼ੀਬ ਤੋਂ ਬਾਅਦ ਦੀ ਡਿਵੈਲਪਮੈਂਟ। ਸਹੀ ਹੈ ਦੈਟਸ ਰਾਈਟ, ਆਈ ਐਗਰੀ ਵਿਦ ਯੂ ਜੀ ਜੀ ਸਹੀ ਕਹਿ ਰਹੇ ਹੋ। ਸੋ ਲਾਜ਼ਾ ਇਹ ਜਿਹੜੀ ਹੈ ਇਹ ਜਿਹੜੀ ਈਰਾਨੀ ਤਹਿਜ਼ੀਬ ਹੈ ਇਹ ਕੋਈ ਸਮਝ ਲਓ ਕਿ 300-400 BC ਦੌਰ ਦੀ ਜਿਹੜੀ ਹੈ ਗੱਲ ਕਰ ਰਹੇ। ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਹੜੱਪੇ ਤੇ ਮਹਿਰਗੜ੍ਹ ਦੀ, ਤੁਸੀਂ 7000 BC ਦੀ ਗੱਲ, ਅਸੀਂ ਦੋ ਪੀਰੀਅਡਸ ਨੂੰ ਮਿਕਸ ਨਹੀਂ ਕਰ ਸਕਦੇ। ਠੀਕ ਹੈ ਠੀਕ ਹੈ। ਉਹ ਤੁਸੀਂ ਕਿਹਾ ਸੀਗਾ ਕਿ ਇਹ ਸਾਰੇ ਸਿਲਸਿਲੇ ਦੀ ਤੁਸੀਂ ਟਾਈਮ ਲਾਈਨ ਦਿਓਗੇ ਸਾਨੂੰ? ਹਾਂ ਉਹ ਮੈਂ ਮੇਰਾ ਖਿਆਲ ਹੈ ਕਿ ਅੱਜ ਕਿਸੇ ਵੇਲੇ ਬਹਿ ਕੇ ਲਿਖਾਂ। ਸ਼ਿਰਾਜ਼ੀ ਸਾਹਿਬ ਜੀ ਮੈਂ ਖਿਆਲ ਨਹੀਂ ਸ਼ਿਰਾਜ਼ੀ ਸਾਹਿਬ ਹੈ ਨਹੀਂ, ਲੇਕਿਨ ਉਹਨਾਂ ਨੇ ਆਪਣਾ ਮਾਈਕ ਜਿਹੜਾ ਹੈ ਉਹ ਆਫ ਕੀਤਾ ਹੈ ਤੇ ਉਹਨਾਂ ਨੂੰ ਕਹੋ ਕਿ ਆਨ ਕਰਨ। ਅਖਲੇ ਮਰੀਮ ਸ਼ਿਰਾਜ਼ੀ ਹੋਰ ਕੁਝ ਕਹਿਣਾ ਚਾਹੁੰਦੇ ਨੇ? ਹਾਂਜੀ ਦੱਸੋ ਜੀ। ਮੈਂ ਸਿਰਫ ਇੱਕ ਗੱਲ ਇਹ ਪੁੱਛਣਾ ਚਾਹ ਰਹੀ ਸੀ, ਰਿਗਵੇਦ ਤੇ ਆਖਿਆ ਜਾਂਦਾ ਹੈ ਕਿ ਇਹ ਅਵਿਸਤਾ ਤੋਂ ਵੀ ਜ਼ਿਆਦਾ ਪੁਰਾਣੀ ਹੈ, ਤੇ ਦੋਨੋਂ ਤਕਰੀਬਨ ਕੰਟੈਂਪਰੇਰੀ ਨੇ ਲੇਕਿਨ ਥੋੜ੍ਹੇ ਜਿਹੇ ਉਹਦੇ ਨਾਲੋਂ ਪਹਿਲੇ ਵੇ,
ਤੇ ਅਵਿਸਤਾ ਵਿੱਚ ਸਾਡੇ ਪੰਜਾਬ ਜਾਂ ਹਿੰਦੁਸਤਾਨ ਲਈ ਜਿਹੜਾ ਲਫ਼ਜ਼ ਵਰਤਿਆ ਗਿਆ ਉਹ ਹਪਤ ਹਿੰਦੂ ਹੈ ਜਿਹੜਾ ਤੁਸੀਂ ਸਪਤ ਸਿੰਧੂ ਕਿਹਾ ਇਹ ਦੋਵੇਂ ਇੱਕ ਹੀ ਨੇ ਉਹ ਹਫਤ ਹੈ ਨਾ ਜੀ ਜੀ ਸੱਤ ਦੇ ਵਾਸਤੇ ਹਫਤ ਕਹਿੰਦੇ ਨਾ ਉਹ ਜੀ ਫਾਰਸੀ ਦੇ ਵਿੱਚ ਲਫ਼ਜ਼ ਜਿਹੜਾ ਹਫਤ ਹੈ ਉਹਦਾ ਮਤਲਬ ਸੱਤ ਹੈ ਸੈਵਨ ਜੀ ਜੀ ਔਰ ਦੂਜਾ ਮੈਂ ਪੁੱਛਣਾ ਚਾਹ ਰਹੀ ਸੀ ਕਿ ਆਰੀਆ ਕਿਹੜੇ ਰਾਹ ਇਖਤਿਆਰ ਕਰਕੇ ਉਹ ਇੱਥੇ ਆਏ ਸੀ ਉਹ ਈਰਾਨ ਵਿੱਚੋਂ ਆਏ ਸੀ ਜਾਂ ਕਿਸੇ ਹੋਰ ਰਾਹ ਵੱਲੋਂ ਆਏ ਸੀ ਨਹੀਂ ਉਹ ਈਰਾਨ ਵਿੱਚ ਆਏ ਨਾ ਕਿਉਂਕਿ ਈਰਾਨ ਦੇ ਵਿੱਚ ਵੀ ਜਿਹੜਾ ਉਹ ਬੇਸਿਕਲੀ ਤੇ ਆਰੀਆ ਇੰਡੋ ਯੂਰੋਪੀਅਨ ਨਸਲ ਦਾ ਹਿੱਸਾ ਨੇ ਨਾ ਜੇ ਈਰਾਨੀਅਨਸ ਨੇ ਮੋਸਟਲੀ ਤੇ ਉਹ ਜਿਹੜੇ ਸੈਂਟਰਲ ਏਸ਼ੀਆ ਤੋਂ ਈਰਾਨ ਅਫਗਾਨਿਸਤਾਨ ਦੇ ਥਰੂ ਆਪਣਾ ਉਹ ਅਫਗਾਨਿਸਤਾਨ ਦੇ ਥਰੂ ਪੰਜਾਬ ਵਿੱਚ ਅਫਗਾਨਿਸਤਾਨ ਦੇ ਥਰੂ ਹਾਂਜੀ ਕੋਈ ਹੋਰ ਸਵਾਲ ਗੋਂਦਲ ਸਾਹਿਬ ਤੁਹਾਡਾ ਕੋਈ ਸਵਾਲ ਨਹੀਂ ਹੈਗਾ ਮੇਰਾ ਸਵਾਲ ਹੈ ਹੁਣ ਛੁੱਟੀ ਦਿਓ ਜੀ ਚਲੋ ਜੀ ਛੁੱਟੀ ਹੋ ਗਈ ਓਕੇ ਜੀ ਬਾਏ ਬਾਏ ਓਕੇ ਜੀ ਥੈਂਕ ਯੂ ਥੈਂਕ ਯੂ ਜੀ ਬਾਏ ਬਾਏ ਐਵਰੀਬਾਡੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ